ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਅਸੀਂ ਵਾਅਦਾ ਕੀਤਾ ਸੀ ਕਿ ਰਮਨਦੀਪ ਹੁਣੇ ਨਿਊਜ਼ੀਲੈਂਡ ਆਏ ਹੋਏ ਨੇ, ਅਸੀਂ ਲਾਈਵ ਇੰਟਰਵਿਊ ਕਰਾਂਗੇ ਔਰ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਕੁਛ ਉਹਨਾਂ ਦੀ ਬੇਬਾਕੀ ਜਿਹੜੀ ਹੈ ਸਵਾਲਾਂ 'ਚ ਨਜ਼ਰ ਆਉਂਦੀ ਹੈ, ਸੇਮ ਬੇਬਾਕੀ ਉਹਨਾਂ ਦੀ ਜਵਾਬਾਂ ਵਿੱਚ ਵੀ ਨਜ਼ਰ ਆਉਂਦੀ ਹੈ। ਸੋ ਇਹ ਮੌਕਾ ਅਸੀਂ ਗਵਾਉਣਾ ਨਹੀਂ ਚਾਹੁੰਦੇ ਸੀ। ਸੋ ਹਾਜ਼ਰ ਹਾਂ ਅਸੀਂ ਲੈ ਕੇ ਰਮਨਦੀਪ ਸੋਢੀ ਜੀ ਸਾਡੇ ਨਾਲ ਇਸ ਵੇਲੇ ਆਕਲੈਂਡ ਤੋਂ ਬਣੇ ਹੋਏ ਨੇ। ਰਮਨਦੀਪ ਜੀ ਸਵਾਗਤ ਹੈ ਤੁਹਾਡਾ ਜੀ, ਆਇਆਂ ਨੂੰ ਨਿੱਘੀ ਸਵਾਗਤ ਹੈ ਜੀ ਸਬਕਾ ਟੀਵੀ ਤੇ ਨਿਊਜ਼ੀਲੈਂਡ 'ਚ ਜੀ। ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ, ਤੁਹਾਨੂੰ ਔਰ ਸਬਕਾ ਟੀਵੀ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਕਿ ਤੁਸੀਂ ਆਪਣੇ ਟੀਵੀ ਦੇ ਮਾਧਿਅਮ ਦੇ ਰਾਹੀਂ ਸਮੂਹ ਪੰਜਾਬੀਆਂ ਦੇ ਨਾਲ ਮੈਨੂੰ ਜੁੜਨ ਦਾ ਮੌਕਾ ਦਿੱਤਾ ਜੀ। ਸਭ ਤੋਂ ਪਹਿਲਾਂ ਰਮਨਦੀਪ ਜੀ ਸਾਡਾ ਤੁਸੀਂ ਸਾਂਝੇ ਕਰੋ ਕਿ ਤੁਹਾਡੀ ਜਿਹੜੀ ਜਰਨੀ ਹੈ ਇੱਕ ਸਟੂਡੈਂਟ ਤੋਂ ਲੈ ਕੇ ਮੁਕਤਸਰ ਦੇ ਕਾਲਜ ਤੋਂ ਤੁਸੀਂ ਆਪਣਾ ਕਾਲਜ ਪਾਸ ਕੀਤਾ, ਜਰਨਲਿਜ਼ਮ ਹੀ ਕਿਉਂ? ਦੇਖੋ ਮੈਨੂੰ ਨਿੱਜੀ ਤੌਰ ਤੇ ਆਉਣ ਲੱਗਦਾ ਬਾਜਵਾ ਸਾਹਿਬ ਕਿ ਪੱਤਰਕਾਰ ਬਣਦਾ ਨਹੀਂ, ਪੱਤਰਕਾਰ ਪੈਦਾ ਹੁੰਦਾ। ਜਦੋਂ ਅਸੀਂ ਪੱਤਰਕਾਰ ਬਣਦੇ ਹਾਂ ਤਾਂ ਸ਼ਾਇਦ ਉਸ ਤਰੀਕੇ ਦੀ ਆਉਟਪੁੱਟ ਨਹੀਂ ਹੁੰਦੀ ਜਿੰਨਾ ਕਿ ਅਸੀਂ ਪੱਤਰਕਾਰ ਪੈਦਾ ਹੋਣ ਦੇ ਨਾਤੇ ਚੰਗਾ ਕੰਮ ਕਰ ਪਾਉਂਦੇ ਹਾਂ। ਪੈਦਾ ਹੋਣ ਤੋਂ ਭਾਵ ਇਹ ਹੈ ਕਿ ਤੁਹਾਡੀਆਂ ਹਰਕਤਾਂ ਦੇ ਅੰਦਰ, ਤੁਹਾਡੇ ਲਹਿਜ਼ੇ ਦੇ ਅੰਦਰ, ਤੁਹਾਡੀ ਰਹਿਣੀ ਸਹਿਣੀ ਦੇ ਅੰਦਰ ਕਿਤੇ ਨਾ ਕਿਤੇ ਪੱਤਰਕਾਰ ਲੁਕਿਆ ਹੁੰਦਾ, ਪਰ ਤੁਸੀਂ ਉਹਨੂੰ ਤਰਾਸ਼ ਪਾਉਣੇ ਹੋ ਜਾਂ ਨਹੀਂ ਇਹ ਤੁਹਾਡੇ 'ਤੇ ਨਿਰਭਰ ਕਰਦਾ। ਦਰਅਸਲ ਮੇਰੀ ਪਰਿਵਾਰਕ ਬੈਕਗ੍ਰਾਉਂਡ ਜਿਹੜੀ ਸੀ ਉਹ ਕਾਫੀ ਪੋਲੀਟੀਕਲ ਹੈ। ਮੇਰਾ ਪਰਿਵਾਰ ਪਿੰਡ ਦੀ ਸਿਆਸਤ 'ਚ ਕਾਫੀ ਐਕਟਿਵ ਰਿਹਾ ਔਰ ਮੇਰੇ ਗ੍ਰੇਟ ਗ੍ਰੈਂਡਫਾਦਰ ਤੋਂ ਲੈ ਕੇ ਤੇ ਮੇਰੇ ਗ੍ਰੈਂਡਫਾਦਰ ਤੱਕ ਘਰ 'ਚ ਸਿਆਸਤ ਰਹੀ ਹੈ। ਮੈਂ ਆਪਦੇ ਮੇਰੇ ਦਾਦਾ ਜੀ ਸਵਰਗਵਾਸੀ ਮਾਸਟਰ ਸਰਦਾਰ ਬਖਸ਼ੀਸ਼ ਸਿੰਘ ਜੀ ਸੋਢੀ, ਉਹ ਡਬਲ ਪੋਸਟ ਗ੍ਰੈਜੂਏਟ ਸੀਗੇ ਉਰਦੂ ਔਰ ਅੰਗਰੇਜ਼ੀ 'ਚ, ਤੇ ਉਹਨਾਂ ਨੇ ਵਿਧਾਨ ਸਭਾ 'ਚ ਨੌਕਰੀ ਕੀਤੀ ਚੰਡੀਗੜ੍ਹ। ਉਦੋਂ ਪ੍ਰਤਾਪ ਸਿੰਘ ਕਹਿਰੋਂ ਸੀਐਮ ਹੁੰਦੇ ਸੀ, ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਨਵੀਂ ਨਵੀਂ ਵਿਧਾਨ ਸਭਾ ਬਣੀ ਸੀ ਤੇ ਉਦੋਂ ਕਹਿ ਲਓ ਕਿ ਤੁਸੀਂ ਪੰਜਾਬ ਤੇ ਹਰਿਆਣਾ ਦੀ ਵਿਧਾਨ ਸਭਾ ਉਦੋਂ ਇਕੱਠੀ ਹੁੰਦੀ ਸੀਗੀ। ਤਾਂ ਉਹ ਉੱਥੇ ਉਹਨਾਂ ਨੂੰ ਨੌਕਰੀ ਮਿਲੀ ਸੈਕਟਰੀਏਟ ਦੇ ਵਿੱਚ, TADA ਡਿਪਾਰਟਮੈਂਟ MLS ਦਾ ਦੇਖਦੇ ਸੀ। ਤਾਂ ਉੱਥੇ ਰਹਿੰਦਿਆਂ ਉਹਨਾਂ ਨੇ ਕਰੀਬ 2 ਸਾਲ ਕੰਮ ਕੀਤਾ। ਉਸ ਤੋਂ ਬਾਅਦ ਉਹਨਾਂ ਦਾ ਮਨ ਨਹੀਂ ਲੱਗਿਆ ਕਿਉਂਕਿ ਥੋੜ੍ਹਾ ਜਿਹਾ ਫੈਮਿਲੀ ਬੈਕਗ੍ਰਾਉਂਡ ਸਟਰੋਂਗ ਸੀ। ਕਹਿ ਲਓ ਕਿ ਜਦੋਂ ਬਾਪ ਦੇ ਕੋਲ ਜਾਇਦਾਦ ਹੋਵੇ ਤਾਂ ਫਿਰ ਪੁੱਤਾਂ ਦਾ ਉਸ ਪੱਧਰ ਤੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਕਹਿਣ ਦਾ ਮਤਲਬ ਮਜਬੂਰੀ ਨਹੀਂ ਸੀ, ਮਾਲੀ ਹਾਲਾਤ ਕਮਜ਼ੋਰ ਨਹੀਂ ਸੀ। ਦਾਦਾ ਹੀ ਕੰਮ ਛੱਡ ਕੇ ਵਾਪਸ ਆ ਗਏ, ਆ ਕੇ ਫਿਰ ਮੁਕਤਸਰ ਦੇ ਖਾਲਸਾ ਕਾਲਜ 'ਚ ਐਡਮਿਸ਼ਨ ਲਈ, ਉੱਥੋਂ BEd ਕੀਤੀ, ਪੰਜਾਬ 'ਚੋਂ ਟੌਪ ਤੇ ਆਈ, ਫਿਰ ਹੈੱਡ ਮਾਸਟਰ ਦੇ ਤੌਰ ਤੇ ਜੁਆਇਨ ਕਰ ਲਿਆ। ਪਰ ਸਿਆਸਤ ਵਾਲਾ ਕੀੜਾ ਠੰਡਾ ਨਹੀਂ ਸੀ ਹੋਇਆ, ਲਿਖਣਾ ਸ਼ੁਰੂ ਕਰਤਾ, ਵੱਖ ਵੱਖ ਪ੍ਰਸਿੱਧ ਅਖਬਾਰਾਂ ਦੇ ਲਈ ਲਿਖਿਆ। ਇਹ ਵੀ ਦੱਸਦੇ ਹੁੰਦੇ ਸੀ ਕਿ ਮੈਂ ਦਾ ਹਿੰਦੂ ਅਖਬਾਰ ਦੇ ਲਈ ਲਿਖਦਾ ਰਿਹਾ, ਅਜੀਤ ਦੇ ਲਈ ਲਿਖਣਾ ਸ਼ੁਰੂ ਕੀਤਾ ਔਰ ਜਗਬਾਣੀ ਲਈ ਲਿਖਦੇ ਰਹੇ। ਉਸ ਤੋਂ ਬਾਅਦ ਫਿਰ ਉਹ ਪਿੰਡ ਦੀ ਸਿਆਸਤ 'ਚ ਬੜਾ ਐਕਟਿਵ ਰਹੇ, ਨਾਲ ਦੇ 5 ਪਿੰਡਾਂ ਦੀ ਸਿਆਸਤ ਵੀ ਕਰਦੇ ਸੀ। ਸਾਡੇ ਘਰੇ ਅਖਬਾਰ ਸ਼ੁਰੂ ਤੋਂ ਆਉਂਦਾ ਸੀ ਔਰ 5-7 ਅਖਬਾਰਾਂ ਆਉਣੀਆਂ, ਮੇਰੇ ਦਾਦਾ ਜੀ ਨੇ ਅਖਬਾਰ ਪੜ੍ਹੀ ਤੋਂ ਬਿਨਾਂ ਉਹਨਾਂ ਨੇ ਕਹਿ ਲਓ ਕਿ ਚਾਹ ਦਾ ਕੱਪ ਨਾ ਪੀਣਾ, ਪਿੰਡਾਂ 'ਚ ਅਖਬਾਰਾਂ ਵੀ ਲੇਟ ਆਉਂਦੀਆਂ ਸੀ। ਸਾਨੂੰ ਵੀ ਅਖਬਾਰ ਪੜ੍ਹਨ ਦੀ ਬਿਰਤੀ ਪੈਦਾ ਹੋਈ, ਸਾਡਾ ਵੀ ਰੁਝਾਨ ਬਣ ਗਿਆ ਕਿ ਨਹੀਂ ਅਖਬਾਰ ਪੜ੍ਹਨਾ ਚਾਹੀਦਾ। ਜਦੋਂ ਘਰ ਦੇ ਵਿੱਚ ਗੱਲਾਂ ਹੋਣੀਆਂ ਤਾਂ ਸਿਆਸਤ ਦੀਆਂ ਗੱਲਾਂ ਜ਼ਿਆਦਾ ਹੋਣੀਆਂ। ਮੇਰੇ ਦਾਦਾ ਜੀ ਦੇ ਸੁਭਾਅ ਇੱਦਾਂ ਦੇ ਸੀ ਬਾਜਵਾ ਸਾਹਿਬ ਕਿ ਜੇ ਤਾਂ ਤੁਸੀਂ ਕਬੀਲਦਾਰੀ ਦੀ ਗੱਲ ਕਰਦੇ ਹੋ ਫਿਰ ਤਾਂ ਉਹ ਕਹਿੰਦੇ ਸੀ ਮੈਂ ਬਿਮਾਰ ਹਾਂ, ਜੇ ਤੁਸੀਂ ਸਿਆਸਤ ਦੀ ਗੱਲ ਕਰਦੇ ਹੋ ਤਾਂ ਫਿਰ ਉਹ ਬਹੁਤ ਐਕਟਿਵ ਹੋ ਜਾਂਦੇ ਸੀ। ਤੁਸੀਂ ਮੰਨੋਗੇ ਮੇਰੇ ਦਾਦੀ ਜੀ 5 ਮਾਤਾ ਬੜੇ ਸੀ ਤੇ ਉਹਨਾਂ ਨੂੰ ਸਾਰੀ ਸੈਂਟਰ ਦੀ ਪੋਲਿਟਿਕਸ ਅਤੇ ਕ੍ਰਿਕਟ ਪਲੇਅਰਾਂ ਦੇ ਨਾਮ ਯਾਦ ਸੀ, ਕਿਉਂਕਿ ਦੋਵਾਂ ਜੀਆਂ ਦੀ ਆਪ 'ਚ ਗੱਲਬਾਤ ਵੀ ਇਸੇ ਮਸਲੇ 'ਤੇ ਹੁੰਦੀ ਸੀ। ਉਸੇ ਤਰ੍ਹਾਂ ਸਾਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਕਿ ਅਸੀਂ ਕਈ ਵਾਰੀ ਕਿਤਾਬ ਲੈ ਕੇ ਜਾਣਾ ਦਾਦਾ ਜੀ ਪੜ੍ਹਾ ਦਿਓ, ਤਾਂ ਉਹਨਾਂ ਨੇ ਆਖਣਾ ਇਤਿਹਾਸ ਲੈ ਕੇ ਆਓ, ਹਿਸਟਰੀ ਲੈ ਕੇ ਆਓ ਮੈਂ ਤੁਹਾਨੂੰ, ਜਾਂ ਪੋਲੀਟੀਕਲ ਲੈ ਕੇ ਆਓ ਤਾਂ ਤੁਹਾਨੂੰ ਮੈਂ ਪੋਲੀਟਿਕਸ ਲੈ ਕੇ ਉਹ ਪੜ੍ਹਾਊਂਗਾ। ਇਸ ਤਰੀਕੇ ਨਾਲ ਕਹਿ ਲਓ ਕਿ ਤੁਸੀਂ ਹੌਲੀ ਹੌਲੀ ਰੁਝਾਨ ਬਣਦਾ ਗਿਆ ਖਬਰਾਂ ਦੇ ਵਿੱਚ। ਦੂਸਰਾ ਇਹ ਸੀਗਾ ਬਾਜਵਾ ਸਾਹਿਬ, ਸਾਡੇ ਘਰ ਨਾ ਫਰੀਡਮ ਆਫ ਸਪੀਚ ਬਹੁਤ ਸੀ, ਸਾਡੇ ਤੇ ਦਾਦਾਗਿਰੀ ਜਾਂ ਪਿਓਗਿਰੀ ਥੋਪੀ ਨਹੀਂ ਗਈ। ਅਸੀਂ ਜੇਕਰ ਕਿਸੇ ਗੱਲ ਦਾ ਵਿਰੋਧ ਵੀ ਕਰਦੇ ਸੀ ਤਾਂ ਬੜਾ ਕੰਸਟਰਕਟਿਵ ਤਰੀਕੇ ਨਾਲ, ਖੁੱਲੇ ਸੁਭਾਅ ਦੇ ਨਾਲ ਉਹਨੂੰ ਸਵੀਕਾਰ ਕੀਤਾ ਜਾਂਦਾ ਸੀ। ਇਸ ਕਰਕੇ ਕਹਿ ਲਓ ਕਿ ਤੁਸੀਂ ਡਿਫਰੈਂਸ ਆਫ ਓਪੀਨੀਅਨ ਹੋਣੇ ਸ਼ੁਰੂ ਹੋ ਗਏ, ਫਿਰ ਹੌਲੀ ਹੌਲੀ ਰੁਝਾਨ ਬਣਿਆ। ਪਰ ਮੈਂ ਇਹ ਸੋਚਿਆ, ਮੈਂ ਕਿਹਾ ਮੈਂ ਸਿਆਸਤ 'ਚ ਨਹੀਂ ਜਾਊਂਗਾ, ਮੈਂ ਉਸ ਪੇਸ਼ੇ 'ਚ ਜਾਊਂਗਾ ਜਿਹੜਾ ਸਿਆਸਤ 'ਤੇ ਸਵਾਲ ਖੜਾ ਕਰੇ। ਤਾਂ ਜਦੋਂ ਮੈਂ 12ਵੀਂ ਜਮਾਤ ਪਾਸ ਕੀਤੀ, ਮੈਂ 10ਵੀਂ ਕਲਾਸ 2003 'ਚ ਕੰਪਿਊਟਰ ਦੀ ਸਿੱਖਿਆ ਲਈ, ਔਰ ਪਿੰਡਾਂ 'ਚ ਜਦੋਂ ਤੁਹਾਨੂੰ ਪਤਾ ਕੰਪਿਊਟਰ ਦਾ ਬਹੁਤਾ ਬੋਲਬਾਲਾ ਸੀਗਾ ਉਦੋਂ ਔਰ ਲੋਕਾਂ ਨੂੰ ਬਹੁਤੀ ਜਾਣਕਾਰੀ ਵੀ ਨਹੀਂ ਸੀ। ਉਸ ਤੋਂ ਬਾਅਦ ਫਿਰ ਜਦੋਂ 12ਵੀਂ ਜਮਾਤ ਕਰ ਲਈ ਤਾਂ ਮੈਂ ਐਜ਼ ਏ ਕੈਮਰਾਮੈਨ ਕੰਮ ਸਟਾਰਟ ਕਰ ਲਿਆ। 10ਵੀਂ ਜਮਾਤ 'ਚ ਮੈਂ ਡਿਜੀਟਲ ਫੋਟੋਗ੍ਰਾਫੀ ਸਿੱਖੀ, ਫਿਰ ਵੀਡੀਓਗ੍ਰਾਫੀ ਸਿੱਖੀ, ਉਸ ਤੋਂ ਬਾਅਦ ਕੈਮਰਾਮੈਨ ਬਣ ਗਿਆ ਪਲੱਸ 2 'ਚ। BA ਫਸਟ ਈਅਰ 'ਚ ਮੈਂ ਗਵਰਨਮੈਂਟ ਕਾਲਜ ਮੁਕਤਸਰ ਐਡਮਿਸ਼ਨ ਲਈ ਤਾਂ NRI TV ਚੱਲਦਾ ਸੀ ਪਟਿਆਲੇ ਤੋਂ, ਉਹਦੀ ਮੈਂ ਪੱਤਰਕਾਰੀ, ਮੇਰੇ ਕਜ਼ਨ ਕਰਦਾ ਸੀ ਤੇ ਮੈਂ ਨਾਲ ਕੈਮਰਾਮੈਨ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਪਰਦੇ ਦੇ ਪਿੱਛੇ ਰਿਹਾ ਕਿ ਵੀ ਤੁਹਾਡਾ ਸਵਾਲ ਕਰਨ ਦੀ ਜ਼ਰੂਰਤ ਪੈਦਾ ਹੁੰਦੀ ਆ, ਤੇ ਅਸੀਂ ਆਪਦੇ ਕਾਲਜ ਦੇ ਖਿਲਾਫ ਹੀ ਸਟੋਰੀ ਲਾਈ ਸੀ। ਕਾਲਜ 'ਚ ਪ੍ਰਬੰਧ ਜਿਹੜੇ ਹੈਗੇ ਨੇ ਠੀਕ ਨਹੀਂ ਹੈਗੇ, ਤਾਂ ਪ੍ਰਿੰਸੀਪਲ ਹੁੰਦੇ ਸੀ ਪ੍ਰੋਫੈਸਰ ਲੋਕਨਾਥ ਜੀ, ਡਹੋਗਵੇਸ ਤੇ ਹੁੰਦੇ ਸੀ, ਉਹਨਾਂ ਨੇ ਮੈਨੂੰ ਇੱਕ ਦਿਨ ਬੁਲਾਇਆ। ਮੈਂ ਉਹਨਾਂ ਦਾ ਇੰਟਰਵਿਊ ਵੀ ਕੀਤਾ, ਮੈਨੂੰ ਉਹਦੇ ਕਾਕਾ ਕੀ ਬਣਨਾ ਚਾਹੁੰਦਾ। ਮੈਂ ਕਿਹਾ ਸਰ ਮੈਂ ਚਾਹੁੰਦਾ ਕਿ ਮੈਂ ਸਾਰੀ ਜ਼ਿੰਦਗੀ ਇਹ ਨਾ ਕਹਾਂ ਕਿ ਮੈਂ ਮਾਸਟਰ ਬਖਸ਼ੀਸ਼ ਸਿੰਘ ਦਾ ਪੁੱਤਰ ਹਾਂ, ਮੈਂ ਚਾਹੁੰਦਾ ਕਿ ਮੇਰਾ ਆਪਣਾ ਨਾਮ ਹੋਵੇ, ਮੈਂ ਰਮਨਦੀਪ ਸਿੰਘ ਸੋਢੀ ਬਣਨਾ ਚਾਹੁੰਦਾ ਤੇ ਮੈਂ
ਮੈਂ ਵੀ ਗੁਰਸ਼ਰਨ ਭਾਜੀ ਹੋਰਾਂ ਦੇ ਨਾਲ ਨਾਟਕਕਾਰ ਬਣਨਾ ਚਾਹੁੰਦਾ ਸੀ, ਸ਼ਿਵ ਕੁਮਾਰ ਬਟਾਲਵੀ ਤੋਂ ਜੂਨੀਅਰ ਸੀ। ਕਹਿੰਦੇ ਕਿ ਮੇਰੀ ਵੀ ਇੱਛਾ ਅਧੂਰੀ ਹੈ ਕਿ ਬੇਸ਼ੱਕ ਮੈਂ ਬੜਾ ਕਾਮਯਾਬ ਤਾਂ ਹੋ ਗਿਆ ਆਪਣੇ ਖਿੱਤੇ 'ਚ ਪ੍ਰਿੰਸੀਪਲ ਬਣ ਗਿਆ, ਪਰ ਮੈਂ ਇਹ ਬਣਨਾ ਚਾਹੁੰਦਾ ਸੀ ਕਿ ਮੈਂ ਨਾਟਕਕਾਰ ਬਣਾ। ਪਰ ਕਹਿੰਦੇ ਮੈਂ ਤੇਰਾ ਮੌਕਾ ਜਿਹੜਾ ਤੇਰਾ ਸ਼ੌਂਕ ਆ ਉਹ ਅਧੂਰਾ ਨਹੀਂ ਰਹਿਣ ਦਊਂਗਾ, ਕਾਲਜ ਦੀ ਕੋਈ ਬੰਦਿਸ਼ ਨਹੀਂ ਹੈ, ਤੂੰ ਘੱਟ ਆਵੇਂ ਜ਼ਿਆਦਾ ਆਵੇਂ ਕੋਈ ਮੈਟਰ ਨਹੀਂ ਕਰਦਾ, ਮੈਂ ਤੇਰੀਆਂ ਹਾਜ਼ਰੀਆਂ ਪੂਰੀਆਂ ਕਰੂੰਗਾ ਅਤੇ ਤੂੰ ਆਪਦੇ ਕੰਮ ਵੱਲ ਧਿਆਨ ਦੇ। ਉਸ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਨਿਰਮਲ ਸਿੰਘ ਸਾਧਾਂ ਵਾਲੀ ਆਉਂਦੇ ਨੇ, ਉਹਨਾਂ ਨੇ ਫਿਰ ਕਹਿ ਲਓ ਕਿ ਮੈਂ ਮੇਲਾ ਮੇਲੀਆਂ ਦਾ ਪ੍ਰੋਗਰਾਮ 'ਚ ਕੈਮਰਾਮੈਨ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਜਵਾ ਸਾਹਿਬ, ਦਸਵੀਂ ਜਮਾਤ ਤੋਂ ਲੈ ਕੇ ਅਤੇ ਹੁਣ ਤੱਕ ਮੈਂ ਲਗਾਤਾਰ ਕੰਮ ਕੀਤਾ, ਮੈਂ ਪੋਸਟ ਗ੍ਰੈਜੂਏਸ਼ਨ ਕੀਤੀ, ਨਾਲ ਮੈਂ ਕੰਮ ਵੀ ਕਰਦਾ ਰਿਹਾ ਐਜ਼ ਏ ਕੈਮਰਾਮੈਨ, ਦੂਰਦਰਸ਼ਨ 'ਚ ਮੇਲਾ ਮੇਲੀਆਂ 'ਚ ਕੈਮਰਾਮੈਨ ਦੇ ਤੌਰ 'ਤੇ ਕੰਮ ਕੀਤਾ, ਨਾਲ ਉਹ ਪੱਤਰਕਾਰੀ ਵੀ ਚੱਲਦੀ ਰਹੀ ਟੀਵੀ ਦੀ। ਫਿਰ ਕੀ ਹੋਇਆ ਇੱਕ ਦਿਨ ਕਿ ਮੈਨੂੰ ਨਿਰਮਲ ਸਾਧਾਂ ਵਾਲੇ ਜੀ ਕਹਿੰਦੇ ਕਹਿੰਦੇ ਵੀ ਭਾਈ ਤੂੰ ਵਧੀਆ ਬੋਲ ਲੈਂਦਾ, ਤੂੰ ਸਵਾਲ ਚੰਗੇ ਕਰ ਲੈਂਦਾ, ਤੇ ਤੂੰ ਕਿਉਂ ਨਾ ਟਰਾਈ ਕਿਉਂ ਨਹੀਂ ਕਰਦਾ, ਤੂੰ ਦੂਰਦਰਸ਼ਨ ਟਰਾਈ ਕਰ। ਦੂਰਦਰਸ਼ਨ 'ਚ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ, ਮੈਨੂੰ ਯਾਦ ਆ ਪਹਿਲਾਂ ਮੇਰੇ ਤੋਂ ਮੰਡੀਆਂ ਦੇ ਭਾਅ ਪੜਾਏ ਉਹਨਾਂ ਨੇ, ਫਿਰ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ 'ਚ ਮੈਨੂੰ ਮੌਕਾ ਮਿਲਿਆ, ਫਿਰ ਲਾਈਵ ਟੂਡੇ ਚੈਨਲ ਸੀ ਪੋਥੀ ਵਾਲਾ ਹਲਚਲ, ਮੈਂ ਉੱਥੇ ਖਬਰਾਂ ਪੜ੍ਹਦਾ ਰਿਹਾ ਲੋਕਲ ਕੇਬਲ ਚੈਨਲ 'ਤੇ, ਫਿਰ ABP ਸਾਂਝਾ 'ਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਵੱਡੇ ਪਰਦੇ 'ਤੇ ਕਾਰਪੋਰੇਟ ਲੈਵਲ ਦੇ ਕਿਸੇ ਅਦਾਰੇ 'ਚ। ਉੱਥੋਂ ਮੈਂ ਜਗਵਿੰਦਰ ਪਟਿਆਲ ਹੋਰਾਂ ਦੇ ਨਾਲ ਕੰਮ ਕੀਤਾ, ਪਟਿਆਲ ਸਾਹਿਬ ਤੋਂ ਪੱਤਰਕਾਰੀ ਦੇ ਬਹੁਤ ਗੁਣ ਸਿੱਖੇ। ਜੇਕਰ ਮੈਂ ਕਹਾਂ ਕਿ ਮੈਨੂੰ ਪੱਤਰਕਾਰ ਜਿਹੜਾ ਅਸਲ ਪੱਤਰਕਾਰ ਬਣਾਇਆ ਤਾਂ ਜਗਵਿੰਦਰ ਪਟਿਆਲ ਹੋਰਾਂ ਦੀ ਟੀਮ ਨੇ ਬਣਾਇਆ, ਉਹਨਾਂ ਦੀ ਦੇਖ ਰੇਖ 'ਤੇ ਅਸੀਂ ਹੇਠ ਅਸੀਂ ਕੰਮ ਕੀਤਾ। ਫਿਰ 2 ਸਾਲ ਉੱਥੇ ਕੰਮ ਕਰਨ ਤੋਂ ਬਾਅਦ 5 ਸਾਲ ਮੈਨੂੰ ਹੁਣ ਜਗਬਾਣੀ 'ਚ ਹੋ ਗਿਆ, ਤਾਂ ਇਸ ਤਰੀਕੇ ਦੇ ਨਾਲ ਸਿਲਸਿਲਾ ਚੱਲਦਾ ਰਿਹਾ ਬਾਜਵਾ ਸਾਹਿਬ ਜੀ। ਸੋ ਬੇਬਾਕੀ ਤੁਹਾਡੇ ਖੂਨ 'ਚ ਹੈ, ਹੈਰੀਡਿਟੀ 'ਚ ਹੈ, ਜਿਵੇਂ ਕਿ ਦਾਦਾ ਪੜਦਾਦਾ ਜੀ ਤੋਂ ਤੁਹਾਨੂੰ, ਔਰ ਮੈਂ ਬੜਾ ਹੈਰਾਨ ਹੋਇਆ ਸੁਣ ਕੇ ਕਿ ਤੁਹਾਡੇ ਜਿਹੜੇ ਦਾਦੀ ਜੀ ਸੀ ਉਹ ਵੀ ਐਕਟਿਵ ਨਿਊਜ਼ ਪੋਲੀਟਿਕਸ ਦੀ ਪੂਰੀ ਜਾਣਕਾਰੀ ਰਖਾਉਂਦੇ ਸੀ ਉਸ ਵੇਲੇ। ਪੱਤਰਕਾਰਿਤਾ ਦੇ ਵਿੱਚ ਆ ਕੇ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ ਖਾਸ ਕਰਕੇ ਭਾਰਤ ਵਿੱਚ ਜਿਹੜੀ ਪੱਤਰਕਾਰਿਤਾ ਹੈ ਉਹ ਬਹੁਤ ਡੂੰਘੀ ਅਫੈਕਟਿਡ ਹੈ ਪੋਲੀਟਿਕਸ ਤੋਂ, ਪਾਵਰ ਤੋਂ, ਪੈਸੇ ਤੋਂ। ਕਈਆਂ ਦਾ ਤਾਂ ਇਹ ਇੱਥੇ ਤੱਕ ਵੀ ਮੰਨਣਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਭਾਰਤ ਵਿੱਚ ਜਾਂ ਤਾਂ ਪੱਤਰਕਾਰ ਨੂੰ ਮਾਰ ਦਿੱਤਾ ਗਿਆ ਹੈ ਜਿਹੜਾ, ਜਾਂ ਉਹਨੂੰ ਖਰੀਦ ਲਿਆ ਗਿਆ ਹੈ, ਜਾਂ ਧਮਕਾ ਕੇ ਡਰਾ ਕੇ ਪਿੱਛੇ ਕਰ ਦਿੱਤਾ ਗਿਆ ਹੈ। ਸੋ ਜਿਹੜਾ ਇਹ ਇੱਕ ਯਕੀਨ ਜਿਹੜਾ ਲੋਕਾਂ ਦਾ ਬਣ ਚੁੱਕਾ ਹੈ, ਉਸ ਧਾਰਨਾ ਦੇ ਲਈ ਇੱਕ ਤੋੜਨ ਲਈ ਹਲੇ ਵੀ ਉਮੀਦ ਦੀ ਕਿਰਨ ਤੁਹਾਡੇ ਵਰਗੇ ਜਰਨਲਿਸਟ ਹੈਗੇ ਨੇ। ਮੈਂ ਗੱਲ ਕਰਿਆ ਸੀ ਕਿ ਪੱਤਰਕਾਰ ਪਰਮਵੀ ਬਾਠ ਉਹਨਾਂ ਨਾਲ ਵੀ ਕਿ ਇਹ ਉਮੀਦ ਦੀ ਕਿਰਨ ਹੈ, ਇਹਨੂੰ ਅਸੀਂ ਜਿਉਂਦੇ ਕਿੱਦਾਂ ਰੱਖਣਾ ਹੈ। ਸੋ ਇਸ ਜਰਨੀ ਵਿੱਚ ਕਿਤੇ ਤੁਹਾਨੂੰ ਲੱਗਿਆ ਹੋਵੇ ਕਿ ਇਸ ਉਮੀਦ ਦੀ ਕਿਰਨ ਨੂੰ ਮਾਰਨ ਦੀ ਕੋਸ਼ਿਸ਼ ਜਾਂ ਡਰਾਉਣ ਦੀ ਕੋਸ਼ਿਸ਼ ਜਾਂ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, ਤੁਹਾਡੇ ਨਾਲ ਕੋਈ ਇੱਦਾਂ ਦੀ ਘਟਨਾ ਵਾਪਰੀ, ਕੋਈ ਕਿੱਸਾ ਸ਼ੇਅਰ ਕਰਨਾ ਚਾਹੋਗੇ ਸਾਡੇ ਨਾਲ? ਬਾਜਵਾ ਸਾਹਿਬ, ਸੱਚਾਈ ਨੂੰ ਦੁਨੀਆਂ ਦਾ ਇਤਿਹਾਸ ਬੋਲਦਾ ਕਿ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡੇ ਗੁਰੂ ਸਾਹਿਬ ਨੇ ਵੀ ਬਹੁਤ ਵੱਡੀ ਲੜਾਈ ਲੜੀ ਹੈ, ਇਹ ਅਸਲੀਅਤ ਆ, ਇਹ ਪ੍ਰਤੱਖ ਆ, ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਤੁਸੀਂ ਇਹ ਗੱਲ ਕਹੀ ਕਿ ਪੱਤਰਕਾਰਾਂ ਨੂੰ ਮਾਰ ਦਿੱਤਾ ਜਾਂਦਾ ਜਾਂ ਕੁਚਲ ਦਿੱਤੇ ਜਾਂਦੇ ਆ, ਉਹ ਹੋਇਆ ਕਿਉਂ? ਇੰਪੋਰਟੈਂਟ ਗੱਲ ਤਾਂ ਇਹ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ ਕਿ ਹੋ ਕਿਉਂ ਰਿਹਾ। ਉਹ ਤਾਂ ਹੋ ਰਿਹਾ ਕਿ ਅਸੀਂ ਸੱਚ ਦੀ ਕਦਰ ਸਿਰਫ ਫੇਸਬੁੱਕ ਦੇ ਮਾਰਫਤ ਕਰਦੇ ਹਾਂ, ਅਸੀਂ ਸੱਚ ਦੀ ਕਦਰ ਸਿਰਫ ਟੈਲੀਫੋਨ ਦੀ ਕਾਲ ਦੇ ਰਾਹੀਂ ਕਰਦੇ ਹਾਂ। ਇੰਪੋਰਟੈਂਟ ਸਵਾਲ ਇਹ ਹੈ, ਤੁਸੀਂ ਹਿਸਟਰੀ ਵੇਖੋ ਅੱਜ ਦੇ ਦਿਨਾਂ ਦੀ, ਬੜਾ ਵੱਡਾ ਦੁਖਾਂਤ ਹੈ ਬਾਜਵਾ ਸਾਹਿਬ। ਅਸੀਂ ਸਿਫਤਾਂ ਬਹੁਤ ਕਰਦੇ ਹਾਂ, ਅਸੀਂ ਸੋਹਲੇ ਤਾਂ ਬਹੁਤ ਗਾਉਂਦੇ ਹਾਂ, ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਕਿਸੇ ਪੱਤਰਕਾਰ ਤੇ ਬੀਤਦੀ ਹੈ ਤਾਂ ਕੀ ਅਸੀਂ ਉਸ ਦੇ ਨਾਲ ਖੜਦੇ ਹਾਂ? ਕੀ ਫੇਸਬੁੱਕ ਤੇ ਸਟੇਟਸ ਪਾਉਣ ਦੇ ਨਾਲ ਪੱਤਰਕਾਰ ਦੇ ਨਾਲ ਤੁਸੀਂ ਦੀਵਾਰ ਬਣ ਕੇ ਖੜ ਗਏ? ਇੰਪੋਰਟੈਂਟ ਗੱਲ ਇਹ ਹੈ ਕਿ ਕਦੀ ਕਿਸੇ ਪੱਤਰਕਾਰ ਨੂੰ ਕਿਸੇ ਨੇ ਇਹ ਸਵਾਲ ਕੀਤਾ ਹੈ ਕਿ ਭਾਈ ਜਿਵੇਂ ਤੁਸੀਂ ਅੱਜ ਮੈਨੂੰ ਸਵਾਲ ਕਰ ਰਹੇ ਹੋ, ਕਿੱਸਾ ਸਾਂਝਾ ਕਰੋ ਜੀ, ਕਿੱਸਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ, ਪਰ ਇੰਪੋਰਟੈਂਟ ਸਵਾਲ ਇਹ ਹੋਊਗਾ ਬਾਜਵਾ ਸਾਹਿਬ, ਉਸ ਕਿੱਸਾ ਜਦੋਂ ਕਿੱਸਾ ਬੀਤ ਰਿਹਾ ਸੀ ਉਦੋਂ ਮੇਰੇ ਨਾਲ ਸਾਨੀ ਬਣ ਕੇ ਖੜਾ ਕੌਣ? ਖੜਾ ਉਦੋਂ ਮੇਰੇ ਨਾਲ ਦੀਵਾਰ ਬਣ ਕੇ ਖੜਾ ਕੌਣ? ਜੀ, ਕਿੱਸਾ ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਜੀ, ਪਰ ਇੱਕ ਦੁਖਾਂਤ ਇਹ ਹੈ ਕਿ ਉਸ ਕਿੱਸੇ ਦੇ ਦੌਰਾਨ ਜੀ ਕਿਹੜਾ ਵਿਅਕਤੀ ਸੀ ਜਿਹਨੇ ਮੈਨੂੰ ਆ ਕੇ ਆਖਿਆ ਕਿ ਭਾਈ ਤੂੰ ਦੱਸ ਤੈਨੂੰ ਕਿਸੇ ਚੀਜ਼ ਦੀ ਲੋੜ ਹੈ? ਸਾਡਾ ਮਕਸਦ ਵੀ ਇਹੀ ਹੈ ਕਿ ਇਸ ਕਿੱਸਾ ਸੁਣਨ ਤੋਂ ਬਾਅਦ ਜਾਗਦੀਆਂ ਜ਼ਮੀਰਾਂ ਵਾਲੇ ਇਨਸਾਨ ਹਲੇ ਵੀ ਚਾਹੇ 1% ਹੋਣਗੇ, ਕਿ ਅੱਜ ਤੋਂ ਬਾਅਦ ਉਹ ਇਕੱਠੇ ਹੋ ਕੇ ਪ੍ਰਣ ਲੈਣ ਕਿ ਅਸੀਂ ਜਿਹੜੀ ਉਮੀਦ ਦੀ ਕਿਰਨ ਹੈ ਉਹਨੂੰ ਜਿਉਂਦੇ ਰੱਖਣਾ, ਤਾਂ ਅਸੀਂ ਖੜਨਾ ਕਿੱਦਾਂ ਹੈ? ਜੀ, ਕੈਰੀ ਔਨ ਜੀ। ਬਸ ਮੈਂ ਇਹੀ ਸਵਾਲ ਕਰਨਾ ਹੈ ਕਿ ਤੁਸੀਂ ਮੇਰਾ ਸੁਝਾਅ ਹੈ ਕਿ ਨਾਲ ਖੜਨ ਦਾ ਮਤਲਬ ਕੱਲੀਆਂ ਤਾਰੀਫਾਂ ਸੈਲਫੀਆਂ ਪਾਉਣਾ ਨਹੀਂ ਹੈ ਬਾਜਵਾ ਸਾਹਿਬ ਜੀ। ਮੈਂ ਇੱਕ ਗੱਲ ਪਹਿਲਾਂ ਕਹਿ ਦਿਆਂ ਕਿ ਕਈ ਵਾਰ ਗਲਤ ਮਤਲਬ ਸਮਝ ਲਿਆ ਜਾਂਦਾ ਕਿ ਰਮਨਦੀਪ ਸੋਢੀ ਸ਼ਾਇਦ ਸਾਡੇ ਤੋਂ ਡਾਲਰਾਂ ਦੀ ਮਦਦ ਮੰਗਦਾ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਲੀਡਰਾਂ ਦੇ ਨਾਲ ਜਦੋਂ ਮੋਢੇ ਨਾਲ ਮੋਢਾ ਜੋੜਨ ਦੀ ਗੱਲ ਆਉਂਦੀ ਹੈ ਤਾਂ ਇੱਥੋਂ 51,000 ਤੇ 1.25 ਲੱਖ ਡਾਲਰ ਦੇ ਫੰਡ ਜਾਂਦੇ ਆ ਬਾਜਵਾ ਸਾਹਿਬ। ਮੈਂ ਨਹੀਂ ਕਹਿੰਦਾ ਕਿ ਕੋਈ ਏਦਾਂ ਦੀ ਸੋਚ ਰੱਖਦਾ, ਪਰ ਇੱਕ ਸਵਾਲ ਆਪਦੇ ਮਨ ਨੂੰ ਸਾਰੇ ਕਰਕੇ ਵੇਖਣ, ਸੁਣਨ ਵਾਲੇ ਬੰਦੇ ਦੇ ਕੰਨ ਬੰਦੇ ਨੂੰ ਕਦੇ ਝੂਠ ਨਹੀਂ ਬੋਲਦੇ,
ਕਦੀ ਕਿਸੇ ਪੱਤਰਕਾਰ ਨੂੰ ਕਿਸੇ ਨੇ ਪੁੱਛਿਆ ਕਿ ਤੇਰੇ ਨਿਆਣਿਆਂ ਦੀ ਫੀਸ ਕਿੱਥੋਂ ਜਾਂਦੀ ਹੈ? ਬਿਲਕੁਲ ਨਹੀਂ। ਕਦੀ ਕਿਸੇ ਪੱਤਰਕਾਰ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਤੂੰ ਬਲੂ ਪਾਸਪੋਰਟ ਤੇ ਲੀਡਰਾਂ ਦੀ ਥੰਗੀ ਚ ਬੂਠਾ ਦੇ ਕੇ ਰੱਖਦਾ, ਤੈਨੂੰ ਕੋਈ ਡਰ ਤਾਂ ਨਹੀਂ ਹੈ? ਜੇ ਤੈਨੂੰ ਕੋਈ ਡਰ ਹੈ ਤਾਂ ਭਾਈ ਦੱਸ ਮੈਨੂੰ ਫਲਾਨਾ ਅਫਸਰ ਜਾਣਦਾ, ਮੈਂ ਉਹਨੂੰ ਕਹਿ ਦਿੰਦਾ। ਕਦੀ ਕਿਸੇ ਨੇ ਪੱਤਰਕਾਰ ਨੂੰ ਪੁੱਛਿਆ ਵੀ ਭਾਈ ਤੂੰ ਜੇ ਕਿਤੇ ਕਹਿ ਲਓ ਕਿ ਨਿੱਜੀ ਜ਼ਿੰਦਗੀ ਦੇ ਵਿੱਚ ਕਿਤੇ ਤੈਨੂੰ ਅੜਚਣ ਆਉਂਦੀ ਹੈ ਤੇ ਅਸੀਂ ਤੇਰੇ ਨਾਲ ਇੱਕ ਧਿਰ ਬਣ ਕੇ ਖੜਾਂਗੇ। ਮੇਰੀ ਜ਼ਿੰਦਗੀ ਦੇ ਵਿੱਚ ਮੈਂ ਸ਼ਾਬਾਸ਼ੀ ਬਹੁਤ ਖੱਟੀ ਹੈ, ਮੈਂ ਨਹੀਂ ਝੂਠ ਬੋਲਦਾ, ਮੈਂ ਮੁਨਕਰ ਨਹੀਂ ਹਾਂ ਕਿ ਮੇਰੇ ਨਾਲ ਲੋਕ ਖੜਨ ਵਾਲੇ ਨਹੀਂ ਹੈਗੇ, ਪਰ ਮੇਰੇ ਭਰਾ ਬਹੁਤ ਸਾਰੇ ਇਹੋ ਜਿਹੇ ਨੇ ਪੱਤਰਕਾਰ ਬਾਜਵਾ ਸਾਹਿਬ ਜਿਹੜੇ ਬੇਜ਼ਮੀਨੇ ਨੇ, ਜਿਨ੍ਹਾਂ ਦਾ ਗੁਜ਼ਾਰਾ ਵੀ ਪੱਤਰਕਾਰੀ ਦੀ ਕਮਾਈ ਤੋਂ ਹੀ ਹੋਣਾ, ਜਿਹੜੀ ਤਨਖਾਹ ਮਿਲਦੀ ਹੈ ਕੋਈ 10-15-20 ਹਜ਼ਾਰ ਰੁਪਇਆ ਉਹਦੇ ਤੋਂ ਹੀ ਹੋਣਾ। ਤਾਂ ਇੰਪੋਰਟੈਂਟ ਸਵਾਲ ਇਹ ਹੈ ਕਿ ਅਸੀਂ ਇਹ ਕਹਿੰਦੇ ਹਾਂ ਪੱਤਰਕਾਰ ਨੰਗੇ ਧੜ ਲੜੇ, ਪੱਤਰਕਾਰ ਜਿਹੜਾ ਉਹ ਨੰਗੇ ਧੜ ਲੜੇ, ਇੰਡੀਆ 'ਚ ਰਹਿ ਕੇ ਲੀਡਰਾਂ ਦੀ ਸੰਗੀ 'ਚ ਅੰਗੂਠਾ ਦੇ ਕੇ ਰੱਖੇ। ਪਰ ਤੁਸੀਂ ਇਮੈਜਿਨ ਤਾਂ ਕਰਕੇ ਵੇਖੋ ਨਾ ਕਿ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਵੀ ਉਹ ਜ਼ਰੂਰਤ ਪੈਦਾ ਨਹੀਂ ਕਰ ਸਕੇ, ਜ਼ਰੂਰਤ ਬਹੁਤ ਵੱਧ ਜਾਂਦੀ ਹੈ। ਤੁਹਾਨੂੰ ਇਹ ਖਦਸ਼ਾ ਨਹੀਂ ਹੈ ਬਾਜਵਾ ਸਾਹਿਬ ਕਿ ਤੁਹਾਡੇ ਨਿਆਣੇ ਸਕੂਲ ਜਾਂਦੇ ਆ ਤਾਂ ਕੋਈ ਘਟਨਾ ਵਾਪਰ ਸਕਦੀ ਹੈ? ਤੁਹਾਨੂੰ ਇਹ ਖਦਸ਼ਾ ਨਹੀਂ ਹੈ ਕਿ ਤੁਹਾਡੇ ਕਿਸੇ ਪਰਚੇ 'ਚ ਤੁਹਾਡਾ ਨਾਮ ਆ ਸਕਦਾ? ਤੁਹਾਨੂੰ ਇਹ ਖਦਸ਼ਾ ਨਹੀਂ ਹੈ ਕਿ ਸੜਕ ਤੇ ਜਾਂਦੇ ਮਗਰੋਂ ਤੁਹਾਡੀ ਕਾਰ 'ਚ ਟਰੱਕ ਵੱਜ ਸਕਦਾ? ਪਰ ਇਹਨਾਂ ਤਮਾਮ ਖਦਸ਼ਿਆਂ ਦੇ ਬਾਵਜੂਦ ਜੇਕਰ ਅਸੀਂ ਜਿੰਨੀ ਕੁ ਵੀ ਪੱਤਰਕਾਰੀ ਕਰ ਰਹੇ ਹਾਂ, ਮੈਂ ਸਮਝਦਾ ਹਾਂ ਕਿ ਉਹਦੇ ਨਾਲ ਇੱਕ ਤਾਂ ਸਬਰ ਕਰਨ ਦੀ ਲੋੜ ਹੈ ਤੇ ਸ਼ਲਾਘਾ ਦੇ ਨਾਲ ਚੱਲਦਿਆਂ ਇਹ ਵੀ ਸੋਚਣ ਦੀ ਲੋੜ ਹੈ ਕਿ ਪੱਤਰਕਾਰ ਆਖਿਰ ਉੱਥੇ ਲੀਡਰਾਂ ਦੇ ਸਾਹਮਣੇ ਖੜੇ ਤਾਂ ਕਿਉਂ ਖੜੇ? ਜੀ, ਇਹ ਜਿਹੜੀ ਗੱਲ ਆਪਾਂ ਸ਼ੇਅਰ ਕੀਤੀ ਆ ਆਪਣੇ ਦਰਸ਼ਕਾਂ ਨਾਲ ਸੋਢੀ ਸਾਹਿਬ ਨੇ, ਇਹ ਨੋਟ ਕਰਨ ਵਾਲੀ ਗੱਲ ਹੈ ਕਿ ਸਿਰਫ ਸੈਲਫੀਆਂ ਖਿਚਾਉਣ ਨਾਲ ਜਿਹੜਾ ਇਹ ਕਲਚਰ ਚੱਲ ਪਿਆ ਕਿ ਸੈਲਫੀ ਖਿਚਾ ਕੇ ਫੇਸਬੁੱਕ 'ਤੇ ਪਾ ਦਿਉ, ਇਹਦੇ ਨਾਲ ਗੱਲ ਨਹੀਂ ਬਣਨੀ। ਸਿਰਫ ਇੱਕ ਸ਼ਲਾਘਾ ਕਰ ਦਿਉ ਤਾਂ ਇੱਕ ਪੱਤਰਕਾਰ ਨੂੰ ਸਨਮਾਨਿਤ ਕਰ ਦਿਉ ਜਾਂ ਉਹਨਾਂ ਫੋਟੋ ਖਿਚਾ ਲਓ ਜਾਂ ਕਿਤੇ ਸਟੇਜ ਤੋਂ ਬੁਲਵਾ ਦਿਉ, ਇਹਦੇ ਨਾਲ ਗੱਲ ਨਹੀਂ ਬਣਨੀ। ਸਾਨੂੰ ਇੱਕ ਸਵਾਲ ਹੈ ਜਿਹੜਾ ਘਰ ਕਰ ਗਿਆ ਹੈ, ਜਿਹੜਾ ਇਹਨਾਂ ਦੇ ਜਵਾਬ 'ਚ ਹੈ ਕਿ ਕਿੱਦਾਂ ਇਹਨਾਂ ਦੇ ਨਾਲ ਰਾਬਤਾ ਬਣਾ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ, ਔਰ ਜਿਹੜਾ ਸਾਡੀ ਉਮੀਦ ਮਰ ਚੁੱਕੀ ਹੈ ਪੋਲੀਟੀਸ਼ੀਅਨਸ ਤੋਂ, ਜਿਹੜੀ ਸਾਡੀ ਉਮੀਦ ਮਰ ਚੁੱਕੀ ਹੈ ਕਿ ਸਾਡੇ ਭਾਰਤ ਦਾ, ਸਾਡੇ ਦੇਸ਼ ਦਾ, ਸਾਡੇ ਪੰਜਾਬ ਦਾ ਕੁਝ ਸਵਰ ਸਕਦਾ, ਉਹ ਇੱਕੋ ਹੀ ਉਮੀਦ ਬਚੀ ਹੈ ਦੋਸਤੋ, ਉਹ ਹੈ ਇਮਾਨਦਾਰ ਪੱਤਰਕਾਰ, ਇਮਾਨਦਾਰ ਜਰਨਲਿਜ਼ਮ। ਜੇ ਇਹ ਜਿਉਂਦਾ ਰੱਖਣ 'ਚ ਅਸੀਂ ਕਾਮਯਾਬ ਰਹੇ ਤਾਂ ਸਾਡੇ ਦੇਸ਼ ਦਾ, ਸਾਡੇ ਪੰਜਾਬ ਦਾ ਕੁਝ ਸਵਰ ਸਕਦਾ। ਇਹ ਗੱਲ ਨੋਟ ਕਰ ਲਿਓ ਕਿ ਇੱਕ ਲਹਿਰ ਆਈ ਸੀਗੀ ਆਮ ਆਦਮੀ ਪਾਰਟੀ ਦੀ, ਉਹਨੇ ਵੀ ਨਿਰਾਸ਼ ਕੀਤਾ, ਅਤੇ ਅੱਜ ਇਸ ਨੂੰ ਸਾਂਭਣ ਦੀ ਲੋੜ ਹੈ। ਇਹ ਇੰਟਰਵਿਊ ਦੇ ਇੱਕ ਇੱਕ ਜਵਾਬ ਜਿਹੜਾ, ਇੱਕ ਇੱਕ ਲਫ਼ਜ਼ ਜਿਹੜਾ ਕਿਹਾ ਜਾ ਰਿਹਾ ਸੋਢੀ ਸਾਹਿਬ ਤੋਂ, ਉਹ ਨੋਟ ਕਰਨ ਦੀ ਲੋੜ ਹੈ ਅਤੇ ਉਹ 'ਤੇ ਅਮਲ ਕਰਨ ਦੀ ਲੋੜ ਹੈ। ਜੀ ਸੋਢੀ ਸਾਹਿਬ, ਅੱਗੇ ਵੱਧਦੇ ਹਾਂ ਆਪਣੀ ਤੁਹਾਡੀ ਇਸ ਇੰਟਰਵਿਊ 'ਚ, ਔਰ ਹੁਣ ਤੱਕ ਦੀ ਤੁਹਾਡੀ ਜਿਹੜੀ ਗੱਲਬਾਤ ਹੈ ਉਹਨਾਂ 100% ਸਹਿਮਤ ਹਾਂ ਕਿ ਕੁਛ ਨਹੀਂ ਕੀਤਾ ਗਿਆ ਉਹਨਾਂ ਨੂੰ ਬਚਾਉਣ ਲਈ ਜਿਹੜੇ ਕਿ ਸਾਡੇ ਲਈ ਖੜਦੇ ਰਹੇ। ਜੀ, ਔਰ ਨੈਕਸਟ ਮੇਰਾ ਸਵਾਲ ਇਹ ਹੈ ਕਿ ਪੱਤਰਕਾਰਤਾ ਦੇ ਨਾਲ ਹੀ ਜੁੜਿਆ ਆਪਾਂ ਕੰਪੈਰੀਜ਼ਨ ਕਰਦੇ ਹਾਂ, ਇਸ ਸੁਝਾਅ ਦੇ ਨਾਲ ਨਾਲ ਜ਼ਮੀਨੀ ਪੱਧਰ 'ਤੇ ਤੁਹਾਡੇ ਨਾਲ ਖੜਨ ਦੇ ਬਾਵਜੂਦ ਪੱਤਰਕਾਰਿਤਾ ਦਾ ਕੰਪੈਰੀਜ਼ਨ ਅਗਰ ਅਸੀਂ ਕਰੀਏ ਤਾਂ ਹਿੰਦੁਸਤਾਨ ਦੇ ਵਿੱਚ, ਭਾਰਤ ਵਿੱਚ ਜਿਹੜਾ ਰੈਂਕਿੰਗ ਸਿਸਟਮ ਹੈ ਇੰਟਰਨੈਸ਼ਨਲ, ਉਹ 150 ਕੰਟਰੀਜ਼ ਵਿੱਚੋਂ 134 ਤੋਂ ਸਲਿੱਪ ਕਰਕੇ 138 ਹੋ ਗਿਆ ਹੈ। ਜੀ, ਇਹਦੇ 'ਚ ਮੈਂ ਸਿਰਫ ਐਕਸਕਲੂਸਿਵ ਰੱਖੂੰਗਾ ਮੇਨ ਸਟ੍ਰੀਮ ਮੀਡੀਆ ਨੂੰ, ਕਿਉਂਕਿ ਸਾਡੇ ਜਰਨਲਿਜ਼ਮ ਜਿਹੜੀ ਹੈਗੀ ਆ ਉਹ ਬਾਹਰਲੇ ਮੁਲਕਾਂ 'ਚ, ਤੁਸੀਂ ਵੀ ਵੈਲ ਟਰੈਵਲਡ ਹੋ, ਤੁਸੀਂ ਕੈਨੇਡਾ ਗਏ, UK ਗਏ, ਅਮੈਰੀਕਾ ਗਏ, ਬਾਕੀ ਮੁਲਕਾਂ 'ਚ ਵੀ ਗਏ, ਮੇਰੇ ਖਿਆਲ ਨਾਲ ਵਨ ਆਫ ਦਾ ਵੈਲ ਟਰੈਵਲਡ ਪਰਸਨ, ਔਰ ਮੈਂ ਸਮਝਦਾ ਕਿ ਜਿਹੜੀ ਵਿਜ਼ਡਮ ਹੈ, ਜਿਹੜੀ ਸੁਲਝਾਪਨ ਹੈ, ਉਹ ਸਿਰਫ ਐਜੂਕੇਸ਼ਨ ਨਾਲ ਨਹੀਂ ਆਉਂਦਾ। ਜਦ ਤੱਕ ਇਨਸਾਨ ਬਹੁਤ ਲੋਕਾਂ ਨੂੰ ਨਹੀਂ ਮਿਲਦਾ, ਵੱਖਰੇ ਵੱਖਰੇ ਲੋਕਾਂ ਨੂੰ ਵੱਖਰੀ ਵੱਖਰੀ ਜਗ੍ਹਾ 'ਤੇ ਜਾ ਕੇ ਨਹੀਂ ਮਿਲਦਾ, ਉਨੀ ਦੇਰ ਤੱਕ ਜਿਹੜੀ ਅੰਦਰੋਂ ਤੁਹਾਡੀ ਸੋਝੀ ਹੈ ਉਹ ਸੁਲਝੀ ਹੋਈ ਨਹੀਂ ਬਣ ਸਕਦੀ। ਮੈਂ ਤੁਹਾਨੂੰ ਇੱਕ ਸੁਲਝਿਆ ਹੋਇਆ ਇਨਸਾਨ ਸਮਝਦਾ ਹਾਂ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਹਾਂ ਕਿ ਕੀ ਅੰਤਰ ਹੈ ਕਿ ਸਾਡੀ ਜਿਹੜੀ ਮਾਨਸਿਕਤਾ ਹੈ ਬਾਹਰਲੇ ਮੁਲਕਾਂ 'ਚ ਆ ਕੇ ਵੀ, ਜਿਹੜੀ ਜਰਨਲਿਜ਼ਮ ਹੈ, ਜਰਨਲਿਜ਼ਮ ਦੀ ਕਈ ਪੜਾਅ ਆ, ਇਨਵੈਸਟੀਗੇਟਿਵ ਜਰਨਲਿਜ਼ਮ ਹੈ ਨਾ ਜੀ, ਫਿਰ ਤੁਸੀਂ ਉਹ ਤੋਂ ਗੱਲ ਲੈ ਕੇ ਲਾਈਵ ਰਿਪੋਰਟਿੰਗ ਜਰਨਲਿਜ਼ਮ ਜਿਵੇਂ ਕਿ ਤੁਸੀਂ ਹੋ, ਸਾਡੀ ਜਿਹੜੀ ਭਾਰਤੀ ਪੱਤਰਕਾਰ ਜਿਹੜੇ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਇੱਕ ਨਿਊਜ਼ ਰਿਪੋਰਟਿੰਗ ਤੱਕ ਬਣ ਕੇ ਰਹਿ ਜਾਂਦੇ ਆ, ਇੱਕ ਕਲਚਰ ਨੂੰ ਅੱਗੇ ਰੱਖ ਕੇ ਇੱਕ ਪ੍ਰਮੋਸ਼ਨਲ ਵੀਡੀਓਜ਼ ਚਲਾਉਣ ਤੱਕ ਹੀ ਰਹਿ ਜਾਂਦੇ ਨੇ, ਕੀ ਕਾਰਨ ਹੈ ਕਿ ਇਹ ਮਾਨਸਿਕਤਾ ਕਦੋਂ ਤੇ ਕਿੱਦਾਂ ਚੇਂਜ ਹੋ ਸਕਦੀ ਹੈ? ਪਹਿਲੀ ਗੱਲ ਤਾਂ ਬਾਜਵਾ ਸਾਹਿਬ, ਮੈਂ ਇਸਤਕਬਾਲ ਕਰਦਾ, ਕਬੂਲ ਕਰਦਾ ਕਿ ਮੈਂ ਵੀ ਪੱਤਰਕਾਰ ਨਹੀਂ ਹਾਂ, ਇਨਵੈਸਟੀਗੇਸ਼ਨ ਵਾਲਾ ਪੋਰਸ਼ਨ ਮੇਰੀ ਪੱਤਰਕਾਰੀ 'ਚੋਂ ਵੀ ਖਤਮ ਹੈ। ਠੀਕ ਹੈ, ਪੋਲੀਟੀਕਲ ਸਿਸਟਮ ਜੋ ਦੁਨੀਆ ਅੱਜ ਲਾਈਕ ਕਰਦੀ ਹੈ, ਇੰਨਾ ਜ਼ਰੂਰ ਹੈ ਕਿ ਸਿਸਟਮ ਨੂੰ ਸਵਾਲ ਕਰ ਰਹੇ ਹਾਂ, ਕਿਉਂਕਿ ਪੱਤਰਕਾਰ ਦਾ ਮਤਲਬ ਸਵਾਲ ਚੁੱਕਣਾ ਨਹੀਂ ਹੁੰਦਾ, ਪੱਤਰਕਾਰ ਦਾ ਮਤਲਬ ਸਵਾਲ ਪੁੱਛਣਾ ਹੁੰਦਾ। ਮੈਨੂੰ ਇਹ ਲੱਗਦਾ ਕਿ
ਚਲੋ ਇੰਨਾ ਕੁ ਫਰਜ਼ ਅਸੀਂ ਨਿਭਾ ਰਹੇ ਹਾਂ, ਬੇਸ਼ੱਕ ਇਨਵੈਸਟੀਗੇਸ਼ਨ ਪੱਤਰਕਾਰੀ ਤਾਂ ਸਾਡੇ ਚੋਂ ਵੀ ਕਹਿ ਲਓ ਕਿ ਮਨਫੀ ਹੋ ਚੁੱਕੀ ਹੈ। ਦੂਸਰੀ ਗੱਲ, ਪੱਤਰਕਾਰੀ 'ਚ ਨਿਘਾਰ ਕਿਉਂ ਆਇਆ? ਮੈਂ ਪਹਿਲਾਂ ਭਾਰਤ ਵਾਲੇ ਪਾਸੇ ਦੀ ਗੱਲ ਕਰੂੰਗਾ। ਨਿਘਾਰ ਇਸ ਕਰਕੇ ਆਇਆ ਕਿ ਸਿਆਸੀ ਘਰਾਣੇ ਜਿਹੜੇ ਨੇ ਬਾਜਵਾ ਸਾਹਿਬ, ਉਹਨਾਂ ਦਾ ਇਸ ਪੇਸ਼ੇ ਦੇ ਵਿੱਚ ਕਹਿ ਲਓ ਕਿ ਐਂਟਰੀ ਹੋ ਚੁੱਕੀ ਹੈ। ਬਹੁਤ ਗਿਣਤੀ ਚੈਨਲਸ ਦੇ ਪਿੱਛੇ ਵੱਖ ਵੱਖ ਪਾਰਟੀਆਂ ਦੇ ਲੀਡਰ ਨੇ, ਹੁਣ ਤਾਂ ਪੰਜਾਬ 'ਚ ਵੀ ਕਿਹਾ ਜਾਂਦਾ ਕਿ ਪੱਤਰਕਾਰ ਪਾਰਟੀਆਂ ਦੇ ਹੋ ਚੁੱਕੇ ਨੇ। ਬਾਜਵਾ ਸਾਹਿਬ, ਜੇਕਰ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰ ਹੋਵੋ ਤਾਂ ਤੁਹਾਡੇ ਚੈਨਲ ਦਾ ਸਟਾਫ ਆਮ ਆਦਮੀ ਪਾਰਟੀ ਪੱਖੀ ਗੱਲ ਕਿਉਂ ਨਹੀਂ ਕਰੂਗਾ? ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜਿਹੜੇ ਲੀਡਰ ਨੇ, ਕੋਈ ਬੀਜੇਪੀ ਦਾ ਲੀਡਰ ਹੈ ਉਹਦਾ ਆਪਦਾ ਚੈਨਲ ਹੈ, ਕੋਈ ਕਾਂਗਰਸ ਦਾ ਲੀਡਰ ਹੈ ਉਹਦਾ ਆਪਦਾ ਚੈਨਲ ਹੈ, ਸਟਾਫ ਦੀ ਆਈਡੀਓਲੋਜੀ ਕਿਵੇਂ ਨਾ ਹੋਊਗੀ? ਪੱਤਰਕਾਰ ਤਾਂ ਪੱਤਰਕਾਰੀ ਕਰਨੀ ਚਾਹੁੰਦਾ, ਪਰ ਉਹਨੂੰ ਅਦਾਰਾ ਤਾਂ ਮਿਲੇ ਨਾ, ਪੱਤਰਕਾਰ ਨੂੰ ਅਦਾਰਾ ਤਾਂ ਮਿਲੇ ਨਾ ਪੱਤਰਕਾਰੀ ਕਰਨ ਵਾਲਾ, ਕਿਉਂਕਿ ਇੱਕ ਪੱਤਰਕਾਰ ਦੇ ਲਈ ਅਦਾਰਾ ਖੜਾ ਕਰਨਾ ਬਹੁਤ ਔਖਾ। ਫਿਰ ਉੱਥੇ ਜਿਹੜੇ ਰਵਾਇਤੀ ਅਦਾਰੇ ਨੇ, ਉਹਨਾਂ ਨੇ ਪੱਤਰਕਾਰਾਂ ਨੇ ਆਪਦਾ ਦਰਗੁਜ਼ਰ ਵੀ ਤਾਂ ਕਰਨਾ ਨਾ ਬਾਜਵਾ ਸਾਹਿਬ, ਹੁਣ ਘਰ ਕਿਵੇਂ ਚਲਾਉਣਾ ਹੈ? ਦਿੱਕਤ ਇਹ, ਆਪਦਾ ਘਰ ਫੂਕ ਕੇ ਤਮਾਸ਼ਾ ਨਹੀਂ ਵੇਖਿਆ ਜਾਂਦਾ। ਮੈਂ ਵਾਪਸੀ ਉਸੇ ਗੱਲ ਤੇ ਆਊਂਗਾ, ਇੱਕ ਪੱਤਰਕਾਰ ਕਿਵੇਂ ਜੁਰਤ ਰੱਖੂਗਾ ਜਦੋਂ ਉਹਨੂੰ ਇਹ ਨਹੀਂ ਆਸ ਹੈਗੀ ਕਿ ਭਾਈ ਮੇਰੇ ਨਿਆਣਿਆਂ ਦੀ ਫੀਸ ਕਿੱਥੋਂ ਜਾਊਗੀ? ਚਲੋ ਉਹ ਰਵਾਇਤੀ ਅਦਾਰਿਆਂ ਤੋਂ ਪਾਸੇ ਹਟ ਕੇ ਜੇਕਰ ਕੱਲਾ ਵੀ ਪੰਗੇ ਲੈਣ ਲੱਗ ਪਵੇ, ਮੰਨ ਲਓ ਅੱਜ ਦੇ ਦੌਰ 'ਚ ਆਪਣਾ ਯੂਟਿਊਬ ਚੈਨਲ ਚਲਾ ਲਏ, ਆਪਣਾ ਫੇਸਬੁੱਕ ਚਲਾ ਲਏ, ਹਾਲਾਂਕਿ ਇੰਨਾ ਸੌਖਾ ਨਹੀਂ ਆ, ਪਰ ਮੰਨ ਲਓ ਵੀ ਜੇ ਉਹ ਚਲਾ ਵੀ ਲਵੇ ਤਾਂ ਉਹ ਕਿੱਥੋਂ ਖਰਚਾ ਕੱਢੂਗਾ? ਉਹਦਾ ਪਰਿਵਾਰ ਕਿੱਥੋਂ ਚੱਲੂਗਾ? ਹੁਣ ਗੱਲ ਉਹੀ ਆ ਵੀ ਭਗਤ ਸਿੰਘ ਜੰਮੇ ਪਰ ਜੰਮੇ ਗੁਆਂਢੀਆਂ ਦੇ ਘਰੇ, ਤਾਂ ਇਹ ਔਖਾ ਤਾਂ ਬਹੁਤ ਆ ਨਾ, ਉਹਨੂੰ ਸਾਨੂੰ ਸ਼ੈਲਟਰ ਤਾਂ ਕਰਨਾ ਪਊਗਾ ਨਾ। ਇਸ ਕਰਕੇ ਫਿਰ ਇਮਾਨਦਾਰ ਪੱਤਰਕਾਰ ਦਾ ਲੱਕ ਟੁੱਟਦਾ, ਉਹ ਕਹਿੰਦਾ ਠੀਕ ਆ ਭਾਈ ਮੈਨੂੰ ਫਿਰ ਰਵਾਇਤੀ ਚੈਨਲ, ਕੋਈ ਅਕਾਲੀਆਂ ਦਾ, ਕੋਈ ਭਾਜਪਾ ਦਾ, ਕੋਈ ਬੀਜੇਪੀ ਦਾ, ਕੋਈ ਕਾਂਗਰਸ ਦਾ, ਮੈਨੂੰ ਉਹੀ ਜੁਆਇਨ ਕਰਨਾ ਪੈਣਾ, ਤਾਂ ਉੱਥੇ ਰਹਿ ਕੇ ਫਿਰ ਉਹਦੀ ਆਈਡੀਓਲੋਜੀ 'ਚ ਕੰਮ ਕਰਨਾ ਪੈਂਦਾ। ਪਰ ਜਦੋਂ ਦਾ ਸੋਸ਼ਲ ਮੀਡੀਆ ਆਇਆ, ਸੋਸ਼ਲ ਮੀਡੀਆ ਇੱਕ ਰੈਵੋਲੂਸ਼ਨ ਲੈ ਕੇ ਆਇਆ ਬਾਜਵਾ ਸਾਹਿਬ। ਸੋਸ਼ਲ ਮੀਡੀਆ 'ਤੇ ਇਹ ਡਰ ਨਹੀਂ ਹੈ, ਤੁਹਾਨੂੰ ਕੋਈ ਕੇਬਲ ਤੋਂ ਹਟਾ ਦੂਗਾ, ਤੁਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਬੋਲ ਸਕਦੇ। ਸੋਸ਼ਲ ਮੀਡੀਆ ਨੇ ਇੱਕ ਫਰੀਡਮ ਦਿੱਤੀ, ਹਾਲਾਂਕਿ ਇਹਦੇ 'ਤੇ ਵੀ ਬਹੁਤ ਸਾਰੇ ਏਜੰਡੇ ਚੱਲਣ ਲੱਗੇ, ਪਰ ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਕਿ ਜੇ ਰਮਨ ਨੂੰ ਰਮਨਦੀਪ ਸਿੰਘ ਸੋਢੀ ਬਣਾਇਆ ਤਾਂ ਉਹ ਸੋਸ਼ਲ ਮੀਡੀਆ ਨੇ ਬਣਾਇਆ, ਔਰ ਸੋਸ਼ਲ ਮੀਡੀਆ ਕਰਕੇ ਮੈਂ ਨਿਰਪੱਖ ਪੱਤਰਕਾਰੀ ਕਰ ਸਕਿਆ, ਕਿਉਂਕਿ ਸਾਨੂੰ ਡਰ ਨਹੀਂ ਹੈ ਨਾ। ਅਸੀਂ ਪੱਤਰਕਾਰਤਾ 'ਤੇ ਸਵਾਲ ਚੱਕਦੇ ਹਾਂ ਬਾਜਵਾ ਸਾਹਿਬ ਕਿ ਪੱਤਰਕਾਰੀ ਵਿਕਾਊ ਹੋ ਚੁੱਕੀ ਹੈ, ਪੱਤਰਕਾਰ ਪਾਰਟੀਆਂ ਦੇ ਹੋ ਚੁੱਕੇ, ਪਾਰਟੀਆਂ ਦੇ ਪੱਤਰਕਾਰ ਕਿਉਂ ਨਾ ਹੋਣ? ਪਹਿਲੀ ਗੱਲ ਤਾਂ ਇਹਦੇ 'ਚ ਸਿਆਸੀ ਜਿਹੜੇ ਲੋਕ ਨੇ ਉਹਨਾਂ ਦੀ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਜਿਹੜੇ ਇਹ ਮੰਨਿਆ ਜਾਵੇ ਕਿ ਕੋਈ ਲੀਡਰ ਚੈਨਲ ਆਪਦਾ ਸਟਾਰਟ ਨਹੀਂ ਕਰ ਸਕਦਾ, ਇਹ ਬ੍ਰੌਡਕਾਸਟਿੰਗ ਦਾ ਰੂਲ ਹੋਣਾ ਚਾਹੀਦਾ ਪ੍ਰਸਾਰ ਭਾਰਤੀ ਦਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਜਿਹੜਾ ਉੱਥੇ ਕਹਿ ਲਓ ਕਿ ਤੁਸੀਂ ਜਿਹੜੀਆਂ ਅਪਰੂਵਲਸ ਹੈਗੀਆਂ ਨੇ ਅਖਬਾਰਾਂ ਦੀਆਂ, ਤਾਂ ਅਖਬਾਰ ਤਾਂ ਨਿਰਭਰ ਹੀ ਸਰਕਾਰੀ ਐਡ ਤੇ ਕਰਦੇ ਨੇ, ਔਰ ਜੇ ਟੈਲੀਵਿਜ਼ਨ ਨੂੰ ਵੀ ਕਾਰਪੋਰੇਟ ਦੀ ਐਡ ਨਹੀਂ ਆਉਂਦੀ। ਅੱਜ ਕੱਲ੍ਹ ਇੰਪੋਰਟੈਂਟ ਗੱਲ ਇਹ ਹੈ, ਲੋਕ ਕਹਿੰਦੇ ਆ ਕਿ ਤੁਸੀਂ ਕ੍ਰਾਂਤੀਕਾਰੀ ਬਣੋ, ਪਰ ਬਣੋ ਆਪਦੇ ਦਮ ਤੇ, ਆਪਣੇ ਦਮ ਤੇ। ਹੁਣ ਅਦਾਰਾ ਜਿਹੜਾ ਹੈ ਬਾਜਵਾ ਸਾਹਿਬ, ਉਹ ਚੈਰੀਟੇਬਲ ਟਰੱਸਟ ਤਾਂ ਹੈ ਨਹੀਂ। ਹੁਣ ਤੁਸੀਂ ਸਬਕਾ ਟੀਵੀ ਚਲਾ ਰਹੇ ਹੋ, ਤੁਹਾਡਾ ਖਰਚਾ ਵੀ ਹੋਊਗਾ, ਇਸ ਮੁਲਕ ਦੀ ਦਿਹਾੜੀਆਂ ਕਰ ਕਰਕੇ ਪੈਸੇ ਕਮਾਉਣੇ ਪੈਂਦੇ, ਕੋਈ 4 ਬੰਦੇ ਤੁਸੀਂ ਰੱਖੇ ਵੀ ਹੋਣਗੇ, ਤੁਸੀਂ ਟੈਕਨੀਕਲੀ ਬੜੇ ਸਾਊਂਡ ਹੋ, ਟੈਕਨੀਕਲ ਤੁਸੀਂ ਐਡਾ ਇਕਵਿਪਮੈਂਟ ਲਾਇਆ, ਆਖਿਰਕਾਰ ਪੈਸੇ ਲੱਗੇ ਹੈ ਨਾ ਜੀ। ਤੁਹਾਨੂੰ ਹੁਣ ਜੇ ਤੁਸੀਂ ਕਿਸੇ ਇੱਥੇ ਰੈਸਟੋਰੈਂਟ ਤੇ ਜਾਓ, ਤੁਸੀਂ ਮੰਨ ਲਓ ਸਿੱਖ ਖੇਡਾਂ ਨੂੰ ਕਹੋ ਵੀ ਭਾਈ $1000 ਦੀ ਐਡ ਮੈਨੂੰ ਵੀ ਦਿਓ ਤੁਸੀਂ, ਕਿ ਸਾਡੀ ਗੱਡੀ ਕਿਵੇਂ, ਪਰ ਰੌਲਾ ਆ ਕਿ ਐਡ ਕੌਣ ਦੇਣਾ ਚਾਹੁੰਦਾ ਜੀ? ਉਹ ਕਹਿੰਦਾ ਨਾ ਭਾਈ, ਗੱਲ ਹੈ ਕਿ ਜਿਹੜੀ ਕਲਾਸ ਕਢਵਾ ਦਿਓ, ਜਿੰਨੀ ਕਢਵਾਈ ਜਾ ਸਕਦੀ, ਮੈਨੂੰ ਮਸ਼ਹੂਰ ਕਰ ਦਿਓ, ਤਾਂ ਅਸੀਂ ਸਾਥ ਦੇਣਾ ਜੀ। ਪਰ ਅਦਾਰਿਆਂ ਨੂੰ ਇਹ ਕਹਿਣਾ ਤੁਸੀਂ ਫਲਾਨੀ ਐਡ ਨਾ ਚਲਾਓ, ਤੁਸੀਂ ਪੰਡਿਤ ਨਾ ਚਲਾਓ ਜੀ, ਤੁਸੀਂ ਫਲਾਨਾ ਨਾ ਚਲਾਓ, ਤੁਸੀਂ ਏਜੰਟ ਨਾ ਚਲਾਓ, ਤੁਸੀਂ ਇਮੀਗ੍ਰੇਸ਼ਨ ਨਾ ਚਲਾਓ, ਤੁਸੀਂ ਉਹ ਨਾ। ਸਵਾਲ ਕਰਨੇ ਸੌਖੇ ਆ, ਪਰ ਸਾਨੂੰ ਇਹ ਸੋਚਣਾ ਪਊਗਾ ਕਿ ਅਦਾਰਿਆਂ ਦੇ ਵਿੱਚ ਜਿਹੜਾ 5-5 ਹਜ਼ਾਰ ਬੰਦਾ ਕੰਮ ਕਰਦਾ, ਉਹਦੀਆਂ ਤਨਖਾਹਾਂ ਕਿੱਥੋਂ ਆਉਣ? ਹੁਣ ਮੈਂ ਸਿੱਧੇ ਤੌਰ ਤੇ ਕਹਿੰਦਾ ਬਾਜਵਾ ਸਾਹਿਬ, ਇਹ ਤਨਖਾਹਾਂ ਤਾਂ ਨਿਕਲਦੀਆਂ ਜਦੋਂ ਸਰਕਾਰ ਦੀਆਂ ਐਡਾਂ ਆਉਂਦੀਆਂ, ਸਰਕਾਰ ਦੀਆਂ ਐਡਸ ਆਉਂਦੀਆਂ ਨੇ, ਤਾਂ ਸੁਭਾਵਿਕ ਤੌਰ ਤੇ ਫਿਰ ਅਦਾਰੇ ਵੀ ਅਪਲਾਈਜ਼ ਕਰਦੇ ਨੇ, ਚਾਹੇ ਉਹ ਨੈਸ਼ਨਲ ਅਦਾਰੇ ਨੇ ਚਾਹੇ ਰੀਜਨਲ ਅਦਾਰੇ ਨੇ, ਕਿਉਂਕਿ ਉਹਨਾਂ ਨੇ ਰੈਵਨਿਊ ਕਿੱਥੋਂ ਲੈ ਕੇ ਆਉਣਾ ਬਾਜਵਾ ਸਾਹਿਬ? ਹੁਣ ਅਸੀਂ ਵੀ ਤਾਂ ਕਿਸੇ ਨੂੰ $100 ਦੀ ਐਡ ਦਈਏ ਤਾਂ ਅਸੀਂ ਵੀ ਤਾਂ ਰੋਪ ਮਾਰ ਜਾਣਾ, ਭਾਈ ਮੇਰਾ ਫਲਾਨੇ ਚੀਜ਼ ਆਇਆ ਯਾਰ ਤੂੰ ਐਂ ਚਲਾਤੀ। ਉਸ ਤਰੀਕੇ ਦੇ ਨਾਲ ਅਦਾਰੇ ਜਿਹੜੇ ਨਿਰਭਰ ਕਰਦੇ ਨੇ, ਉਹ ਸਰਕਾਰਾਂ ਦੇ ਹੱਥ 'ਚ ਰੈਵਨਿਊ ਵੀ ਹੈਗਾ। ਦੂਸਰਾ, ਬਹੁਤ ਸਾਰੀਆਂ ਅਪਰੂਵਲਸ ਨੇ, ਹੁਣ ਚੈਨਲ ਦੀ ਅਪਰੂਵਲ ਕਿਹਨੇ ਦੇਣੀ ਆ? ਸਰਕਾਰ ਨੇ ਅਪਰੂਵਲ ਦੇਣੀ ਆ। ਮੋਨੀਟਰ ਕੌਣ ਕਰ ਰਿਹਾ? ਪ੍ਰਸਾਰ ਭਾਰਤੀ ਮੋਨੀਟਰ ਕਰ ਰਹੀ ਹੈ। ਇਸ ਕਰਕੇ ਅਜੇ ਵੀ ਮੀਡੀਆ ਨਿਰਪੱਖ ਨਹੀਂ ਹੈ, ਮੀਡੀਆ ਦੀਆਂ ਬਹੁਤ ਸਾਰੀਆਂ ਕੁੰਜੀਆਂ ਸਰਕਾਰਾਂ ਦੇ ਕੋਲ ਹੈਗੀਆਂ ਨੇ, ਪਰ ਜਿਹੜਾ ਮੀਡੀਆ ਕਹਿ ਲਓ ਤੁਸੀਂ ਪੱਖਪਾਤੀ ਹੋ ਗਿਆ, ਸਰਕਾਰਾਂ ਦਾ ਮੀਡੀਆ ਹੋ ਗਿਆ, ਪਾਰਟੀਆਂ ਦਾ ਮੀਡੀਆ ਹੋ ਗਿਆ, ਉਹਦਾ ਕਾਰਨ ਇਹ ਹੈ ਬਾਜਵਾ ਸਾਹਿਬ ਕਿ ਮੀਡੀਆ ਦੇ ਪਿੱਛੇ ਜਿਹੜੇ ਮਾਲਕ ਨੇ ਉਹਨਾਂ ਦੀ ਵਿਚਾਰਧਾਰਾ ਹੀ ਨਹੀਂ, ਬਲਕਿ ਉਹਨਾਂ ਦੀ ਪਾਰਟੀ ਹੀ ਵੱਖੋ ਵੱਖ ਹੈ। ਉਹ ਕਿਸੇ ਦੀ ਬੀਜੇਪੀ ਨਾਲ ਸੈਟਿੰਗ ਹੈ, ਕਿਸੇ ਦੀ ਕਾਂਗਰਸ ਨਾਲ ਸੈਟਿੰਗ ਹੈ, ਸੈਟਿੰਗ ਤੱਕ ਸੀਮਤ ਨਹੀਂ। ਕੋਈ ਸਾਂਸਦ ਹੈ, ਕੋਈ ਕਿਸੇ ਪਾਰਟੀ ਦਾ ਸਾਂਸਦ ਹੈ, ਕੋਈ ਕਿਸੇ ਪਾਰਟੀ ਦਾ MLA ਹੈ। ਇਸ ਕਰਕੇ ਅਦਾਰਿਆਂ ਦੀ ਜਿਹੜੀ ਟੋਨ ਹੈ ਉਹ ਪਾਰਟੀਆਂ ਦੇ ਪੱਖੀ ਹੈ, ਪਰ ਸੋਸ਼ਲ ਮੀਡੀਆ ਦੇ ਦੌਰ 'ਚ ਕੁਝ ਅਦਾਰਿਆਂ ਨੇ ਰੈਗੂਲੇਸ਼ਨ ਲੈ ਕੇ ਆਂਦਾ, ਪਰ ਉਹਦੇ ਬਾਰੇ ਮੇਰੇ ਖਿਆਲ ਜ਼ਿਕਰ ਕਰਨ ਦੀ ਮੈਨੂੰ ਲੋੜ ਨਹੀਂ ਹੈ। ਅਗਲੀ ਗੱਲ ਬਾਜਵਾ ਸਾਹਿਬ ਮੈਂ ਆਉਣਾ ਹੁਣ ਇਧਰਲੇ ਪਾਸੇ, ਚਲੋ ਸਾਡੇ ਤੇ ਤਾਂ ਬਹੁਤ ਸਾਰੀਆਂ ਬੰਦਿਸ਼ਾਂ ਕਹਿ ਲਓ ਕਿ ਤੁਸੀਂ
ਤਾਂ ਇੱਕ ਇੰਪੋਰਟੈਂਟ ਸਵਾਲ ਸੋਚਣ ਦੀ ਲੋੜ ਹੈ ਕਿ ਫਿਰ ਵਿਦੇਸ਼ਾਂ 'ਚ ਪੱਤਰਕਾਰੀ 'ਚ ਰੈਗੂਲੇਸ਼ਨ ਕਿਉਂ ਨਹੀਂ ਆ ਸਕਿਆ, ਵਿਦੇਸ਼ੀ ਮੁਲਕਾਂ 'ਚ ਅਜਿਹੇ ਪੱਤਰਕਾਰ ਕਿਉਂ ਨਹੀਂ? ਹੁਣ ਤਾਂ ਪੰਜਾਬ ਸਾਡਾ ਇੱਕ ਨਹੀਂ ਹੈ ਬਾਜਵਾ ਸਾਹਿਬ, ਹੁਣ ਤਾਂ 7.5 ਪੰਜਾਬ ਹੋ ਗਿਆ, ਹੁਣ ਵਿਦੇਸ਼ਾਂ ਦੇ ਵਿੱਚ ਇਹੋ ਜਿਹੇ ਪੱਤਰਕਾਰ ਕਿਉਂ ਨਹੀਂ ਪੈਦਾ ਹੋ ਸਕੇ ਜਿਹੜੇ ਜਿਹੜੇ ਲੀਡਰਾਂ ਨੂੰ ਸਵਾਲ ਕਰਨ? ਇੱਥੋਂ ਅਜਿਹੀ ਟੀਮ ਪੈਦਾ ਕਿਉਂ ਨਹੀਂ ਹੋ ਸਕੀ ਕਿ ਜਿਹੜੇ ਪੰਜਾਬ ਦੇ ਲੀਡਰਾਂ ਦੀ ਜਾਂ ਇੰਡੀਆ ਦੇ ਲੀਡਰਾਂ ਦੀ ਸੰਗੀ 'ਚ ਜਾ ਕੇ ਅੰਗੂਠਾ ਦੇਣ? ਸਾਡੇ ਵੀ ਇੱਦਾਂ ਕਿਉਂ ਹੋ ਗਿਆ ਕਿ ਲੀਡਰ ਜਦੋਂ ਕਿਸੇ ਏਅਰਪੋਰਟ 'ਤੇ ਲੈਂਡ ਕਰਦਾ ਤਾਂ ਅਸੀਂ ਸੈਲਫੀਆਂ ਕਰਵਾਉਣੀਆਂ ਸ਼ੁਰੂ ਕਰ ਦਿੰਦੇ ਹਾਂ? ਸਾਨੂੰ ਇਹ ਕਿਹਾ ਜਾਂਦਾ, ਮੈਂ ਹਾਂ ਚਾਹੇ ਯਾਦਵਿੰਦਰ ਕਰਫਿਊ ਹੈ, ਚਾਹੇ ਨਪਿੰਦਰ ਬਰਾੜ ਹੈ, ਚਾਹੇ ਸਿਮਰਨਜੋਤ ਮੱਕੜ ਹੈ, ਚਾਹੇ ਜਿੰਨੇ ਵੀ ਪੱਤਰਕਾਰ ਨੇ, ਸਾਨੂੰ ਇਹ ਕਿਹਾ ਜਾਂਦਾ ਕਿ ਭਾਈ ਪੱਤਰਕਾਰ ਦੇ ਕੱਪੜੇ ਲਾ ਦਿਓ, ਚੰਗੇ ਤੇ, ਮਾਫ਼ ਕਰਨਾ, ਲੀਡਰ ਤੇ ਕੱਪੜੇ ਲਾਓ, ਚੰਗੇ ਤਰੀਕੇ ਨਾਲ ਉਹਨੂੰ ਠੋਕੋ ਔਰ ਉਹਨੂੰ ਸਵਾਲ ਕਰੋ। ਪਰ ਇੰਪੋਰਟੈਂਟ ਸਵਾਲ ਹੈ ਬਾਜਵਾ ਸਾਹਿਬ, ਸਾਡਾ ਮਨ ਬਹੁਤ ਦੁਖੀ ਹੁੰਦਾ ਹੈ। ਸਾਨੂੰ ਤਾਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਸਵਾਲ ਕਰੋ, ਪਰ ਉਹੀ ਲੀਡਰ ਜਦੋਂ ਏਅਰਪੋਰਟ ਤੇ ਲੈਂਡ ਕਰਦਾ ਤੁਸੀਂ ਸੈਲਫੀਆਂ ਕਰਾਉਣੀਆਂ ਸ਼ੁਰੂ ਕਰ ਦਿੰਦੇ ਹੋ, ਤੁਸੀਂ ਮੀਟ ਐਂਡ ਗ੍ਰੀਟ ਰੱਖ ਦਿਓ। ਤੁਸੀਂ ਸ਼ਬਦ ਮੈਂ ਪ੍ਰਵਾਸੀ ਭਾਰਤੀਆਂ ਲਈ ਵਰਤ ਰਿਹਾ ਬਾਜਵਾ ਸਾਹਿਬ, ਇਹਨੂੰ ਨਿੱਜੀ ਤੌਰ ਤੇ ਨਾ ਲਿਆ ਜੇ, ਉਦੋਂ ਫਿਰ ਉਦੋਂ ਸਾਡੀ ਜ਼ਮੀਰ ਕਿੱਥੇ ਜਾਂਦੀ ਹੈ? ਉਦੋਂ ਸਾਡੀ ਅਣਖ ਕਿੱਥੇ ਜਾਂਦੀ ਹੈ? ਅਸੀਂ ਕਿਉਂ ਨਹੀਂ ਸਵਾਲ ਕਰਦੇ? ਅਸੀਂ ਇੱਥੇ ਆ ਕੇ ਸਨਮਾਨਿਤ ਕਰਦੇ ਹਾਂ। ਮੈਂ ਗੱਲ ਕਹਿਣਾ, ਲੀਡਰਾਂ ਨੂੰ ਜਿੰਨੀ ਤੂਲ ਦਿੱਤੀ ਜਾਂਦੀ ਹੈ, ਲੀਡਰਾਂ ਨੂੰ ਜਿੰਨਾ ਝਮੜਾਇਆ ਜਾਂਦਾ, ਉਹਦੇ 'ਚ ਪ੍ਰਵਾਸੀ ਭਾਰਤੀਆਂ ਦਾ ਬਹੁਤ ਵੱਡਾ ਰੋਲ ਹੈ। ਤੁਸੀਂ $51,000 ਦੇ ਫੰਡ ਬਿਨਾਂ ਸੋਚਿਆ ਕਿਸੇ ਵੀ, ਵੇਖੋ ਨਿਰਪੱਖਤਾ ਦੇ ਨਾਲ ਗੱਲ ਹੋਣੀ ਚਾਹੀਦੀ ਹੈ। ਆਈਡੀਓਲੋਜੀ ਤੋਂ ਪ੍ਰਭਾਵਿਤ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਐਕਸਟ੍ਰੀਮਿਸਟ ਹੋਣਾ, ਉਸ ਮਸਲੇ 'ਤੇ ਕੱਟੜਵਾਦ ਹੋ ਜਾਣਾ, ਉਹ ਬਹੁਤ ਮਾੜੀ ਹੈ। ਸੋ ਇਸ ਕਰਕੇ ਮੈਨੂੰ ਇਸ ਗੱਲ ਦਾ ਬੜਾ ਨਿੱਜੀ ਤੌਰ 'ਤੇ ਰਾਂਝਾ ਹੈ ਕਿ ਉਹ ਉੱਥੇ, ਮੰਨ ਲਓ ਅਸੀਂ ਤਾਂ ਕਹਿ ਲਓ ਬੜੇ ਪਛੜੇ ਮੁਲਕ 'ਚ ਰਹਿ ਰਹੇ ਹਾਂ ਅਸੀਂ, ਮੈਂ ਆਪਦੇ ਆਪ ਨੂੰ ਅਨਪੜ੍ਹ ਵੀ ਕਬੂਲ ਕਰਦਾ, ਅਸੀਂ ਮੰਨਦੇ ਹਾਂ ਕਿ ਸਾਡੇ 'ਚ ਉਹ ਗੁਣਾਂ ਦੀ ਘਾਟ ਹੈ ਜਿਹੜੇ ਇਹਨਾਂ ਇਹਨਾਂ ਕੰਟਰੀਜ਼ ਦੇ ਵਿੱਚ ਹੈਗੇ ਨੇ। ਪਰ ਇੰਪੋਰਟੈਂਟ ਸਵਾਲ ਇਹ ਹੈ ਬਾਜਵਾ ਸਾਹਿਬ, ਇਹਨਾਂ ਮੁਲਕਾਂ 'ਚ ਆ ਕੇ ਕੀ ਉਹ ਖਾਮੀਆਂ ਦੂਰ ਹੋਈਆਂ ਜਿਹੜੀਆਂ ਸਾਡੇ 'ਚ ਭਾਰਤ ਰਹਿੰਦੇ ਹੈਗੀਆਂ ਨੇ? ਕਿ ਇੱਥੇ ਆ ਕੇ ਨਿੰਦਿਆ, ਕੀ ਇੱਥੇ ਆ ਕੇ ਚੁਗਲੀ, ਕੀ ਇੱਥੇ ਆ ਕੇ ਵੈਰ ਵਿਰੋਧ, ਈਰਖਾ, ਧਰਮ, ਮੰਦਿਰ, ਗੁਰਦੁਆਰੇ, ਲੈਗ ਪੁਲਿੰਗ, ਕੀ ਇੱਥੇ ਆ ਕੇ ਖਤਮ ਹੋ ਗਈ? ਇਹ ਸਾਰਾ ਕੁਛ ਅਸੀਂ ਇੱਥੇ ਆ ਕੇ ਵੀ ਸਟਾਰਟ ਕਰ ਦਿੱਤਾ। ਦਿੱਕਤ ਮੁਲਕ 'ਚ ਨਹੀਂ ਆ ਉਸ ਪੱਧਰ ਤੇ ਜਿੰਨੀ ਸਾਡੀ ਕਮਿਊਨਿਟੀ 'ਚ ਆ ਬਾਜਵਾ ਸਾਹਿਬ। ਮੈਂ ਸਾਰੇ ਮੁਲਕਾਂ 'ਚ ਜਾ ਕੇ ਆਇਆ, ਗੁਰਦੁਆਰਿਆਂ ਦੀ ਲੜਾਈ ਇੱਥੇ ਸ਼ੁਰੂ ਹੈ, ਲੈਗ ਪੁਲਿੰਗ ਇੱਥੇ ਸ਼ੁਰੂ ਹੈ। ਕਹਿੰਦੇ ਪੰਜਾਬੀਆਂ ਨੂੰ ਕਬੱਡੀ ਤਾਂ ਚੰਗੀ ਲੱਗਦੀ ਹੈ ਕਿਉਂਕਿ ਇਹਨਾਂ ਨੂੰ ਲੱਤਾਂ ਖਿੱਚਣ ਦਾ ਬਹੁਤ ਸ਼ੌਂਕ ਹੈ। ਇੰਪੋਰਟੈਂਟ ਸਵਾਲ ਇਹ ਹੈ, ਇੰਪੋਰਟੈਂਟ ਸਵਾਲ ਇਹ ਹੈ ਬਾਜਵਾ ਸਾਹਿਬ, ਸਾਡੇ ਕਿਰਦਾਰਾਂ 'ਤੇ ਕੰਮ ਹੋਣ ਵਾਲਾ ਹੈ। ਅਸੀਂ ਮੁਲਕ ਬਦਲੇ ਪਰ 12-14-15 ਘੰਟਿਆਂ ਦੀ ਫਲਾਈਟ ਨੇ ਸਾਡਾ ਦਿਮਾਗ ਨਹੀਂ ਬਦਲਿਆ। ਸਾਨੂੰ ਬਦਲਣ ਦੀ ਲੋੜ ਹੈ। ਅਸੀਂ ਸਿਰਫ ਡਾਲਰਾਂ ਵਾਲੇ ਮਸਲੇ 'ਤੇ, ਸਹੂਲਤਾਂ ਵਾਲੇ ਮਸਲੇ 'ਤੇ ਇਹਨਾਂ ਮੁਲਕਾਂ ਨੂੰ ਅਪਣਾ ਲਿਆ, ਪਰ ਅਸੀਂ ਸੋਚ ਵਾਲੇ ਮਸਲੇ 'ਤੇ ਇਹਨਾਂ ਮੁਲਕਾਂ ਨੂੰ ਨਹੀਂ ਅਪਣਾਇਆ। ਅਸੀਂ ਸੈਕੂਲਰ ਨਹੀਂ ਹੋ ਸਕੇ। ਇੰਪੋਰਟੈਂਟ ਸਵਾਲ, ਇਹਨਾਂ ਗੋਰਿਆਂ ਨੂੰ ਸਲਿਊਟ ਕਰਨਾ ਬਣਦਾ ਬਾਜਵਾ ਸਾਹਿਬ, ਜਿਹਨਾਂ ਗੋਰਿਆਂ ਨੇ ਸਾਡੇ 'ਤੇ ਰਾਜ ਕੀਤਾ, ਜਿਹਨਾਂ ਗੋਰਿਆਂ ਨੇ ਸਾਡਾ ਏਡਾ ਵੱਡਾ ਨੁਕਸਾਨ ਵੀ ਕੀਤਾ, ਸਾਨੂੰ ਉਹ ਵੀ ਨਹੀਂ ਭੁੱਲਣਾ ਚਾਹੀਦਾ। ਜਦੋਂ ਅਸੀਂ ਰੈਗੂਲੇਸ਼ਨ ਦੀ ਗੱਲ ਕਰਦੇ, ਅਸੀਂ ਕਿਸੇ ਬੰਦੇ ਦਾ ਪਿਛੋਕੜ ਨਹੀਂ ਛੱਡਦੇ, ਪਰ ਸਾਨੂੰ ਫਿਰ ਗੋਰਿਆਂ ਦਾ ਪਿਛੋਕੜ ਵੀ ਤਾਂ ਭੁੱਲ ਗਿਆ ਨਾ, ਜਿਹੜਾ ਵਾਲੇ ਬਾਗ ਦਾ ਕਿੱਸਾ ਸਾਨੂੰ ਕਿਉਂ ਭੁੱਲ ਗਿਆ? ਅੱਜ ਸਾਨੂੰ ਸਭ ਤੋਂ ਜ਼ਿਆਦਾ ਆੜ ਹੈ ਤਾਂ ਇਸ ਗੱਲ ਦੀ ਆ ਵੀ ਛੇਤੀ ਛੇਤੀ ਪੀ ਆਰ ਹੋ ਜੇ ਤੇ ਅਸੀਂ ਉਸ ਮੁਲਕ ਦੇ ਵਸਨੀਕ ਹੋ ਜਾਈਏ। ਦੂਜੀ ਗੱਲ ਇਹ ਹੈ ਕਿ ਅਸੀਂ ਸੋਚ ਕਿਉਂ ਨਹੀਂ ਇੱਥੋਂ ਨਹੀਂ ਅਪਣਾਈ? ਅਸੀਂ ਸੈਕੂਲਰ ਕਿਉਂ ਨਹੀਂ ਹੋਏ? ਕੀ ਇੱਥੇ ਆ ਕੇ ਸਾਡੇ 'ਚੋਂ ਜੱਟ ਮਜ਼੍ਹਬੀ ਖੱਤਰੀ ਖਤਮ ਹੋ ਗਿਆ ਬਾਜਵਾ ਸਾਹਿਬ? ਨਹੀਂ ਹੋਇਆ। ਮੇਰਾ ਅਗਲਾ ਸਵਾਲ ਕਵਰ ਕਰਨ ਜਾ ਰਹੇ ਹੋ ਤੁਸੀਂ, ਜੀ ਕੈਰੀ ਔਨ। ਪਰ ਦੂਸਰੀ ਗੱਲ ਇਹ ਵੀ ਹੈ ਬਾਜਵਾ ਸਾਹਿਬ ਕਿ ਇੱਥੇ ਆ ਕੇ ਅਸੀਂ ਜਾਤਾਂ ਪਾਤਾਂ ਵੀ ਖਤਮ ਨਹੀਂ ਕੀਤੀਆਂ, ਅਸੀਂ ਸੈਕੂਲਰ ਵੀ ਨਹੀਂ ਹੋਏ, ਔਰ ਇਹੋ ਜਿਹੀ ਸਾਡੇ 'ਚ ਕਿਹੜੀ ਖਾਮੀ ਰਹਿ ਗਈ? ਮੈਂ ਮੰਨਦਾ ਅਸੀਂ ਅੱਜ ਪ੍ਰਧਾਨ ਮੰਤਰੀ ਵੀ ਬਣਨ ਨੂੰ ਤਿਆਰ ਹੈ, ਇਹਨਾਂ ਮੁਲਕਾਂ ਦੇ ਵਿੱਚ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਅਸੀਂ ਬੈਠ ਗਏ ਹਾਂ, ਸਿਸਟਮ ਦੇ ਅੰਦਰ ਸਾਨੂੰ ਬਹੁਤ ਵੱਡਾ ਸਪੇਸ ਦਿੱਤਾ ਇਹਨਾਂ ਗੋਰਿਆਂ ਨੇ, ਪਰ ਅਸੀਂ ਅੰਦਰ ਝਾਤ ਮਾਰ ਕੇ ਵੇਖੀਏ ਬਾਜਵਾ ਸਾਹਿਬ ਕਿ ਜੇਕਰ ਅਸੀਂ ਇੰਨੀ ਤਰੱਕੀ ਕਰ ਲਈ ਹੈ, ਇਹਦੇ ਬਾਵਜੂਦ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਹੈ ਉਹ ਪੰਜਾਬੀਆਂ ਦੇ ਲਈ ਸਖ਼ਤ ਕਿਉਂ ਹੈ? ਅੱਜ ਕਿਉਂ ਪੰਜਾਬ ਦਾ ਪਾਸਪੋਰਟ ਵੇਖ ਕੇ ਅਲਰਟ ਜਾਰੀ ਕੀਤਾ ਜਾਂਦਾ ਅੰਬੈਸੀਆਂ ਦੇ ਅੰਦਰ ਕਿ ਭਾਈ ਇਹ ਪੰਜਾਬੀਆਂ ਦਾ ਪਾਸਪੋਰਟ ਹੈ, ਇਹਨੂੰ 2 ਵਾਰਾਂ ਚੈੱਕ ਕਰ ਲਿਓ, ਇਹਨਾਂ ਦਾ ਕੋਈ ਪਤਾ ਨਹੀਂ, ਸਗੀ ਭੈਣ ਨਾਲ ਵੀ ਵਿਆਹ ਕਰਾ ਕੇ ਬਾਹਰ ਆ ਸਕਦੇ ਆ? ਸਾਡੀ ਗੈਰਤਮੰਦੀ ਕਿਉਂ ਖਤਮ ਹੋਈ ਆ? ਸਾਡੇ 'ਚ ਇੰਨੀ ਗਿਰਾਵਟ ਕਿਉਂ ਆਈ ਆ? ਹੁਣ ਬਹੁਤ ਸਾਰੇ ਲੋਕ ਮੇਰੀ ਗੱਲ ਨਾਲ ਇਸ ਗੱਲ ਤੇ ਤਰਕ ਦੇਣਗੇ ਕਿ ਭਾਈ ਉੱਥੇ ਤਾਂ ਹਾਲ ਹੀ ਇੰਨਾ ਮਾੜਾ ਹੋ ਗਿਆ ਕਿ ਸਾਨੂੰ ਤਾਂ ਇਹੋ ਜਿਹਾ ਕੁਛ ਕਰਨਾ ਪਿਆ, ਸਾਡੇ ਨਾਲ ਉੱਥੇ ਧੱਕੇਸ਼ਾਹੀਆਂ ਹੋਈਆਂ, ਸਾਡੇ ਨਾਲ ਝੂਠੇ ਪਰਚੇ ਹੋਏ, ਉੱਥੇ ਸਰਕਾਰਾਂ ਵਸੀਲੇ ਨਹੀਂ ਪੈਦਾ ਕਰਦੀਆਂ। ਜੇਕਰ ਤੁਸੀਂ ਇਹ ਗੱਲ ਸੋਚ ਰਹੇ ਹੋ ਮੇਰੀ ਇਸ ਗੱਲ ਤੇ ਕਿ ਉੱਥੋਂ ਅਸੀਂ ਅੱਕੇ ਆਏ ਹਾਂ, ਫਿਰ ਸਾਡਾ ਜਿਗਰਾ ਤਾਂ ਵੇਖੋ, ਫਿਰ ਸਾਡਾ ਤਾਂ ਜਿਗਰਾ ਵੇਖੋ ਨਾ। ਜੇ ਇਸ ਮੁਲਕ ਤੋਂ ਅੱਕ ਕੇ, ਜੇ ਇਸ ਮੁਲਕ ਤੋਂ ਥੱਕ ਕੇ ਤੁਸੀਂ ਉਸ ਮੁਲਕ ਨੂੰ ਛੱਡ ਕੇ ਤੇ ਇੱਥੇ ਆ ਗਏ, ਫਿਰ ਮਾਫ਼ ਕਰਿਓ, ਫਿਰ ਸਾਨੂੰ ਜੇਕਰ ਲੱਗਦਾ ਨਾ ਕਿ ਅਸੀਂ 80% ਜਾਂ 70% ਜਾਂ 50% ਹੀ ਪੱਤਰਕਾਰੀ ਕਰ ਰਹੇ ਹਾਂ, ਤਾਂ ਸਾਡਾ ਜਿਗਰਾ ਮੰਨੋ, ਕਮ ਸੇ ਕਮ ਅਸੀਂ ਜਨਾਬ ਮੁਲਕ ਤਾਂ ਨਹੀਂ ਛੱਡ ਕੇ ਆ ਰਹੇ ਨਾ, ਅਸੀਂ ਤਾਂ ਉੱਥੋਂ ਦੇ ਸਿਸਟਮ 'ਚ ਰਹਿ ਕੇ ਸਵਾਲ ਕਰ ਰਹੇ ਹਾਂ। ਸੋ ਇੱਥੇ ਫਿਰ ਮੈਂ ਇਸ ਗੱਲ ਦਾ ਕ੍ਰੈਡਿਟ ਲਾਊਂਗਾ, ਮੈਂ ਡਿਮਾਂਡ ਕਰੂੰਗਾ ਕਿ ਇੱਥੇ ਉਹਨਾਂ ਬੰਦਿਆਂ ਦੀ ਐਪਰੀਸ਼ੀਏਸ਼ਨ ਬਣਦੀ ਹੈ ਬਾਜਵਾ ਸਾਹਿਬ, ਜਿਹੜੇ ਉੱਥੇ ਬੈਠ ਕੇ ਨੰਗੇ ਧੜ ਲੜ ਰਹੇ ਆ। ਜੀ ਸਲਾਮ ਹੈ ਤੁਹਾਨੂੰ ਜੀ, ਔਰ ਮੇਰਾ ਨੈਕਸਟ ਕੁਐਸਚਨ ਜਿਹੜਾ ਤੁਸੀਂ ਅੱਧਾ ਕੁ ਤਾਂ ਆਨਸਰ ਕਰ ਦਿੱਤਾ ਹੈ ਆਲਰੇਡੀ।
ਇਹ ਸਵਾਲ ਤੁਸੀਂ ਤੁਹਾਡੇ ਕਾਮਨ ਸਵਾਲ ਨੇ ਕਿ ਬਾਹਰਲੇ ਮੁਲਕਾਂ 'ਚ ਆ ਕੇ ਵੀ ਜਾਤ ਪਾਤ ਯੇ ਵੋ ਕਿਉਂ ਨਹੀਂ ਖਤਮ ਹੋਇਆ, ਰੇਸਿਜ਼ਮ ਇਨ ਜਨਰਲ ਓਵਰਸੀਜ਼ ਵਰਸਿਜ਼ ਪੰਜਾਬ, ਇੱਕ ਪੰਜਾਬੀ ਆਦਮੀ 'ਚ ਸਾਡੀ ਕਮਿਊਨਿਟੀ 'ਚ ਰੇਸਿਜ਼ਮ, ਇਹ ਸਵਾਲ ਦਾ ਆਨਸਰ ਤੁਸੀਂ ਕੀ ਤੁਹਾਡੀ ਕੀ ਪਰਸਨਲ ਪੜਚੋਲ ਹੈ ਕਿ ਕਿਉਂ ਹੈ ਇਹ? ਮੈਨੂੰ ਹੈਰਾਨੀ ਹੈ ਇਸ ਗੱਲ ਦੀ ਬਾਜਵਾ ਸਾਹਿਬ, ਅਸੀਂ ਅਸੀਂ ਮਾਡਲ ਕਿਹੜੇ ਤੇ ਚੱਲ ਰਹੇ ਹਾਂ? ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਹਿ ਜਾਣ, ਔਰਤ ਦੀ ਕਹਿ ਲਓ ਕਿ ਜੇ ਬਦਖੋਈ ਹੋ ਰਹੀ ਹੈ ਤਾਂ ਉਹ ਵੀ ਸਾਡੇ ਪੰਜਾਬੀ ਭਾਈਚਾਰੇ 'ਚ ਰੱਜ ਕੇ ਹੋ ਰਹੀ ਹੈ। ਫਿਰ ਉਹਨਾਂ ਕਿਹਾ ਰੰਗ ਰੇਟੇ ਗੁਰੂ ਕੇ ਬੇਟੇ, ਜਿਹੜੇ ਆਹ ਧਰਮੀ ਲੋਕ ਆ ਉਹਨਾਂ ਨੂੰ ਵੀ ਗਲੇ ਨਾਲ ਲਾਇਆ ਗੁਰੂ ਸਾਹਿਬ ਨੇ। ਫਿਰ ਉਹਨੇ ਆਖਿਆ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਅੱਜ ਜਦੋਂ ਕੋਈ ਮੁਸਲਮਾਨ ਹਰਿਮੰਦਰ ਸਾਹਿਬ ਨਤਮਸਤਕ ਹੁੰਦਾ ਉਦੋਂ ਤਾਂ ਸਾਡਾ ਸੀਨਾ ਚੌੜਾ ਹੋ ਜਾਂਦਾ, ਪਰ ਜਦੋਂ ਕੋਈ ਸਰਦਾਰ ਕਿਸੇ ਡੇਰੇ 'ਚ ਜਾਂਦਾ, ਜਦੋਂ ਕੋਈ ਸਰਦਾਰ ਕਿਸੇ ਮਸੀਤ 'ਚ ਜਾਂਦਾ, ਉਦੋਂ ਅਸੀਂ ਸਵਾਲ ਖੜੇ ਕਰਦੇ ਹਾਂ। ਠੀਕ ਹੈ, ਬਹੁਗਿਣਤੀ ਲੋਕ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਸੈਕੂਲਰ ਨੇ, ਪਰ ਉਹਨਾਂ 'ਚੋਂ ਜ਼ਿਆਦਾਤਰ ਅਜਿਹੇ ਵੀ ਨੇ ਬਾਜਵਾ ਸਾਹਿਬ ਜਿਹੜੇ ਸਵਾਲ ਖੜਾ ਕਰਦੇ ਨੇ। ਸਾਡੀ ਇੱਕ ਦਿੱਕਤ ਆ ਬਾਜਵਾ ਸਾਹਿਬ, ਅਸੀਂ ਪਿਛੋਕੜ ਵੇਖ ਕੇ ਗੱਲ, ਅਸੀਂ ਆਪ ਤਾਂ ਭਾਵੇਂ ਜਾਦੂ ਟੂਣੇ ਤੇ ਸਾਰਾ ਕੁਝ ਕਰਦੇ ਹੋਈਏ, ਪਰ ਦੂਜੇ ਨੂੰ ਅਸੀਂ ਕਹਿੰਦੇ ਹਾਂ ਕਿ ਨਹੀਂ, ਇਹਦਾ ਠੀਕ ਹੋਣਾ ਬੇਹੱਦ ਲਾਜ਼ਮੀ ਹੈ। ਅਸੀਂ 100% ਸ਼ੁੱਧ ਚਾਹੁੰਦੇ ਹਾਂ, ਅਸੀਂ 20% ਸ਼ੁੱਧ ਦੇ ਨਾਲ ਸਾਰਦੇ ਨਹੀਂ। ਕੀ ਅਸੀਂ ਆਪ 100% ਸ਼ੁੱਧ ਹੈਗੇ ਹਾਂ? ਆਤਮ ਪੜਚੋਲ ਕਰਨ ਦੀ ਲੋੜ ਹੈ। ਦੂਜੀ ਗੱਲ, ਜੇ ਸਾਨੂੰ ਲੱਗਦਾ ਹੈ ਕਿ ਸਾਡੀ ਸੁਸਾਇਟੀ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਬਹੁਤ ਗਿਰਾਵਟ ਆ ਚੁੱਕੀ ਆ, ਸਿਆਸਤ ਖਤਮ ਹੋ ਚੁੱਕੀ ਆ, ਤਾਂ ਮੈਨੂੰ ਇਹ ਦੱਸੋ ਫਿਰ ਅਲਟਰਨੇਟ ਕੀ ਆ? ਤੁਸੀਂ ਅਲਟਰਨੇਟ ਵੀ ਇੱਕ ਵਾਰ ਵਰਤ ਕੇ ਵੇਖ ਲਿਆ ਪਰ ਉਹ ਕਾਮਯਾਬ ਨਹੀਂ ਹੋਇਆ। ਹੁਣ ਮੈਨੂੰ ਇਹ ਲੱਗਦਾ ਕਿ ਸਾਨੂੰ ਰਵਾਇਤੀ ਸਿਸਟਮ ਦੇ ਵਿੱਚੋਂ ਇਹ ਚੋਣ ਕਰਨੀ ਪਊਗੀ ਕਿ ਅਸੀਂ 100% ਇਮਾਨਦਾਰ ਲੱਭਣ ਦੇ ਨਾਲ, ਜਿਹੜਾ ਕਦੇ ਵੀ ਨਹੀਂ ਲੱਭਣਾ, ਅਸੀਂ 20% ਇਮਾਨਦਾਰੀ ਦੇ ਨਾਲ ਸਾਰੀਏ। ਅਸੀਂ ਇਹ ਮਨੋਬਿਰਤੀ ਖਤਮ ਕਰੀਏ ਕਿ ਸਾਹਮਣੇ ਵਾਲਾ 100% ਹੀ ਸ਼ੁੱਧ ਹੋਣਾ ਚਾਹੀਦਾ। ਉਹਦੇ 'ਚ ਮੇਰਾ ਇੱਕ ਸਵਾਲ ਹੈ ਕਿ ਜੇ ਉਹ 20% ਜਿਹੜੇ ਆਪਾਂ ਲੱਭਣੇ ਆ, ਚਾਪਲੂਸੀ ਦੀ ਜਿਹੜੀ ਵਿਰਤੀ ਹੈ ਉਹ ਸਾਡੇ ਖੂਨ ਦੇ ਵਿੱਚ ਘਰ ਕਰ ਚੁੱਕੀ ਹੈ ਜੀ। ਇੱਥੇ ਮੰਨਣਾ ਪਏਗਾ ਕਿ ਮੈਨੂੰ ਨਹੀਂ ਪਤਾ ਤੁਸੀਂ ਸਹਿਮਤ ਹੋ ਮੇਰੀ ਗੱਲ ਨਾਲ ਕਿ ਨਹੀਂ, ਵੈਨ ਇਟ ਕਮਸ ਟੂ ਮਨੀ ਐਵਰੀ ਵਨ ਹੈਜ਼ ਅ ਸੇਮ ਰਿਲੀਜਨ। ਉੱਥੇ ਉਣਤਾਈਆਂ ਵੀ ਖਤਮ ਹੋ ਜਾਂਦੀਆਂ, ਉੱਥੇ ਆ ਕੇ ਸਭ ਕੁਛ ਤੁਹਾਡੀ ਕਾਬਲੀਅਤ ਜਿਹੜੀ ਜ਼ੀਰੋ ਕਰ ਦਿੰਦੇ ਲੋਕ। ਪੈਸਾ ਪ੍ਰਧਾਨ ਇਸ ਵੇਲੇ ਬਣ ਚੁੱਕਾ ਹੈ, ਇਹਨਾਂ ਮੁਲਕਾਂ ਵਿੱਚ ਵੀ ਤੁਹਾਡੀ ਕਾਬਲੀਅਤ ਜ਼ੀਰੋ ਹੈ, ਤੁਸੀਂ ਜਿੰਨੇ ਮਰਜ਼ੀ ਕਾਬਲ ਹੋ, ਜੇ ਤੁਹਾਡੇ ਕੋਲ ਸਭ ਤੋਂ ਮਹਿੰਗੀ ਗੱਡੀ, ਸਭ ਤੋਂ ਮਹਿੰਗਾ ਘਰ ਅਤੇ ਦਿਖਾਉਣ ਵਾਸਤੇ 4-5-10-15 ਬੰਦੇ ਮੁਲਾਜ਼ਮ ਕੰਮ ਨਹੀਂ ਕਰ ਰਹੇ, ਤੁਸੀਂ ਕਿਸੇ ਦਾ ਵਿਗਾੜ ਨਹੀਂ ਸਕਦੇ ਕੁਛ ਸਪੈਸ਼ਲੀ, ਜਾਂ ਕਿਸੇ ਦਾ ਕੁਛ ਸਵਾਰ ਨਹੀਂ ਸਕਦੇ, ਤਾਂ ਤੁਹਾਨੂੰ ਕੋਈ ਬੰਦਾ ਕਰਕੇ ਨਹੀਂ ਜਾਣਦਾ। ਦਿਸ ਇਜ਼ ਅ ਰਿਐਲਿਟੀ ਆਫ ਲਾਈਫ ਈਵਨ ਹੇਅਰ। ਉਦਾਹਰਨ ਦੇ ਤੌਰ ਤੇ ਬਾਜਵਾ ਸਾਹਿਬ, ਇੱਕ ਆਈਲੈਟਸ ਜਿਹੜਾ ਹੈ ਦੁਨੀਆ ਦਾ ਸਭ ਤੋਂ ਸੈਕੂਲਰ ਧਰਮ ਬਣ ਚੁੱਕੀ ਹੈ ਜੀ, ਤੁਸੀਂ ਆਈਲੈਟਸ ਕੀਤੀ ਹੈ ਜੀ, ਫਿਰ ਤੁਸੀਂ ਕਿਸੇ ਵੀ ਜਾਤ ਦੇ ਹੋ, ਪਾਤ ਦੇ ਹੋ, ਧਰਮ ਦੇ ਹੋ, ਕੋਈ ਮੈਟਰ ਨਹੀਂ ਕਰਦਾ ਜੀ। ਠੀਕ ਹੈ, ਬੇਸ਼ੱਕ ਬਾਜਵਾ ਸਾਹਿਬ ਬਹੁ ਗਿਣਤੀ ਪ੍ਰਵਾਸੀ ਪੰਜਾਬੀਆਂ ਦੇ ਸਿਰ ਤੇ ਪੰਜਾਬ ਚੱਲ ਰਿਹਾ, ਉਹ ਚੈਰਿਟੀ ਕਰਦੇ ਨੇ ਵੱਖ ਵੱਖ ਕਹਿ ਲਓ ਕਿ ਪੱਖੋਂ, ਉਹ ਪੰਜਾਬ ਦੀ ਮਦਦ ਕਰਦੇ ਨੇ, ਇੱਥੇ ਵੀ ਕਮਿਊਨਿਟੀ 'ਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਨੇ, ਵੱਡੇ ਵੱਡੇ ਇੰਪਾਇਰ ਖੜੇ ਕੀਤੇ ਨੇ। ਮੈਂ ਦਿਲੋਂ ਸਲਾਮ ਕਰਦਾ, ਪਰ ਮੈਂ ਉਹਨਾਂ 'ਤੇ ਸਵਾਲ ਵੀ ਖੜਾ ਕਰਦਾ, ਜਿਹੜੇ ਚੰਦਕ ਨੇ, ਪਰ ਚੰਦਕ ਕੋੜਕੂ ਹੋਣ ਦੇ ਨਾਲ ਉਹ ਪੂਰੀ ਦਾਲ ਖਰਾਬ ਹੋ ਰਹੀ ਹੈ। ਜਿਹੜੇ LMI ਦੇਣ ਦਾ $50,000 ਲੈਂਦੇ ਆ, ਸਾਡੀਆਂ ਕੁੜੀਆਂ ਦੇ ਨਾਲ ਇੱਥੇ ਸ਼ੋਸ਼ਣ ਹੋ ਰਿਹਾ, ਸਾਡੇ ਮੁੰਡੇ ਉੱਥੋਂ ਆਉਂਦੇ ਆ ਤੇ ਉਹਨਾਂ ਨੂੰ ਉਸ ਖੁੱਲੇ ਤਰੀਕੇ ਨਾਲ ਸਵੀਕਾਰ ਨਹੀਂ ਕੀਤਾ ਜਾਂਦਾ, ਵੇਜਸ ਘੱਟ ਦਿੱਤੇ ਜਾਂਦੇ ਨੇ, ਇਹ ਸਾਰੀਆਂ ਚੀਜ਼ਾਂ ਕੌਣ ਕਰ ਰਿਹਾ? ਗੋਰਿਆਂ ਨੂੰ ਇਹ ਗੱਲ ਕਿਹਨੇ ਦੱਸੀ ਕਿ ਅਸੀਂ ਇਹਨਾਂ ਇਹਨਾਂ ਚੀਜ਼ਾਂ 'ਚ ਖੋਟੇ ਹੈਗੇ ਹਾਂ? ਇਹ ਵੀ ਤਾਂ ਸਾਡੇ 'ਚ ਲੋਕ ਹੈਗੇ ਨੇ ਨਾ। ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਆਪਦੀ ਕਮਿਊਨਿਟੀ ਦਾ, ਸਾਨੂੰ ਇੱਕ ਸਰਾਪ ਕਹਿ ਲਓ, ਅਸੀਂ ਆਪਦੀ ਕਮਿਊਨਿਟੀ ਦਾ ਸਾਥ ਦੇਣ ਦੀ ਬਜਾਏ ਅਸੀਂ ਆਪਦੀ ਕਮਿਊਨਿਟੀ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਭਾਈਚਾਰੇ 'ਚ। ਮੈਂ ਤਾਂ ਹੁਣ ਹੈਰਾਨ ਹਾਂ ਬਾਜਵਾ ਸਾਹਿਬ, ਜਿੱਦਾਂ ਦੀਆਂ ਖਬਰਾਂ ਪੰਜਾਬ ਤੋਂ ਆਉਂਦੀਆਂ ਸੀ ਉਦਾਂ ਦੀਆਂ ਖਬਰਾਂ ਹੁਣ ਵਿਦੇਸ਼ਾਂ ਤੋਂ ਆਉਣ ਲੱਗ ਪਈਆਂ। ਉੱਥੇ ਵੀ ਗੁਰਦੁਆਰੇ 'ਚ ਲੜਾਈ ਹੋਈ ਜਾਂਦੀ ਹੈ, ਇੱਥੇ ਵੀ ਗੁਰਦੁਆਰੇ 'ਚ ਲੜਾਈ ਹੋ ਜਾਂਦੀ ਹੈ, ਉੱਥੇ ਵੀ ਕਬੱਡੀ ਖੇਡਦਾ ਲੜ ਪੈਂਦੇ ਆ, ਇੱਥੇ ਵੀ ਕਬੱਡੀ ਖੇਡਦਾ ਲੜ ਪੈਂਦੇ ਆ, ਉੱਥੇ ਵੀ ਪਲਾਜ਼ਾ 'ਚ ਲੜੀ ਜਾਂਦੇ ਆ, ਇੱਥੇ ਵੀ ਪਲਾਜ਼ਾ 'ਚ ਲੜੀ ਜਾਂਦੇ ਆ, ਉੱਥੇ ਵੀ ਪ੍ਰੋਪਰਟੀ ਦੇ ਰੌਲੇ ਆ, ਇੱਥੇ ਵੀ ਪ੍ਰੋਪਰਟੀ ਦੇ ਰੌਲੇ ਆ। ਕਹਿਣ ਦਾ ਭਾਵ ਇਹ ਆ ਕਿ ਫਿਰ ਸੁਧਾਰ ਕੀ ਆਇਆ? ਫਿਰ ਕਾਰਲ ਮਾਰਕਸ ਦੀ ਗੱਲ, ਜੇ ਮੈਂ ਗਲਤ ਨਾ ਹੋਵਾਂ ਤੇ ਠੀਕ ਸੀ ਨਾ, ਉਹ ਕਹਿੰਦਾ ਕਿਸੇ ਵੀ ਮੁਲਕ ਦੇ ਲੀਡਰ ਚੰਗੇ ਜਾਂ ਮਾੜੇ ਨਹੀਂ ਹੁੰਦੇ, ਜਿੱਦਾਂ ਦੇ ਲੋਕ ਹੁੰਦੇ ਆ ਉਦਾਂ ਦੀਆਂ ਹੀ ਸਰਕਾਰਾਂ ਬਣਦੀਆਂ। ਤਾਂ ਦਿੱਕਤ ਫਿਰ ਸਾਡੇ ਆਫਟਰ ਆਲ ਆ ਕੇ ਸਾਡੇ ਬੰਦਿਆਂ 'ਤੇ ਬਣ ਜਾਂਦੀ ਹੈ ਕਿ ਇਹਨਾਂ ਦੀ ਆਪਸੀ ਜਿਹੜੀ ਸੋਚ ਹੈਗੀ ਹੈ ਉਹਦੇ 'ਚ ਕਿਤਨਾ ਕਿਤੇ ਨੁਕਸ ਆ ਬਾਜਵਾ ਸਾਹਿਬ ਜੀ। ਹੁਣ ਇੱਕ ਜਿਹੜਾ ਤੁਸੀਂ ਆਲਰੇਡੀ ਕਵਰ ਸਵਾਲ ਕਰ ਚੁੱਕੇ ਹੋ, ਮੇਰਾ ਸਵਾਲ ਤੁਹਾਡੇ ਪਰਸਨਲ ਵਿਊਜ਼ ਨਾਲ ਹੈ ਕਿ ਤੁਸੀਂ ਸਾਰਾ ਆਲਮੋਸਟ ਸਾਰੇ ਕੰਟਰੀਜ਼ ਘੁੰਮੇ ਹੋ, ਆਲਮੋਸਟ ਹਰੇਕ ਕੰਟਰੀ ਵਿੱਚ ਪੋਲਿਸੀਜ਼ ਟਾਈਟ ਹੋਈ ਜਾ ਰਹੀਆਂ, ਤੁਹਾਡਾ ਪਰਸਨਲ ਵਿਊ ਕੀ ਹੈ ਇਹ ਕਿ ਇੰਨੀ ਚੜ੍ਹਤ ਹੋਣ ਦੇ ਬਾਵਜੂਦ ਵੀ ਇੰਡੀਅਨਸ ਦੀ ਬਾਹਰਲੇ ਮੁਲਕਾਂ 'ਚ NRIs ਦੀ ਤੁਸੀਂ ਦੇਖਦੇ ਹੋ ਕਿ ਡੰਕਾ ਵਜਾਉਂਦੇ ਕਿ ਅਸੀਂ ਆਹ ਕਰਤਾ, ਅਸੀਂ ਉਹ ਕਰਤਾ, ਅਸੀਂ MP ਬਣ ਗਏ, ਫਲਾਣਾ ਹੋ ਗਿਆ, ਇੱਦਾਂ ਹੋ ਗਿਆ, ਦਿਸ ਐਂਡ ਦੈਟ,
ਤੁਹਾਡੇ ਪਰਸਨਲ ਵਿਊ ਚ ਕਾਰਨ ਕੀ ਹੈ, ਵਾਟ ਇਜ਼ ਦਾ ਰੂਟ ਕਾਜ਼ ਕਿ ਇਹਨਾਂ ਮੁਲਕਾਂ ਦੀ ਪਾਲਿਸੀਜ਼ ਸਾਡੇ ਲਈ ਬੰਦ ਹੋਈ ਜਾ ਰਹੀਆਂ ਨੇ? ਦੇਖੋ, ਇੰਪੋਰਟੈਂਟ ਗੱਲ ਇਹ ਹੈ ਕਿ ਪੰਜਾਬ ਦੇ ਨੌਜਵਾਨ ਨੂੰ ਇਹ ਮਹਿਸੂਸ ਹੁੰਦਾ ਕਿ ਉੱਥੇ ਸ਼ਾਇਦ ਉਸ ਪੱਧਰ ਦੇ ਵਸੀਲੇ ਨਹੀਂ ਹੈਗੇ, ਇਸ ਕਰਕੇ ਹੁਣ ਇੱਕੋ ਕਾਲ ਪਈ ਹੈ ਕਿ ਮੈਂ ਬਾਹਰ ਜਾਵਾਂ। ਪਰ ਮੈਂ ਜੋ ਨਿੱਜੀ ਤੌਰ 'ਤੇ ਮਹਿਸੂਸ ਕੀਤਾ, ਹੁਣ ਬਾਹਰ ਵੀ ਉਹ ਗੱਲਾਂ ਬਾਜਵਾ ਸਾਹਿਬ ਨਹੀਂ ਰਹਿਗੀਆਂ, ਲਾਈਫ ਇੱਥੇ ਵੀ ਬਹੁਤ ਔਖੀ ਹੋ ਗਈ ਆ, ਹੁਣ ਦਰਖਤਾਂ ਨੂੰ ਪੈਸੇ ਨਹੀਂ ਲੱਗਦੇ। ਪਰ ਹੁਣ ਜਿਹੜੀ ਪਨੀਰੀ ਆ ਰਹੀ ਆ ਬਹੁਤ ਗਿਣਤੀ ਬਾਜਵਾ ਸਾਹਿਬ, ਉਹ ਡਾਲਰ ਕਮਾ ਕੇ ਅਤੇ ਪੰਜਾਬ 'ਚ ਕੋਠੀ ਪਾਉਣ ਵਾਸਤੇ ਨਹੀਂ ਆ ਰਹੀ, ਉਹ ਆ ਰਹੀ ਹੈ ਸੇਫਟੀ ਪੁਆਇੰਟ ਆਫ ਵਿਊ ਤੋਂ, ਉਹ ਆ ਰਹੀ ਹੈ ਇਨਵਾਇਰਮੈਂਟ ਪੁਆਇੰਟ ਆਫ ਵਿਊ ਤੋਂ। ਉਹ ਕਹਿੰਦੇ ਕਿ ਨਹੀਂ ਯਾਰ, ਉੱਥੇ ਮਾਹੌਲ ਠੀਕ ਹੈ, ਖਾਣ ਪੀਣ ਸ਼ੁੱਧ ਹੈਗਾ, ਸਿਸਟਮ ਹੈ, ਰੂਲ ਹੈ, ਇਸ ਕਰਕੇ ਉੱਥੋਂ ਲੋਕ ਆ ਰਹੇ ਆ। ਹੁਣ ਤਰੀਕਾ ਜਿਹੜਾ ਹੈ, ਤਰੀਕੇ ਕਹਿ ਲਓ ਕਿ ਇਮੀਗ੍ਰੇਸ਼ਨ ਹੋ ਗਈ ਬਹੁਤ ਟਾਈਟ, ਹੁਣ ਤੌਰ ਤਰੀਕੇ ਇੱਕ ਤਾਂ ਸਭ ਤੋਂ ਜ਼ਿਆਦਾ ਸਾਡਾ ਜਿਹੜੇ ਨਿਗਾਰ ਆਇਆ ਸਾਡੇ ਕਿਰਦਾਰ 'ਚ, ਉਹ ਏਜੰਟਾਂ ਦੀ ਮਿਹਰਬਾਨੀ ਕਰਕੇ ਆ, ਏਜੰਟਾਂ ਨੇ ਜਿਹੜੇ ਕੰਮ। ਦੂਜਾ, ਇੱਥੇ ਜਿਹੜੇ ਪੁਰਾਣੇ ਬੰਦੇ ਬੈਠੇ ਆ, ਉਹਨਾਂ 'ਚ ਕੁਝ ਲੋਕ ਇਹੋ ਜਿਹੇ ਨੇ ਜਿਹਨਾਂ ਨੇ ਤੌਰ ਤਰੀਕੇ ਦੱਸੇ, ਭਾਈ ਆਹ ਸੈਟਿੰਗ ਕਰਕੇ ਆ ਜਾ, ਸੈਟਿੰਗ ਕਰਕੇ ਆ ਜਾ। ਦਰਅਸਲ ਨਾ, ਇਮੀਗ੍ਰੇਸ਼ਨ ਨੂੰ ਕਿਤੇ ਜਿਹੜਾ ਸਾਡਾ ਚੰਗਾ ਪ੍ਰਭਾਵ, ਦੇਖੋ ਸਾਨੂੰ ਬੜਾ ਖੁੱਲ੍ਹੇ ਤੌਰ ਉੱਤੇ ਉਹਨਾਂ ਨੇ ਸਵੀਕਾਰ ਕੀਤਾ, ਕੰਮ ਦੇ ਵਿੱਚ ਵੀ ਸਾਡੀ ਬੜੀ ਚੜ੍ਹਾਈ ਆਉਂਦੀ, ਮਿਹਨਤੀ ਬਹੁਤ ਹੈਗੀ ਇੰਡੀਅਨ। ਪਰ ਦਿੱਕਤ ਪਤਾ ਕਿੱਥੇ ਆਈ ਹੈ ਬਾਜਵਾ ਸਾਹਿਬ, ਜਦੋਂ ਅਸੀਂ ਕਹਿ ਲਓ ਕਿ ਅਸੀਂ ਚੋਰ ਚਤਰਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਅਸੀਂ ਭੈਣਾਂ ਭਤੀਜੀਆਂ ਦੇ ਨਾਲ ਵਿਆਹ ਕਰਾਉਣੇ ਸ਼ੁਰੂ ਕਰ ਦਿੱਤੇ, ਜਦੋਂ ਅਸੀਂ ਇੱਥੇ ਆ ਕੇ ਇੱਥੋਂ ਦੀ ਇੰਸ਼ੋਰੈਂਸ ਨੂੰ ਗਲਤ ਤਰੀਕੇ ਨਾਲ ਕਲੇਮ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਲੋਨ ਲੈ ਕੇ ਅਤੇ ਇੱਥੇ ਵੀ ਬੈਂਕਰਪਸੀ 'ਚ ਅਸੀਂ ਮੋਹਰੀ ਹੋ ਗਏ, ਇਹ ਸਾਰੀਆਂ ਚੀਜ਼ਾਂ ਦਾ ਜਦੋਂ ਸਾਡੇ ਕੁਛ ਤਾਂ ਸਾਡੇ 'ਚੋਂ ਹੀ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਸਾਡੀ ਕਮਿਊਨਿਟੀ ਦੇ ਬਾਰੇ ਦੱਸਿਆ, ਦੂਸਰਾ ਉਹਨਾਂ ਨੇ ਜਦੋਂ ਸਾਡੇ ਬਾਰੇ ਸਟੱਡੀ ਕੀਤੀ ਹੈ ਨਾ, ਇਹਨਾਂ ਮੁਲਕਾਂ ਦੇ ਗੋਰਿਆਂ ਨੇ, ਖਾਸ ਤੌਰ 'ਤੇ ਇੱਥੋਂ ਦੇ ਸਿਟੀਜ਼ਨ ਨੇ, ਉਹਨਾਂ ਨੇ ਸਟੱਡੀ ਕੀਤੀ ਹੈ ਤਾਂ ਉਹਦੇ 'ਚ ਇਹ ਪਾਇਆ ਗਿਆ ਕਿ ਅਸੀਂ ਫਰੋਡ 'ਚ ਮੋਹਰੀ ਹੋ ਚੁੱਕੇ ਹਾਂ। ਉਹਨਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਹੁਣ ਸਾਨੂੰ ਸਿਰਫ ਬਾਹਰ ਆਉਣ ਦਾ ਨਾਲ ਮਤਲਬ ਹੈ, ਚਾਹੇ ਸਾਨੂੰ ਕਿਸੇ ਬੋਲੀ 'ਚ ਵੀ ਪੈਕ ਹੋ ਕੇ ਕਿਉਂ ਨਾ ਆਉਣਾ ਪਵੇ। ਇੱਕ ਸਮਾਂ ਸੀ ਬਾਜਵਾ ਸਾਹਿਬ ਜਦੋਂ ਜਨਮ ਦਿਨ 'ਤੇ ਵੀਜ਼ਾ ਮਿਲ ਜਾਂਦਾ ਸੀ ਕਿ ਭਾਈ ਮੇਰੇ ਭਰਾ ਦਾ ਜਨਮ ਦਿਨ ਹੈ ਅਤੇ ਮੇਰੇ ਭਤੀਜੇ ਦਾ ਜਨਮ ਦਿਨ ਹੈ, ਮੇਰੀ ਭੈਣ ਦਾ ਜਨਮ ਦਿਨ ਹੈ ਅਤੇ ਸਾਨੂੰ ਅਸੀਂ ਉੱਥੇ ਜਾਣਾ। ਗੋਰੇ ਕਹਿੰਦੇ ਸੀ ਕੋਈ ਗੱਲ ਨਹੀਂ ਭਾਈ, ਜਨਮ ਦਿਨ 'ਤੇ ਜਾਣਾ ਬਣਦਾ, ਸਾਨੂੰ ਜ਼ਰੂਰ ਜਾਣ ਦਿਆਂਗੇ। ਪਰ ਅੱਜ ਤੁਸੀਂ ਵੇਖੋ ਕਿ ਅੱਜ ਇੱਕ ਬੰਦਾ ਵਿਆਹ ਕਰਾ ਕੇ ਇੱਥੇ ਆਉਂਦਾ, ਘਰਵਾਲੀ ਮਗਰ ਹੁੰਦੀ ਆ, ਤਾਂ ਘਰਵਾਲੀ ਨੂੰ ਆਉਣ 'ਤੇ ਵੀ 2-2 ਸਾਲ ਲੱਗ ਜਾਂਦੇ ਆ, ਘਰਵਾਲੀ ਨੂੰ ਵੀ ਆਉਣ ਦਿੱਤਾ ਜਾਂਦਾ, ਉਹ ਐਲਬਮ ਵਿਖਾਉਂਦਾ ਜੀ, ਆਪਣੀਆਂ ਵੀਡੀਓ ਵਿਖਾਉਂਦਾ, ਮਤਲਬ ਦੁਨੀਆਂ ਦਾ ਹਰ ਸਬੂਤ ਦੇਣ ਨੂੰ ਤਿਆਰ ਹੈ। ਇਹਦੇ ਬਾਵਜੂਦ ਉਹ ਨਹੀਂ ਆ ਸਕਦੀ, ਉਹਦਾ ਕਾਰਨ ਇਹੀ ਹੈ ਕਿ ਇੱਥੋਂ ਦੀਆਂ ਸਰਕਾਰਾਂ ਨੂੰ ਸਾਡੇ ਬਾਰੇ ਇਹ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਕਿ ਸਾਡੇ ਉੱਥੇ ਬੱਸ ਸਟੈਂਡ 'ਤੇ ਬੋਰਡ ਲੱਗੇ ਨੇ, ਬਿਨਾਂ ਫੀਸ ਤੋਂ ਵੀਜ਼ਾ, ਪੱਕੀ PR, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਇਹ ਲੋਕ ਸਿਰਫ ਆਪਣਾ ਮੁਲਕ ਛੱਡਣਾ ਚਾਹੁੰਦੇ ਨੇ, ਇਹਨਾਂ ਦੀ ਕੰਟਰੀ 'ਚ ਉਹ ਸੁੱਖ ਅਤੇ ਸਹੂਲਤਾਂ ਨਹੀਂ ਹਨ ਜਿਹੜੀਆਂ ਇੱਥੇ ਨੇ, ਇਹ ਲੋਕ ਸਿਰਫ ਇੱਥੇ ਆਉਣਾ ਮਕਸਦ ਹੈ ਇਹਨਾਂ ਦਾ, ਔਰ ਇਹਨਾਂ ਨੇ ਵਾਪਸ ਨਹੀਂ ਜਾਣਾ, ਅਤੇ ਅਸੀਂ ਮੈਸੇਜ ਆਪ ਛੱਡਿਆ। ਇਸੇ ਕਰਕੇ ਡਾਇਸਪੁਰਾ ਦੇ ਅੰਦਰ ਵਿਸ਼ਵ ਪੱਧਰ 'ਤੇ ਪੰਜਾਬੀਆਂ ਦੇ ਵੀਜ਼ੇ 'ਚ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਬਾਜਵਾ ਸਾਹਿਬ ਜੀ। ਜੀ, ਔਰ ਮੈਂ ਸਹਿਮਤ ਹਾਂ ਤੁਹਾਡੇ ਨਾਲ, ਇਹਦੇ ਨਾਲ ਨਾਲ ਇੱਕ ਮਿਸਲੀਡਿੰਗ ਵੀ ਜਿਹੜੀ ਹੈ ਉਹਦੇ 'ਚ ਅਸੀਂ ਜਿਹੜੇ ਸਪੈਸ਼ਲੀ ਮੈਂ ਕਹਾਂਗਾ ਕਿ ਜਿਹੜੀ ਇਸ਼ਤਿਹਾਰ ਨੇ ਜਾਂ ਪਬਲਿਸਿਟੀ ਜਾਂ ਕਹਿ ਲਓ ਜਾਂ ਆਪਾਂ ਉਹਨੂੰ ਕਹਿ ਲਈਏ ਕਿ ਸਪੋਂਸਰਡ ਪ੍ਰੋਗਰਾਮਸ ਸਾਡੇ ਜਿਹੜੇ ਜਰਨਲਿਜ਼ਮ 'ਚ ਵੀ ਹੁੰਦੇ ਨੇ, ਉਹਨਾਂ 'ਚ ਵੀ ਸਾਨੂੰ ਖਿਆਲ ਕਰਨਾ ਪਏਗਾ ਕਿ ਜਿਹੜਾ ਪ੍ਰਲੋਭਨ ਹੈ ਉਹਦੇ 'ਚ ਥੋੜ੍ਹੀ ਜਿਹੀ ਇਨਵੈਸਟੀਗੇਟਿਵ ਸਟਾਈਲ ਜਰਨਲਿਜ਼ਮ ਆਉਣੀ ਚਾਹੀਦੀ ਹੈ ਕਿ ਕੀ ਸਾਹਮਣੇ ਜਿਹੜਾ ਇੰਟਰਵਿਊ 'ਚ ਬੰਦਾ ਜੋ ਕਹਿ ਰਿਹਾ ਉਹ ਕਿਸੇ ਨੂੰ ਪ੍ਰਲੋਭਨ ਤਾਂ ਨਹੀਂ ਦੇ ਰਿਹਾ। ਜਦੋਂ ਅਸੀਂ ਐਡ ਵੀ ਕਰਦੇ ਹਾਂ ਸਾਨੂੰ ਇਹ ਸੋਚਣਾ ਪਊਗਾ, ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਦੂਸਰਾ ਪ੍ਰਮੋਸ਼ਨ ਦਾ ਵੀ ਇੱਕ ਲੈਵਲ ਹੋਣਾ ਚਾਹੀਦਾ, ਤੀਸਰਾ ਕੁਝ ਇੱਥੇ ਘਟਨਾਵਾਂ ਇੱਦਾਂ ਦੀਆਂ ਹੋ ਗਈਆਂ ਬਾਜਵਾ ਸਾਹਿਬ, ਜਿਵੇਂ ਡਰਾਈਵਿੰਗ ਦੇ ਅੰਦਰ ਕਹਿ ਲਓ ਕਿ ਡਰਿੰਕ ਐਂਡ ਡਰਾਈਵ ਦੇ ਵਿੱਚ ਕੁਝ ਕੇਸ ਇੱਦਾਂ ਦੇ ਆ ਗਏ, ਕੁਝ ਕੁ ਸਟੂਡੈਂਟ ਜਿਹੜੇ 100 ਮਗਰ 1-2 ਸਟੂਡੈਂਟਸ ਦੀਆਂ ਘਟਨਾਵਾਂ ਕੈਨੇਡਾ ਦੇ ਅੰਦਰ ਖਾਸ ਤੌਰ ਤੇ ਅਜਿਹੀਆਂ ਹੋ ਗਈਆਂ। 100 ਮਗਰ 1 ਨਹੀਂ, ਮੈਂ ਇੱਥੇ ਖੁੱਲ੍ਹ ਕੇ ਕਹਿਣਾ ਚਾਹਾਂਗਾ ਰਮਨਦੀਪ ਜੀ ਕਿ ਜਿਹੜੀ ਵਿਰਤੀ ਹੈ ਝੂਠ ਬੋਲਣ ਦੀ, ਦਿਖਾਵਾ ਕਰਨ ਦੀ, ਚਾਪਲੂਸੀ ਕਰਨ ਦੀ, ਉਹ ਸਾਡੀ ਪੂਰੀ ਕਮਿਊਨਿਟੀ ਵਿੱਚ 80-20 ਹੈ। ਮੈਂ ਕਹਾਂਗਾ ਕਿ 80% ਲੋਕ ਜਿਹੜੇ ਹੈਗੇ ਆ ਉਹ ਝੂਠੇ ਨੇ, ਦਿਖਾਵਾ ਕਰਦੇ ਨੇ, ਚਾਪਲੂਸੀ ਕਰਦੇ ਨੇ, 20% ਲੋਕ ਚੰਗੇ ਵੀ ਨੇ, ਲੇਕਿਨ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਆਪਾਂ ਦੇਖੀਏ ਗੋਰੇ ਹੈਗੇ ਆ, ਅਸੀਂ 3-faced ਹੋ ਗਏ ਆ ਜੀ ਸਾਹਿਬ ਜੀ, ਸਾਡੀ ਫੇਸਬੁੱਕ ਦੀ ਪ੍ਰੋਫਾਈਲ ਹੋਰ ਤਰ੍ਹਾਂ ਦੀ ਹੈ ਜੀ, ਸਾਡੀ ਇੰਸਟਾਗ੍ਰਾਮ ਦੀ ਪ੍ਰੋਫਾਈਲ ਹੋਰ ਤਰ੍ਹਾਂ ਦੀ ਹੈ, ਸਾਡਾ ਵਟਸਐਪ ਤੇ ਬਿਹੇਵੀਅਰ ਹੋਰ ਤਰ੍ਹਾਂ ਦਾ ਹੈ, ਤੇ ਨਿੱਜੀ ਜ਼ਿੰਦਗੀ 'ਚ ਅਸੀਂ ਤਿੰਨਾਂ ਨਾਲੋਂ ਵੱਖ ਹਾਂ ਜੀ, ਇਹ ਪ੍ਰੋਬਲਮ ਹੈ। ਸਾਨੂੰ ਚਾਰੇ ਕਿਰਦਾਰ ਸੇਮ ਕਰਨੇ ਪੈਣਗੇ, ਅਸੀਂ ਜਿਸ ਤਰ੍ਹਾਂ ਫੇਸਬੁੱਕ ਤੇ ਆਪਦੇ ਆਪ ਨੂੰ ਦਰਸਾ ਰਹੇ ਹਾਂ, ਮੈਂ ਤਾਂ ਅਕਸਰ ਕਹਿਣਾ, ਮੈਂ ਆਪਦੇ ਬਾਰੇ ਵੀ ਇਹ ਗੱਲ ਕਹਿਣਾ, ਫੇਸਬੁੱਕ ਮਤਲਬ ਸਿਰਫ ਝੂਠੀ ਚਿਹਰੇ ਦੀ ਤਸਵੀਰ ਹੈ, ਬਿਲਕੁਲ ਉਹ ਅਸਲੀਅਤ ਨਹੀਂ ਹੈ, ਕੋਈ ਆਪਣੇ ਬਾਰੇ ਗਲਤ ਨਹੀਂ ਲਿਖਦਾ, ਹਮੇਸ਼ਾ ਆਪਣੇ ਹੱਥ 'ਚ ਤੁਹਾਡੇ ਕੋਲ ਰਿਮੋਟ ਕੰਟਰੋਲ, ਤੁਸੀਂ ਚੰਗਾ ਹੀ ਪਾਓਗੇ, ਈਵਨ ਸੈਲਫੀਆਂ ਵੀ ਜਿਹੜੀਆਂ ਮਾੜੀਆਂ ਆਈਆਂ ਉਹ ਡਿਲੀਟ ਕਰ ਦਿੰਦੇ ਆ। ਤੁਸੀਂ ਮੈਨੂੰ ਐਂ ਦੱਸੋ ਬਾਜਵਾ ਸਾਹਿਬ, ਤੁਸੀਂ ਤਸਵੀਰ ਪਾਈ ਹੋਵੇ, ਤੁਸੀਂ ਭਾਵੇਂ ਕੱਚੇ ਬਨੈਣ 'ਚ ਫੋਟੋ ਪਾ ਦਿਓ ਜੀ, ਅੱਜ ਤੱਕ ਤੁਹਾਨੂੰ ਕਿਸੇ ਨੇ ਆਖਿਆ ਬਾਜਵਾ ਸਾਹਿਬ ਤੁਸੀਂ ਬਹੁਤ ਭੈੜੇ ਲੱਗ ਰਹੇ ਹੋ ਜੀ?
ਹਰ ਬੰਦਾ ਇੱਕੋ ਗੱਲ ਕਹਿੰਦਾ ਵਾਹ ਜੀ ਵਾਹ ਬਾਜਵਾ ਸਾਹਿਬ ਕਾਇਮ। ਮੈਨੂੰ ਇਉਂ ਲੱਗਦਾ ਵੀ ਸਭ ਤੋਂ ਜ਼ਿਆਦੇ ਪ੍ਰੈਜੈਂਸ ਰੱਖਣਾ ਠੀਕ ਹੈ, ਸਭ ਤੋਂ ਜ਼ਿਆਦੇ ਜੇਕਰ ਜੇਕਰ ਬਟਰਿੰਗ ਹੋ ਰਹੀ ਹੈ ਨਾ ਸਭ ਤੋਂ ਜ਼ਿਆਦੇ ਸੋਸ਼ਲ ਮੀਡੀਆ ਫੇਸਬੁੱਕ ਤੇ ਹੋ ਰਹੀ ਹੈ, ਉਹ ਫੇਸਬੁੱਕ ਤੇ ਹੋ ਰਹੀ ਹੈ ਸਭ ਤੋਂ ਜ਼ਿਆਦੇ ਲਾਈਕਸ 22 ਵਰਸਾ ਉਹ ਫਲਾਨਾ। ਮੇਰੇ ਨਾਲ ਇਹੋ ਜਿਹੇ ਬੰਦੇ ਵੀ ਨਾਰਾਜ਼ ਹੋਏ ਬਾਜਵਾ ਸਾਹਿਬ, ਕੋਈ ਕਹਿੰਦਾ ਮੇਰੇ ਜਨਮ ਦਿਨ ਤੇ ਮੇਰੀ ਫੋਟੋ ਪਾ ਦੇ, ਕੋਈ ਕਹਿੰਦਾ ਜੀ ਤੂੰ ਮੇਰੀ ਫੋਟੋ ਲਾਈਕ ਨਹੀਂ ਕਰਦਾ। ਮੈਂ ਤਾਂ ਆਪਣੀ ਕਮਿਊਨਿਟੀ ਦੇ ਬੰਦਿਆਂ ਦੇ ਮੈਂ ਫੇਸਬੁੱਕ ਜ਼ਕਰਵਰਗ ਵੀ ਹੈਰਾਨ ਹੁੰਦਾ ਹੋਣਾ, ਮੈਂ ਬਣਾਇਆ ਕਾਹਦੇ ਵਾਸਤੇ ਸੀ, ਇਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ। ਕਈ ਬੰਦੇ ਤਾਂ ਬਾਜਵਾ ਸਾਹਿਬ ਇਸ ਗੱਲ ਤੋਂ ਨਾਰਾਜ਼ ਹੋ ਜਾਂਦੇ ਆ, ਮੈਂ ਸਟੇਟਸ ਵੀ ਉਹਨਾਂ ਦੇ, ਅੱਜ ਮੈਂ ਆਪਣੀ ਫੇਸਬੁੱਕ ਤੋਂ ਉਹਨਾਂ ਮਿੱਤਰਾਂ ਨੂੰ ਆਪਦੀ ਮਿੱਤਰ ਸੂਚੀ ਚੋਂ ਹਟਾ ਰਿਹਾ ਜਿਨ੍ਹਾਂ ਨੇ ਨਾ ਤਾਂ ਕਦੇ ਕੋਈ ਫੋਟੋ ਲਾਈਕ ਕੀਤੀ ਹੈ ਤੇ ਨਾ ਕਦੇ ਕਮੈਂਟ ਕੀਤਾ। ਲੈ ਬੰਦਾ ਪੁੱਛਣ ਵਾਲਾ ਹੋਵੇ ਵੀ ਭਾਈ ਫੇਸਬੁੱਕ ਤੇ ਕਮੈਂਟ ਤੇ ਲਾਈਕ ਕਰਨੇ ਕੋਈ ਲਾਜ਼ਮੀ ਹੈ? ਅਸੀਂ ਨੰਬਰਾਂ ਦੀ ਤੌਰ 'ਤੇ ਸ਼ਾਮਿਲ ਹੋ ਗਿਆ, ਕਿੰਨੇ ਲਾਈਕ ਆ ਚੁੱਕੇ ਆ, ਕਿੰਨਾ ਵਿਊ ਹੋ ਚੁੱਕਿਆ, ਯੇ ਵੋ ਸਾਰਾ ਕੁਛ। ਤਾਂ ਇਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਵੀ ਕਹਿ ਲਓ ਕਿ ਸਾਡੇ 'ਤੇ ਨਿਗਾਰ ਲੈ ਕੇ ਆਉਂਦਾ, ਅਸੀਂ ਇੱਕ ਝੂਠਾ ਕਿਰਦਾਰ ਖੜਾ ਕਰ ਲਿਆ, ਪਰ ਅਸੀਂ ਆਤਮ ਚਿੰਤਨ ਕੀਤਾ ਹੀ ਨਹੀਂ ਕਿ ਯਾਰ ਮੈਂ ਅੰਦਰੋਂ ਕਿੱਦਾਂ ਦਾ। ਉਹ ਗੁਰਬਾਣੀ ਦੇ ਤੁਕਾ ਨਾ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ ਮਨੋ ਕਸੀਦਾ ਕਾਲੀਆ ਤੇ ਬਾਹਰ ਚਿੱਟਵੀ ਆ, ਹਲੇ ਵੀ ਇਹ ਇੱਕ ਪੇਸ਼ਾ ਹੈ, ਕਿੱਤਾ ਨਹੀਂ ਬਣਿਆ, ਪਰ ਕਿੱਤਾ ਵਰਸਿਸ ਪੇਸ਼ਾ ਆਲਮੋਸਟ ਹੋ ਚੁੱਕਾ ਹੈ। ਜਦੋਂ ਸਾਨੂੰ ਕੋਈ ਸਪੋਂਸਰਡ ਕੋਈ ਪ੍ਰੋਗਰਾਮ ਕਰਦੇ ਹਾਂ, ਹਾਲਾਂਕਿ ਸਾਡਾ ਮੈਂ ਕਲੀਅਰ ਕਰਨਾ ਚਾਹੁੰਦਾ ਇੱਥੇ ਕਿ ਸਬਕਾ ਟੀਵੀ ਨੋਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਆ, ਐਸੋਸੀਏਟਡ ਆ, ਅਸੀਂ ਅੱਜ ਤੱਕ ਕੋਈ ਕਮਰਸ਼ੀਅਲ ਪ੍ਰੋਗਰਾਮ ਨਹੀਂ ਕੀਤਾ, ਕੋਈ ਸਪੋਂਸਰਡ ਪ੍ਰੋਗਰਾਮ ਨਹੀਂ ਕੀਤਾ, ਨਾ ਹੀ ਕਦੀ ਆਪਾਂ ਐਡ ਦਾ ਕਿਸੇ ਕੋਲ ਗਏ ਹਾਂ ਕਿ ਸਾਨੂੰ ਐਡ ਦਿਓ। ਲੇਕਿਨ ਮੇਰਾ ਇਸ਼ਾਰਾ ਇਹ ਹੈ ਕਿ ਸਾਡੇ ਪੂਰੇ ਜਰਨਲਿਜ਼ਮ ਦੇ ਵਿੱਚ ਇੱਦਾਂ ਹੋਣਾ ਚਾਹੀਦਾ ਕਿ ਜਦੋਂ ਕੋਈ ਸਪੋਂਸਰਡ ਪ੍ਰੋਗਰਾਮ ਵੀ ਹੈ ਤਾਂ ਉਹਦੇ 'ਚ ਸਾਹਮਣੇ ਵਾਲਾ, ਕਿਉਂਕਿ ਸਾਡੇ ਹੱਥ ਨਹੀਂ ਆ ਗਿਆ ਅਗਲਾ ਕੀ ਪ੍ਰੋਮਿਸ ਕਰ ਰਿਹਾ, ਜਦੋਂ ਕੋਈ ਰੋਂਗ ਪ੍ਰੋਮਿਸ ਕਰਦਾ ਜਾਂ ਮਿਸਲੀਡਿੰਗ ਇਨਫੋਰਮੇਸ਼ਨ ਦਿੰਦਾ ਹੈ ਤਾਂ ਉਹਨੂੰ ਕੁਐਸਚਨ ਜ਼ਰੂਰ ਕਰਨਾ ਚਾਹੀਦਾ। ਮੈਂ ਐਗਜ਼ਾਮਪਲ ਦੇਣਾ ਚਾਹਾਂਗਾ ਇੱਥੇ ਸੋਢੀ ਸਾਹਿਬ, ਨਾਮ ਲਏ ਬਗੈਰ, ਕਿ ਜਦੋਂ ਇੱਕ ਲੋਇਰ, ਇਮੀਗ੍ਰੇਸ਼ਨ ਲੋਇਰ ਜਾਂ ਕੋਈ ਵੀ ਲੋਇਰ ਇਹ ਕਹਿੰਦਾ ਹੈ ਕਿ ਮੇਰੀ ਇਮੀਗ੍ਰੇਸ਼ਨ ਮਿਨਿਸਟਰ ਨਾਲ ਡਾਇਰੈਕਟ ਕਮਿਊਨੀਕੇਸ਼ਨ ਹੈ, ਇਸ ਕਰਕੇ ਸਾਡਾ ਸਕਸੈਸ ਰੇਟ ਜ਼ਿਆਦਾ ਹੈ, ਤਾਂ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਜਿਹੜਾ ਕਿ ਕੁਐਸਚਨ ਕਰਨਾ ਬਣਦਾ ਹੈ, ਔਰ ਜਿਹੜਾ ਕਿ ਭਾਰਤ 'ਚ ਬੈਠੇ ਲੋਕਾਂ ਨੂੰ ਇਹ ਦੱਸ ਰਿਹਾ ਹੈ ਕਿ ਮੇਰੀ ਤਾਂ ਸਿੱਧੀ ਗੱਲਬਾਤ ਆ ਮਿਨਿਸਟਰੀ 'ਚ, ਇਸ ਕਰਕੇ ਮੇਰੇ ਕੇਸ ਰੁਕਦੇ ਨਹੀਂ, ਮੇਰੇ ਕੇਸ ਕਲੀਅਰ ਹੋ ਜਾਂਦੇ ਨੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹ ਜ਼ਰੂਰੀ ਹੈ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਐਡਵਰਟਾਈਜ਼ਮੈਂਟ ਦਾ ਪਾਰਟ ਹੋਵੇ ਪਹਿਲਾਂ ਤਾਂ ਉਹਦੇ ਤੇ ਮੈਂਸ਼ਨ ਹੋਣਾ ਚਾਹੀਦਾ ਹੈ ਕਿ ਦਿਸ ਇਜ਼ ਪਾਰਟ ਆਫ ਐਡਵਰਟਾਈਜ਼ਮੈਂਟ, ADVT ਹੋਣੀ ਚਾਹੀਦੀ ਹੈ। ਦੂਸਰਾ ਤੁਸੀਂ ਕਿਹਾ ਕਿ ਉਹ ਬੰਦਾ ਕਹਿੰਦਾ, ਦੂਸਰਾ ਤੁਸੀਂ ਕਿ ਉਹ ਬੰਦਾ ਕਹਿੰਦਾ ਕਿ ਮੇਰਾ ਕਿਸੇ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ ਸਿੱਧੀ ਗੱਲਬਾਤ ਹੈ ਜਾਂ ਇਹ ਉਹ ਚੀਜ਼ਾਂ ਹੈਗੀਆਂ, ਉਹ ਇੰਟਰਪ੍ਰੀਟੇਸ਼ਨ ਹੈ ਇੱਕ ਤਰ੍ਹਾਂ। ਕਬੂਲ ਕਰਦਾ ਕਿ ਕਾਊਂਟਰ ਬਣਦਾ ਉਹਦੇ ਤੇ, ਪਰ ਉਹਦੀ ਇੱਕ ਚੀਜ਼ ਇਹ ਵੀ ਹੈ, ਲੋਕ ਬੜੇ ਸਿਆਣੇ ਆ ਬਾਜਵਾ ਸਾਹਿਬ ਜੀ, ਲੋਕ ਤਾਂ 5 ਮਿੰਟਾਂ 'ਚ ਕਿਸੇ ਬੰਦੇ ਦੇ ਪੋਤੜੇ ਫਰੋਲ ਦਿੰਦੇ ਆ, ਕੋਈ ਜਿੰਨੇ ਮਰਜ਼ੀ ਦਾਅਵੇ ਕਰ ਲੈ ਕਿ ਮੇਰੀ ਫਲਾਣੇ ਨਾਲ ਸੈਟਿੰਗ ਆ। ਸੈਟਿੰਗ ਹੋਣਾ ਤੇ ਮਸ਼ਵਰਾ ਹੋਣਾ ਦੋਨੋਂ ਚੀਜ਼ਾਂ 'ਚ ਵੱਖਰਾਪਣ ਹੈ। ਇੱਕ ਅਸੀਂ ਕਹਿਣਾ ਕਿ ਸਾਡੀ ਸਿੱਧੀ ਗੱਲਬਾਤ ਹੈ ਤੇ ਅਸੀਂ ਉਹਦੇ ਰਾਹੀਂ ਕਰਵਾਉਣੇ ਆ, ਉਹ ਵੱਖਰਾ ਵਿਸ਼ਾ। ਇੱਕ ਕਹਿਣਾ ਕਿ ਅਸੀਂ ਮਸ਼ਵਰਾ ਲੈਂਦੇ ਹਾਂ ਉਹਨਾਂ ਦੇ ਕੋਲੋਂ, ਉਹ ਵੱਖਰਾ ਵਿਸ਼ਾ ਜੀ। ਉਹੀ ਕਹਿਣਾ ਮਿਸਲੀਡਿੰਗ, ਇਹਨੂੰ ਬੜੀ ਚਤੁਰਤਾ ਨਾਲ ਕਿਹਾ ਗਿਆ ਕਿ ਕਮਿਊਨੀਕੇਸ਼ਨ ਹੈ। ਕਮਿਊਨੀਕੇਸ਼ਨ ਦਾ ਮਤਲਬ ਇਹ ਹੈ ਕਿ ਕੋਈ ਵੀ ਸਧਾਰਨ ਰੈਜ਼ੀਡੈਂਟ ਜਾਂ ਸਿਟੀਜ਼ਨ ਜਾਂ ਕੋਈ ਵੀ ਬੰਦਾ ਐਪਲੀਕੈਂਟ ਡਾਇਰੈਕਟ ਇਮੀਗ੍ਰੇਸ਼ਨ ਮਿਨਿਸਟਰ ਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ, ਤੁਸੀਂ ਜਵਾਬ ਵੀ ਤੁਹਾਨੂੰ ਆਏਗਾ ਬਕਾਇਦਾ। ਇਹ ਸਾਡਾ ਰਾਈਟ ਹੈ ਇੱਥੇ, ਇਹਨਾਂ ਮੁਲਕਾਂ ਦੀ ਇਹੀ ਖੂਬੀ ਹੈ ਕਿ ਜੇ ਤੁਹਾਡੀ ਐਪਲੀਕੇਸ਼ਨ ਸਾਫ਼ ਸੁਥਰੀ ਹੈ, ਉਹ 'ਚ ਝੂਠ ਨਹੀਂ ਬੋਲਿਆ ਗਿਆ ਹੈ, ਤੁਸੀਂ ਉਹਨੂੰ ਫੋਲੋਅਪ ਕਰ ਸਕਦੇ ਹੋ, ਤੁਸੀਂ ਉਹਨੂੰ ਵੀ ਪੈਰਵਾਈ ਕਰ ਸਕਦੇ ਹੋ, ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ। ਈਵਨ ਇੱਥੇ ਤੱਕ ਕਿ ਜੇ ਕੋਈ ਤੁਹਾਡੇ ਅਗੇਂਸਟ ਆ ਗਿਆ ਫੈਸਲਾ ਤਾਂ ਤੁਸੀਂ ਉਹਨੂੰ ਚੈਲੰਜ ਕਰਕੇ ਅੰਬਡਸਮੈਨ ਕੋਲ ਵੀ ਲੈ ਕੇ ਜਾ ਸਕਦੇ ਹੋ। ਲੇਕਿਨ ਪ੍ਰੋਬਲਮ ਇਹ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਮਿਨਿਸਟਰੀ ਵੀ ਜਿਹੜੀ ਹੈ ਉਹ ਅੱਖਾਂ ਬੰਦ ਕਰਕੇ ਬੈਠੀ ਹੈ, ਕਿਉਂਕਿ ਉਹਨਾਂ ਨੂੰ ਬਾਹਰੋਂ ਰੈਵਨਿਊ ਆ ਰਿਹਾ ਇੰਡੀਆ ਤੋਂ, ਇਸ ਕਰਕੇ ਉਹ ਵੀ ਜਿਹੜੇ ਹੈ ਇਹ ਸਵਾਲ ਨਹੀਂ ਉਠਾਉਂਦੇ ਇੱਦਾਂ ਦੀਆਂ ਪ੍ਰਲੋਭਨਸ ਦੇ ਉੱਤੇ, ਕਿਉਂਕਿ ਉਹਨਾਂ ਨੂੰ ਰੈਵਨਿਊ ਆ ਰਿਹਾ। ਇਹ ਵੀ ਇੱਕ ਬੜਾ ਸੱਚ ਹੈ, ਲੇਕਿਨ ਕਿਤੇ ਨਾ ਕਿਤੇ ਮੈਂ ਕਹਿੰਦਾ ਕਿ ਫਿਰ ਵੀ ਸਲਾਮ ਹੈ ਸਾਡੇ ਮੁਲਕਾਂ ਵਿੱਚ ਵੀ। ਮੈਂ ਕਹਿਣਾ ਚਾਹਾਂਗਾ ਇੱਥੇ ਵਰਣਨਯੋਗ ਹੈ ਕਿ ਬਹੁਤ ਸਾਰੇ ਮੇਰੇ ਪੰਜਾਬੀ ਭਾਈਚਾਰੇ ਦੇ ਵੀ ਲੋਕ ਜਿਹੜੇ ਇਸ ਮੀਡੀਆ ਜਰਨਲਿਜ਼ਮ 'ਚ ਹੈਗੇ ਆ, 10% ਮੈਂ ਕਹਾਂਗਾ ਇੱਦਾਂ ਦੇ ਵੀ ਹੈਗੇ ਜਿਹੜੇ ਕਿ ਸਾਫ਼ ਸੁਥਰੇ ਆਪਣੀ ਛਵੀ ਸਾਫ਼ ਰੱਖੀ ਹੋਈ ਹੈ ਔਰ ਪੂਰਾ ਆਪਣਾ ਤਨ ਮਨ ਨਾਲ ਸੇਵਾ ਕਰ ਰਹੇ ਆ ਔਰ ਸਹੀ ਤਰੀਕੇ ਨਾਲ ਕੰਮ ਕਰ ਰਹੇ ਆ। ਚਲੋ ਤੁਹਾਡੀ ਗੱਲ ਹੈਗੀ, ਸਾਨੂੰ 20% ਨਾਲ ਗੁਜ਼ਾਰਾ ਕਰਨਾ ਪਏਗਾ, ਮਜਬੂਰੀਆਂ ਉਹਨਾਂ ਦੀਆਂ ਵੀ ਹਨ। ਸੋ ਮੈਂ ਇਹ ਇਹਨਾਂ ਸ਼ਬਦਾਂ ਦੇ ਨਾਲ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਸਾਨੂੰ ਮੌਕਾ ਨਹੀਂ ਮਿਲਿਆ, ਤੁਸੀਂ ਸਾਡੇ ਕੋਲ ਰੋਟਰੂ ਆਏ ਨਹੀਂ, ਤਾਂ ਤੁਹਾਡੀ ਇੱਕ ਸਪੈਸ਼ਲ ਸਨਮਾਨ ਹੈਗਾ ਜਿਹੜਾ ਕਿ ਮੈਂ ਬੱਚੀਆਂ ਤੋਂ ਕਰਵਾਉਣਾ ਚਾਹੁੰਦਾ ਸੀ ਕਿ ਤੁਹਾਨੂੰ ਸਬਕਾ ਟੀਵੀ ਨੇ 2019 ਤੋਂ ਅਵਾਰਡ ਸਿਸਟਮ ਸ਼ੁਰੂ ਕੀਤਾ ਹੈ। ਇੱਕ ਉਪਰਾਲਾ ਹੈ ਕਿ ਜਿਹੜੀ ਓਨੈਸਟ ਜਰਨਲਿਜ਼ਮ ਹੈ ਉਹਨੂੰ ਅੱਗੇ ਬੜਾਵਾ ਦੇਣ ਲਈ
एक प्लेटफॉर्म जिहड़ा है साडी कम्यूनिटी कंबाइंड कम्यूनिटी वॉइस ऑफ न्यूजीलैंड स्थापित की गई है और उहदे विच असीं तुहाडे सुझाव भी लए ने कि कल्ली प्रशंसा ना कल्ली शलाघे ना गल नहीं बननी असीं कोशिश करांगे कि तुहाडियां उम्मीदां ते पूरे उतरीए कि उहनूं आपां नैक्सट स्टेज ते नैक्सट लैवल ते लैके जाइए ਤਾਂ ਕਿ ਪੋਲੀਟੀਸ਼ੀਅਨਸ ਨੂੰ ਸਪੋਰਟ ਫਾਈਨੈਂਸ਼ੀਅਲ ਸਪੋਰਟ ਬੰਦ ਹੋਵੇ ਔਰ ਤੁਹਾਡੇ ਵਰਗੇ ਜਰਨਲਿਸਟ ਜਿਹੜੇ ਹੈਗੇ ਆ ਉਹਨਾਂ ਦਾ ਮਾਣ ਸਨਮਾਨ ਇਕੱਲੇ ਮਾਣ ਸਨਮਾਨ ਨਾਲ ਨਹੀਂ ਲੇਕਿਨ ਉਹਨਾਂ ਨੂੰ ਪੁੱਛ ਕੇ ਉਹਨਾਂ ਨਾਲ ਗੱਲਬਾਤ ਕਰਕੇ ਕਿ ਕੀ ਤੁਹਾਨੂੰ ਲੋੜ ਹੈ ਕਿੱਥੇ ਤੁਹਾਡੇ ਨਾਲ ਕਿੱਦਾਂ ਖੜੇ ਹੋਇਆ ਜਾ ਸਕਦਾ ਹੈ ਜੀ ਉਹਦੇ 'ਚ ਮੇਰਾ ਇੱਕ ਹੋਰ ਸੁਝਾਅ ਬਾਜਵਾ ਸਾਹਿਬ ਕਿ ਜਿਹੜੇ ਲੀਡਰਾਂ ਨੂੰ ਪੈਸੇ ਨੇ ਨਾ ਪਹਿਲਾਂ ਤਾਂ ਲੀਡਰਾਂ ਨੂੰ ਪੈਸੇ ਦੇਣੇ ਬੰਦ ਕੀਤੇ ਜਾਣ ਤੁਸੀਂ ਪਹਿਲਾਂ ਕਿਸੇ ਲੀਡਰ ਨੂੰ ਪੈਸੇ ਦਿੰਦੇ ਹੋ ਤੁਸੀਂ ਕਹਿੰਦੇ ਚਲੋ ਭਾਈ ਇਹ ਕੱਲ੍ਹ ਨੂੰ ਮੁੱਖ ਮੰਤਰੀ ਬਣੂਗਾ MLA ਬਣੂਗਾ MP ਬਣੂਗਾ ਅਤੇ ਉਸ ਤੋਂ ਬਾਅਦ ਸਾਡੇ ਪਿੰਡ 'ਚ ਪੈਸੇ ਲਾਊਗਾ ਜੀ ਕਹਿਣ ਦਾ ਭਾਵ ਇਹ ਹੈ ਪੀਰੀ ਪੀਰੀ ਉਹ ਕਹਿੰਦੇ ਨਾ ਮੁੱਲਾ ਦੀ ਦੌੜ ਮਸੀਤ ਤੱਕ ਸਾਡੀ ਦੌੜ ਕਿੱਥੋਂ ਤੱਕ ਹੈ ਤਾਂ ਪਿੰਡ ਤੱਕ ਹੀ ਹੈ ਨਾ ਤੁਹਾਡੀ ਤੁਹਾਡੇ ਮਨ 'ਚ ਚੇਟਕ ਤਾਂ ਇਹੀ ਹੈ ਨਾ ਯਾਰ ਮੇਰਾ ਪਿੰਡ ਸੁਧਰ ਜੇ ਜਿਹੜਾ 11,000, 21,000, 32,000, 51,000 ਤੁਸੀਂ ਲੀਡਰ ਦੀ ਜੇਬ 'ਚ ਪਾਉਂਦੇ ਹੋ ਉਹ ਜਨਾਬ ਤੁਹਾਡੇ ਤਾਂ 1 ਦਾ 50 ਬਣਦੇ ਆ ਤੁਸੀਂ ਉਹੀ ਪੈਸੇ ਪਿੰਡ 'ਤੇ ਲਾਉਣੇ ਸ਼ੁਰੂ ਕਰ ਦਿਓ ਮੈਂ ਦਾਅਵੇ ਨਾਲ ਕਹਿੰਦਾ ਬਾਜਵਾ ਸਾਹਿਬ ਜਿੰਨੇ ਰੁਪਈਏ ਤੁਸੀਂ ਲੀਡਰਾਂ ਨੂੰ ਇਕੱਠੇ ਕਰਕੇ ਦਿੱਤੇ ਆ ਉਹ ਰੁਪਈਏ ਤੁਸੀਂ ਮਾਫ਼ ਕਰਿਓ ਆਪਦੇ ਆਪਦੇ ਪਿੰਡਾਂ 'ਤੇ ਲਾਏ ਹੁੰਦੇ ਗੱਲਬਾਤ ਬਣ ਜਾਣੀ ਸੀ ਆਪਦੇ ਪਿੰਡਾਂ ਨੂੰ ਗੋਦ ਲਿਆ ਜਾਵੇ ਸਭ ਤੋਂ ਸ਼ਾਨਦਾਰ ਹੈ ਚਿੰਤਾ ਇਕੱਲੀ ਕਰਨ ਨਾਲ ਕੁਝ ਨਹੀਂ ਹੋਣਾ ਚਿੰਤਕ ਕਰਨ ਦੀ ਲੋੜ ਹੈ ਲੀਡਰਾਂ ਦੀਆਂ ਜੇਬਾਂ 'ਚ ਪੈਸੇ ਪਾਉਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਮਹਿੰਗੇ ਮਹਿੰਗੇ ਆਈਫੋਨ ਭੇਜਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਲੂਈਸ ਵੂਟਨ ਦੀਆਂ ਜੈਕਟਾਂ ਲੈ ਕੇ ਦੇਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਕੰਟਰੋਲ ਕਰੋ ਇਹ ਝੰਬਲਾਉਣੇ ਤੁਸੀਂ ਹੋ ਜੀ ਕਲਾਕਾਰਾਂ ਨੂੰ ਵੀ ਤੁਸੀਂ ਝੰਬਲਾਉਣੇ ਹੋ ਜੀ ਤੁਸੀਂ $1,00,000 ਉਹਨਾਂ ਨੂੰ ਸ਼ੋਅ ਦਾ ਵੱਖਰਾ ਦਿੰਦੇ ਹੋ ਸ਼ਾਪਿੰਗਾਂ ਵੱਖਰੀਆਂ ਕਰਾਉਣੇ ਹੋ ਲੰਚ ਡਿਨਰ ਵੱਖਰੇ ਕਰਾਉਣੇ ਹੋ ਜਿਹੜੇ ਕਿਸੇ ਗਿਣਤੀ 'ਚ ਨਹੀਂ ਆਉਂਦੇ ਜਿਹੜੇ ਕਿਸੇ ਗਿਣਤੀ 'ਚ ਨਹੀਂ ਆਉਂਦੇ ਬਿਜ਼ਨਸ ਕਲਾਸ ਜਹਾਜ਼ ਦੀਆਂ ਟਿਕਟਾਂ ਵੀ ਦਿੰਦੇ ਹੋ ਫਿਰ ਜਦੋਂ ਉਹੀ ਕਲਾਕਾਰ ਕੋਈ ਗਲਤੀ ਕਰਦਾ ਸਭ ਤੋਂ ਜ਼ਿਆਦਾ ਭੰਡਦੇ ਵੀ ਤੁਸੀਂ ਹੋ ਵੇਖੋ ਸਿਫਤ ਕਰਕੇ ਤੇ ਉਸੇ ਮੂੰਹ ਨਾਲ ਕਲਾਉਣਾ ਔਖਾ ਬਹੁਤ ਹੈ ਪਹਿਲਾਂ ਅਸੀਂ ਆਪਦਾ ਤੌਰ ਤਰੀਕਾ ਠੀਕ ਕਰ ਲਈਏ ਮੈਂ ਸਿਰ ਝੁਕਾਉਣਾ ਤੁਹਾਨੂੰ ਕਿ ਪੰਜਾਬ ਨੂੰ ਸੁਧਾਰਨ 'ਚ ਤੁਹਾਡਾ ਬੜਾ ਵੱਡਾ ਸੰਘਰਸ਼ ਆ ਤੁਹਾਡੀ ਬੜੀ ਵੱਡੀ ਸੋਚ ਆ ਪਰ ਬਹੁਤ ਪੱਖਾਂ ਤੋਂ ਪੰਜਾਬ ਨੂੰ ਵਿਗਾੜਨ 'ਚ ਵੀ ਤੁਹਾਡੀ ਮੁੱਖ ਭੂਮਿਕਾ ਕਿਉਂਕਿ ਲੀਡਰਾਂ ਨੂੰ ਝਮਲਾਉਣਾ ਲੀਡਰਾਂ ਨੂੰ ਸ਼ਹਿ ਦੇਣੀ ਲੀਡਰਾਂ ਨੂੰ ਰੁਪਈਏ ਖੁੱਲੇ ਦੇਣੇ ਹੁਣ ਕਹਿਣਾ ਕੋਈ ਨੀ ਬੈਠਾ ਰਿਹਾ ਭਾਈ ਮੈਂ ਤੇਰੇ ਨਾਲ ਹੈ ਇਸੇ ਤਰ੍ਹਾਂ ਕਲਾਕਾਰ ਜਿਹੜਾ ਕਲਾਕਾਰ ਬਾਜਵਾ ਸਾਹਿਬ ਇੱਕ ਵਾਰ ਤੁਹਾਡੇ ਇੱਧਰ ਮੁਲਕਾਂ 'ਚ ਆ ਜਾਂਦਾ ਪੰਜਾਬ 'ਚ ਜਾ ਕੇ ਉਹਦਾ ਰੇਟ ਦੁੱਗਣਾ ਹੋ ਜਾਂਦਾ ਮਾੜੇ ਬੰਦੇ ਦੀ ਤਾਂ ਪਹੁੰਚ 'ਚ ਬਾਹਰ ਹੋ ਜਾਂਦਾ ਉਹ ਜੀ ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਪੈਸਾ ਉਹਦੀ ਦਸ਼ਾ ਬਦਲੀਏ ਉਹਨੂੰ ਅਸੀਂ ਡੋਨੇਟ ਕਿਵੇਂ ਕਰਨਾ ਉਹਨੂੰ ਪਿੰਡਾਂ 'ਚ ਲਾਓ ਗਰੀਬਾਂ ਦੀਆਂ ਧੀਆਂ ਤੇ ਆਣੀਆਂ ਵਿਆਹ ਦਿਓ ਉਹ ਜ਼ਰੂਰੀ ਹੈਗਾ ਤਾਂ ਇਸ ਤਰੀਕੇ ਨਾਲ ਪੰਜਾਬ 'ਚ ਇਸ ਟਾਈਮ ਹੈਲਥ ਤੇ ਐਜੂਕੇਸ਼ਨ ਜਿਹੜਾ ਸਰਕਾਰ ਦਾ ਕੰਮ ਬਣਦਾ ਪਰ ਸਰਕਾਰ ਨਹੀਂ ਕਰ ਰਹੀ ਉਹਦੇ ਤੇ ਕੰਮ ਕੀਤਾ ਜਾਵੇ ਇਹ ਬਹੁਤ ਲਾਜ਼ਮੀ ਹੈ ਚੰਗੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੀ ਮਦਦ ਤੁਸੀਂ ਸਿੱਧਾ ਮੁੱਖ ਮੰਤਰੀ ਨਾ ਬਦਲੋ ਇੱਕ ਪ੍ਰੋਬਲਮ ਹੈ ਸਾਡੀ ਅਸੀਂ ਸਿੱਧਾ ਮੁੱਖ ਮੰਤਰੀ ਵੇਖੋ ਜੇ ਪੰਜਾਬ ਨੇ ਬਦਲਣਾ ਹੁੰਦਾ ਬਾਜਵਾ ਸਾਹਿਬ ਤੇ ਫਿਰ ਸਾਨੂੰ ਉੱਥੋਂ ਭੱਜਣ ਦੀ ਕੀ ਲੋੜ ਪਈ ਸੀ ਮੰਨਦੇ ਹੋ ਨਾ ਜੀ ਅਸੀਂ ਥੱਕ ਹਾਰ ਕੇ ਉੱਥੋਂ ਭੱਜਿਆ ਨਾ ਬਾਜਵਾ ਸਾਹਿਬ ਜੀ ਮੁਲਕ ਛੱਡਣਾ ਬਹੁਤ ਔਖਾ ਹੈ ਜਿਸ ਪਿੰਡ 'ਚ ਅਸੀਂ ਜੰਮੇ ਆ ਜਿਸ ਘਰ 'ਚ ਅਸੀਂ ਜਨਮ ਲਿਆ ਜਿੱਥੇ ਅਸੀਂ ਖੇਡੇ ਆ ਉਹ ਮੁਲਕ ਛੱਡਣਾ ਅੱਜ ਵੀ ਤੁਹਾਡੇ ਮਨ 'ਚ ਪਿੰਡ ਦੀਆਂ ਯਾਦਾਂ ਜੁੜੀਆਂ ਇਸੇ ਕਰਕੇ ਤੁਸੀਂ ਇੱਥੋਂ ਦੇ ਪਾਸਪੋਰਟ ਲੈਣ ਤੋਂ ਬਾਅਦ ਵੀ ਤੁਸੀਂ ਕਹਿੰਦੇ ਨਹੀਂ ਯਾਰ ਮੇਰੀ ਜਨਮ ਭੂਮੀ ਸੁਧਰਨੀ ਚਾਹੀਦੀ ਆ ਚਿੰਤਾ ਤੁਹਾਡੀ ਵਾਜਬ ਹੈ ਪਰ ਜਿਹੜਾ ਤਰੀਕਾ ਹੈ ਉਹ ਗਲਤ ਹੈ ਸਿੱਧਾ ਮੁੱਖ ਮੰਤਰੀ ਤੁਸੀਂ ਨਾ ਬਦਲੋ ਇਹ ਨਹੀਂ ਬਦਲਿਆ ਜਾਣਾ ਦੂਜਾ ਪੰਜਾਬ ਨੇ ਫੇਸਬੁੱਕ ਦੇ ਸਟੇਟਸਾਂ ਦੇ ਨਾਲ ਨਹੀਂ ਬਦਲਣਾ ਪੰਜਾਬ ਨੇ ਫੰਡਾਂ ਦੇ ਨਾਲ ਲੀਡਰਾਂ ਨੂੰ ਦਿੱਤਿਆਂ ਨਹੀਂ ਬਦਲਣਾ ਪੰਜਾਬ ਨੂੰ ਸੋਚ ਚਾਹੀਦੀ ਹੈ ਬ੍ਰੇਨ ਡਰੇਨ ਹੋ ਰਿਹਾ ਬਾਜਵਾ ਸਾਹਿਬ ਚੰਗੇ ਬੰਦੇ ਜਿਹੜੇ ਸੀ ਜਿੰਨੇ ਕੰਸਟਰਕਟਿਵ ਬੰਦੇ ਕੈਲੀਬਰ ਵਾਲੇ ਬੰਦੇ ਉਹ ਵੀ ਬਾਹਰ ਆ ਗਏ ਜੁਝਾਰੂ ਬੰਦੇ ਵੀ ਬਾਹਰ ਨੂੰ ਆ ਰਹੇ ਆ ਹੁਣ ਦਿੱਕਤ ਉੱਥੇ ਕੀ ਆ ਉੱਥੇ ਅਗਵਾਈ ਕਰਨ ਵਾਲੇ ਬੰਦੇ ਦੀ ਲੋੜ ਹੈ ਲੀਡਰ ਦੀ ਲੋੜ ਆ ਉੱਥੇ ਸਾਡੀ ਕੌਮ ਸਭ ਤੋਂ ਪ੍ਰੋਬਲਮ ਇਹ ਆ ਮਿਸਗਾਈਡਡ ਮਿਜ਼ਾਈਲ ਬਣੇ ਪਏ ਆ ਪਤਾ ਹੀ ਨਹੀਂ ਜਾਣਾ ਕਿੱਧਰ ਨੂੰ ਹੈ ਆਪਸ਼ਨ ਵੀ ਚਾਹੀਦੇ ਤਰੀਕੇ ਨਾਲ ਨਹੀਂ ਹੈ ਦੂਸਰਾ ਮਨ ਹੀ ਇੰਨਾ ਖੱਟਾ ਇਹਨਾਂ ਦਾ ਹੋ ਚੁੱਕਿਆ ਕਿ ਜਦੋਂ ਹੱਥ ਅਜ਼ਮਾਇਸ਼ ਕਰਦੇ ਆ ਉਹੀ ਬੰਦਾ ਧੋਖਾ ਦੇ ਜਾਂਦਾ ਜਦੋਂ ਹੱਥ ਅਜ਼ਮਾਇਸ਼ ਕਰਦੇ ਆ ਨਵਾਂ ਬੰਦਾ ਧੋਖਾ ਦੇ ਜਾਂਦਾ ਇਸ ਕਰਕੇ ਉਹ ਅੱਕੇ ਪਏ ਆ ਪਰ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਦੇਖੋ ਤੁਸੀਂ ਸਾਡੇ ਤੇ ਥੋਪਦੇ ਹੋ ਗੱਲਾਂ ਦੇ ਰਾਹੀਂ ਤੁਸੀਂ ਕਹਿੰਦੇ ਹੋ ਸਾਡੇ ਵੇਖੋ ਇੱਥੇ ਟ੍ਰੈਫਿਕ ਪਾਲਿਸੀ ਕਿੱਡੀ ਸ਼ਾਨਦਾਰ ਸਾਡੇ ਵੇਖੋ ਇੱਥੇ ਇਨਵਾਇਰਮੈਂਟ ਕਿੱਡਾ ਸ਼ਾਨਦਾਰ ਸਾਡੇ ਵੇਖੋ ਇੱਥੇ ਕਿੰਨੀ ਟ੍ਰਾਂਸਪੇਰੈਂਸੀ ਆ ਪਰ ਬਾਜਵਾ ਸਾਹਿਬ ਲੈਟ ਮੀ ਨੋ ਤੁਸੀਂ ਕੋਈ ਦੋ ਇਹੋ ਜਿਹੀਆਂ ਚੀਜ਼ਾਂ ਦੱਸੋ ਜਿਹੜੀਆਂ ਅਸੀਂ ਪੰਜਾਬੀਆਂ ਨੇ ਆ ਕੇ ਇੱਥੇ ਇੰਟਰੋਡਿਊਸ ਕਰਵਾਈਆਂ ਤੇ ਗੋਰੇ ਫਾਲੋ ਕਰਦੇ ਆ ਜੀ ਅਸੀਂ ਤਾਂ ਬਣੇ ਬਣੇ ਸਿਸਟਮ 'ਚ ਆ ਕੇ ਫਿੱਟ ਬੈਠ ਗਏ ਹੁਣ ਸਾਡੇ ਤਾਂ ਕੋਈ ਸਿਸਟਮ ਬਣਾਉਣ ਵਾਲਾ ਹੀ ਹੈ ਨਹੀਂ ਅਸੀਂ ਤਾਂ ਸਿਸਟਮ ਬਣਾਉਣਾ ਹੀ ਨਹੀਂ ਚਾਹੁੰਦੇ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਪਰ ਦੂਜੀ ਗੱਲ ਨਾ ਕੋਈ ਸਵਾਲ ਕਰਨ ਵਾਲਾ ਪੰਜਾਬ 'ਚ ਜਦੋਂ ਕੋਈ MLA ਵੋਟਾਂ ਮੰਗਣ ਕਿਸੇ ਪਿੰਡ 'ਚ ਜਾਂਦਾ ਬਾਜਵਾ ਸਾਹਿਬ ਉਹਦੇ ਹਾਰ ਪਾ ਕੇ ਤੇ ਉਹਨੂੰ ਬਿਸਕੁਟਾਂ ਨਾਲ ਚਾਹ ਪਿਆ ਕੇ ਵਾਪਸ ਮੋੜ ਦਿੱਤਾ ਜਾਂਦਾ ਇੱਕ ਵੀ ਬੰਦਾ ਸਵਾਲ ਨਹੀਂ ਕਰਦਾ ਕਿ ਭਾਈ ਸਾਡੇ ਇਨਵਾਇਰਮੈਂਟ ਵੇਖੋ ਤੁਸੀਂ ਏਅਰ ਪੋਲਿਊਸ਼ਨ 200 ਹੋ ਗਿਆ ਸਾਡੇ ਅਸੀਂ ਤਾਂ ਗਲੀਆਂ ਨਾਲੀਆਂ ਤੇ ਖੜੇ ਆ ਸਾਡੇ ਟ੍ਰੈਫਿਕ ਪਾਲਿਸੀ ਦੀ ਗੱਲ ਕੌਣ ਕਰੂਗਾ ਸਾਡੇ ਤਾਂ ਕੋਈ ਕਹਿੰਦਾ ਹੀ ਨਹੀਂ ਕਿਉਂਕਿ ਲੋਕ ਆਪ ਵੀ
नहीं चाहते। इस करके तुहाडे वर्गे लोग जिहड़े इत्थों दे सूझवान लोग ने प्रवासी पंजाबी जिन्हां ने इत्थे चीज़ां हंडाईआं ने इत्थों दे सिस्टम नूं समझिआ, मैनूं दसो तां सही कोई दो बंदिआं ने मैनूं ना लो जिन्हां ने इत्थों वाला सिस्टम उत्थे जाके लागू करन दी कोशिश कीती होवे। हुण दिक्कत फिर उही आ बाजवा साहब, सारी गल मुड़ घुड़ के साडे ते सिट दिंदे हो, तुसीं करो असीं किवें करांगे, तुसीं जाओगे तुहाडे कोल चार रुपईए वी आ, सरकारी दरबारे भी तुहाडी सोच पहुंच है, सुणगे लोग तुहाडी गलबात, तुसीं अगवाई करो। वेखो जेब च चार छिलड़ होणगे बाजवा साहब ते गल्लां भी तां ही होणगीआं, अगवाई भी तां ही होगी। उत्थे तां शाम दे ही पत्ती किवें लै के आउणी, खंड कित्थों लिआउणी, इहदे लाले पए होए आ, ते उहनां नूं पिंड सधारण दा कित्थों आऊगा। जदों घरे चुल्हा बणदा होवे ना बलदा होवे बाजवा साहब, क्रांतिकारी गल्लां ते समाज सेवा उदों ही हुंदी आ, जदों घरे चुल्हा ना बलदा होवे उदों इह गल्लां करनीआं बहुत औखीआं। बहुत सारे समाज सेवी डॉक्टर एस पी सिंह ओबराए ने, रवि सिंह खालसा डाले ने, बहुत सारिया होर भी समाज सेवी संस्थावां काम कर रही ने अपने पद्धर ते, पर जेकर तुसीं सिस्टम बदलना ना तां सिस्टम च आउणा पऊगा। अज पंजाबी जदों आपदी आपदे हक्कां दी गल करदे आ, अज सानूं इलैक्शन लड़न दी इत्थे क्यों लोड़ पई, असीं तां इक टाइम च आए सी वी भरावा सिर्फ उत्थे पहुंच जाइए। कई तां बंदे सारी उमर बेड़ियां टोड़ी जांदे उत्थे ही बैठे आ, पर कईआं ने सोचा कहिंदे नहीं भाई सानूं बाहर आउणा पऊगा, सानूं सिस्टम च आउणा पऊ। जे असीं आपदी कम्यूनिटी दे हक्कां दी गल करनी है, जे असीं गोरियां नूं दसणा असीं कौण हुंदे आ, जे असीं आपदी कम्यूनिटी दे समस्यावां सुलझाउणी आ, सिस्टम च आउणा पऊ। इसे तरह कंस्ट्रक्टिव बंदिआं नूं पंजाब च जा के सिस्टम च आउणा पऊगा। बाहर सिस्टम तो रह के गड्डी नहीं चलनी, इत्थे बैठ के रिमोट कंट्रोल नहीं होना। मेरी बेनती है कि चंगे बंदे पंजाब च मूव हो जाण, भावें परिवारां च इक इक बंदा जावे। इत्थों तां असीं बाजवा साहब छुट्टियां च वी जाण नूं तैयार नहीं, पर असीं ने पंजाब बदल जे, किवें बदलूगा फिर पंजाब जी। हुण तुहाडे नाल मैं इस सुझाव तुहाडा नोट कर लिया जी रमन जी, कि असीं सीधा पॉलिटिक्स विच सीएम बदलण दी कोशिश ना करिए, पिंड का सरपंच बदलने लई भी कुछ कुछ तो सानू यकीन करना पएगा कि बंदा बाद जाके बदलेगा नहीं, किसी होर की झोली नहीं पएगा, बिकेगा नहीं। सो उहदे विच भी तुहाडी शमूलीयत होनी जरूरी है, साडी संस्था या साडे जिहड़े सहयोग वाले बंदे आ। मेरा सुझाव सारिआं नूं इह है कि चंगे जिहड़े तुहाडे वर्गे लोग साडे संपर्क च आए ने उहनां नूं नाल लै के उहनां दे वर्ड ऑफ माउथ ते कम करो, और उहनां दे नाल रल के उहनां दा जिहड़ा रिकमेंड कीता होइआ बंदा आ ਉਹਨੂੰ ਤੁਹਾਡੇ ਥਰੂ ਇੱਕ ਉੱਥੇ ਵੀ ਸੰਸਥਾ ਰਜਿਸਟਰ ਕਰਾ ਕੇ ਤੁਹਾਡੇ ਥਰੂ ਇੱਕ ਉਪਰਾਲਾ ਸ਼ੁਰੂ ਕੀਤਾ ਜਾਵੇ। ਉਹਦੇ ਚ ਬਾਜਵਾ ਸਾਹਿਬ ਸਾਨੂੰ ਨਾ ਫਰਾਕ ਦੇ ਲਾਉਣਾ ਪਊਗਾ, ਔਖਾ ਬਹੁਤ ਹੈ ਜੀ। ਸਾਨੂੰ ਈਰਖਾ, ਵੈਰ, ਵਿਰੋਧ ਇਹ ਚੀਜ਼ਾਂ ਪਾਸੇ ਰੱਖਣੀਆਂ ਪੈਣਗੀਆਂ, ਕਿਉਂਕਿ ਸਾਡੀ ਦਿੱਕਤ ਆ ਨਾ ਜੀ। ਮੈਂ ਕਹਿੰਦਾ ਯਾਰ ਬਾਜਵੇ ਵਾਲੀ ਗਲੀ ਨਹੀਂ ਬਣਨੀ ਚਾਹੀਦੀ, ਬਾਕੀ ਜਿਹੜੀ ਮਰਜ਼ੀ ਬਣਾ ਦਿਓ, ਉੱਥੇ ਬਾਰ ਮੂਹਰੇ ਬਾਜਵੇ ਦੇ ਚੱਕੜ ਹੀ ਹੋਣਾ ਚਾਹੀਦਾ ਜੀ। ਪਹਿਲਾਂ ਤਾਂ ਇਹ ਈਰਖਾ ਖਤਮ ਕਰਨੀ ਪਊਗੀ। ਦੂਜਾ ਲੈ ਯਾਰ ਬਾਜਵੇ ਦਾ ਮੁੰਡਾ ਸਰਪੰਚ ਬਣ ਜੇ, ਮੈਂ ਨੀ ਇਹ ਤਾਂ ਹੋਰ ਮੈਂ ਬਣ ਨਹੀਂ ਦੇਣਾ, ਇਹ ਕਿਵੇਂ ਸਰਪੰਚ ਬਣ ਸਕਦਾ ਯਾਰ। ਇਹ ਬਿਰਚੀ ਖਤਮ ਕਰਨੀ ਪਊਗੀ। ਕਾਬਲ ਬੰਦਾ ਸਾਨੂੰ ਦਿਲ ਤੇ ਪੱਥਰ ਰੱਖ ਕੇ ਚੁਣਨਾ ਪਊਗਾ, ਉੱਥੇ ਪੱਖਪਾਤ ਖਤਮ ਕਰ, ਕਿਉਂਕਿ ਧਿਰਾਂ ਤਾਂ ਸਰਪੰਚੀ ਪੱਧਰ ਤੇ ਵੀ ਹੈ ਨਾ, ਉੱਥੇ ਵੀ ਸਾਡਾ ਨਾਂ ਆਉਂਦਾ, ਫਲਾਨੇ ਦੀ ਮਦਦ ਯਾਰ ਫਲਾਨਾ ਕਰਦਾ, ਉਹਨੂੰ ਬਾਹਰੋਂ ਹੈਲਪ ਆਉਂਦੀ ਆ, ਉਹ ਤਾਂ ਕਰਕੇ ਤੜਿਆ ਵਿਆ। ਉੱਥੇ ਸਾਨੂੰ ਨਿਊਟਰਲ ਹੋ ਕੇ ਪਿੰਡ ਦਾ ਇੱਕ ਸਾਂਝਾ, ਵੇਖੋ ਪ੍ਰਵਾਸੀਆਂ ਦੀ ਕਦਰ ਕਰਦੇ ਆ ਪੰਜਾਬ ਵਾਲੇ, ਇਹ ਤਾਂ ਤੁਹਾਨੂੰ ਮੰਨਣਾ ਪਊਗਾ। ਤੁਸੀਂ ਪਿੰਡ 'ਚ ਜਾਂਦੇ ਹੋ ਤੁਹਾਨੂੰ ਲੋਕ ਸੂਝਵਾਨ ਬਣਦੇ ਵੀ ਨਹੀਂ ਭਾਈ ਬਾਹਰੋਂ ਆਇਆ, ਇਹਨੂੰ ਸਾਰੀ ਗੱਲਬਾਤ ਦਾ ਪਤਾ, ਲੋਕ ਥੋੜੀ ਰਹਿ ਵੀ ਲੈਂਦੇ ਆ। ਉੱਥੇ ਹੁਣ ਤੁਹਾਡਾ ਫਰਜ਼ ਬਣਦਾ ਤੁਸੀਂ ਪਿੰਡ 'ਚੋਂ ਸਾਂਝਾ ਬੰਦਾ ਚੁਣੋ, ਚੁਣਨਾ ਕਿਵੇਂ ਆ ਬਾਜਵਾ ਸਾਹਿਬ, ਗੱਲ ਇਹ ਵੀ ਰੁਪਈਆ ਹੀ ਸਾਰਾ ਕੁਝ ਬਦਲਦਾ। ਜਿਹਨਾਂ ਕੋਲ ਚਾਰ ਪੈਸੇ ਹੈਗੇ ਆ, ਜਿਹੜੇ ਪੰਜਾਬ 'ਚ ਪੈਸਾ ਲਾਉਂਦੇ ਆ, ਸੱਚੀ ਮੁੱਚੀ ਲਾਉਂਦੇ, ਸੱਚੀ ਮੁੱਚੀ ਪਿੰਡ ਦਾ ਦਰਦ ਹੈ, ਤੁਸੀਂ ਪਿੰਡ 'ਚ ਜਾ ਕੇ ਆਪਸ਼ਨ ਦਿਓ, ਭਾਈ ਆ 5 ਲੱਖ ਰੁਪਈਆ ਅਸੀਂ 10 ਪਰਿਵਾਰ ਹਾਂ, ਅਸੀਂ ਇਕੱਠਾ ਕੀਤਾ, ਇਹ 5 ਲੱਖ ਰੁਪਈਆ ਅਸੀਂ ਆਪਦੇ ਪੱਲਿਓ ਲਾਵਾਂਗੇ, ਸਰਪੰਚ ਸਾਡਾ ਆਊਗਾ। ਬਾਜਵਾ ਸਾਹਿਬ ਹਰ ਬੰਦਾ ਤੁਹਾਡੀ ਸਪੋਰਟ ਕਰੂਗਾ, ਉਹ ਠੀਕ ਹੈ ਭਾਈ, ਇੱਕ ਬੰਦਾ ਖਾਣ ਵਾਲਾ ਬਣਨਾ ਸਰਪੰਚ ਜਿਹਨੇ ਆਪਦੇ ਘਰ 'ਚ ਲਾਉਣਾ, ਦੂਜਾ ਬੰਦਾ ਕਹਿੰਦਾ ਮੈਂ ਪੱਲਿਓ ਲਾਉਣਾ, ਇਹਨੂੰ ਬਣਾ ਦਿਓ ਭਾਈ, ਇਹਦੀ ਮਰਜ਼ੀ ਦਾ ਬੰਦਾ ਤੁਸੀਂ ਬਣਾਓ। ਸੋ ਪੜ੍ਹੇ ਲਿਖੇ ਮੁੰਡੇ ਜਿਹੜੇ ਨੇ ਉਹ ਬਣਾਏ ਜਾਣ। ਚਰਨਜੀਤ ਸਿੰਘ ਸੰਧੂ ਸੱਕਾਂ ਵਾਲੀ ਪਿੰਡ ਦਾ ਸਰਪੰਚ, ਦੇਖੋ ਕਿੱਡਾ ਸ਼ਾਨਦਾਰ ਪਿੰਡ ਬਣਾਇਆ, ਪਿੰਡ 'ਚ ਲੇਖ ਬਣਾ ਦਿੱਤੀ, ਚੱਕਰ ਪਿੰਡ 'ਚ ਐਨ ਆਰ ਆਈਆਂ ਦਾ ਕਿੱਡਾ ਵੱਡਾ ਰੋਲ ਹੈ ਉਹਨਾਂ ਨੇ, ਮਿੰਟੂ ਸਰਪੰਚ ਮੁੰਡਾ ਰਣਸੀਹ ਕਲਾਂ ਦਾ ਮੋਗੇ 'ਚ, ਉਹਨੇ ਪਿੰਡ ਕਿੱਡਾ ਸ਼ਾਨਦਾਰ ਬਣਾਇਆ। ਤਾਂ ਬੰਦੇ ਉਮੀਦ ਦੇ ਹੈਗੇ ਨੇ ਬਾਜਵਾ ਸਾਹਿਬ, ਪਰ ਸਾਨੂੰ ਲੱਭਣ ਦੀ ਲੋੜ ਹੈ। ਦਰਅਸਲ ਅਸੀਂ ਸਿੱਧਾ ਲੀਡਰ ਪਸੰਦ ਕਰਦੇ ਹਾਂ, ਅਸੀਂ ਫੈਨ ਲੀਡਰ ਦੇ ਬਣਦੇ ਹਾਂ, ਸਰਪੰਚ ਦੇ ਫੈਨ ਅਸੀਂ ਬਣਦੇ ਹੀ ਨਹੀਂ। ਸਰਪੰਚ ਬਣਾਉਣਾ ਸਾਨੂੰ ਛੋਟੀ ਗੱਲ ਲੱਗਦੀ ਹੈ, ਅਸੀਂ ਕਹਿੰਦੇ ਨਹੀਂ ਸਿੱਧੀ MP ਨਾਲ ਗੱਲਬਾਤ ਹੋਵੇ। ਜਿੰਨੀ ਦੇਰ ਤੱਕ ਬਾਜਵਾ ਸਾਹਿਬ ਤੁਸੀਂ ਕਹਿੰਦੇ ਸਿਸਟਮ ਕਦੋਂ ਸੁਧਰੂਗਾ, ਸਿਆਸਤ ਕਦੋਂ ਸੁਧਰੂਗੀ, ਜਿੰਨੀ ਦੇਰ ਤੱਕ ਅਸੀਂ ਭੇਡਾਂ ਬੱਕਰੀਆਂ ਬਣ ਕੇ ਇਹਨਾਂ ਦੀਆਂ ਰੈਲੀਆਂ 'ਚ ਸ਼ਾਮਿਲ ਹੋਣੋਂ ਨਹੀਂ ਹਟਦੇ, ਜਿੰਨੀ ਦੇਰ ਤੱਕ ਅਸੀਂ ਇਹਨਾਂ ਦੇ ਡਿਨਰ ਤੇ ਲੰਚ ਕਰਨੋਂ ਨਹੀਂ ਹਟਦੇ, ਜਿੰਨੀ ਦੇਰ ਤੱਕ ਅਸੀਂ ਇਹਨਾਂ ਨਾਲ ਸੈਲਫੀਆਂ ਕਰਵਾ ਕੇ ਤੇ ਆਪਦੇ ਡਰਾਇੰਗ ਰੂਮ 'ਚ ਵੱਡੀਆਂ ਕਰਵਾ ਕੇ ਕੰਧਾਂ ਤੇ ਫੋਟੋਆਂ ਲਾਉਣੋਂ ਨਹੀਂ ਹਟਦੇ, ਜਿੰਨੀ ਦੇਰ ਤੱਕ ਅਸੀਂ ਇਹ ਕਹਿਣੋਂ ਨਹੀਂ ਹਟਦੇ ਕਿ ਮੇਰੀ ਫਲਾਨੇ ਸਿਉਂ ਦੇ ਨਾਲ ਸਿੱਧੀ ਗੱਲ ਹੈ। ਸਾਡੀ ਕਮਿਊਨਿਟੀ 'ਚ ਕਰੌਲਾ ਬਾਜਵਾ ਸਾਹਿਬ, ਜਦੋਂ ਇਹਨਾਂ ਕੋਲ ਚਾਰ ਛਿੱਲੜ ਆ ਜਾਂਦੇ ਆ ਨਾ, ਫਿਰ ਇਹ ਕਹਿੰਦੇ ਆ ਹੁਣ ਮੇਰੀ ਸਿੱਧੀ ਗੱਲ ਹੋਣੀ ਚਾਹੀਦੀ ਹੈ।
ਸਿੱਧੀ ਗੱਲ ਦੇ ਮਸਲੇ ਨੇ ਸਾਰਾ ਬੇੜਾ ਗਰਕ ਕੀਤਾ ਹੋਇਆ। ਲੀਡਰਾਂ ਨੂੰ ਅਸੀਂ ਸੈਲੀਬ੍ਰਿਟੀ ਵਾਲੀ ਫੀਲਿੰਗ ਦਿੱਤੀ। ਔਰ ਮਾਫ਼ ਕਰਿਓ, ਇੱਥੇ ਵੀ ਮੈਂ ਵੇਖਣਾ, ਮੈਂ ਆਸਟ੍ਰੇਲੀਆ 'ਚ ਵੀ ਵੇਖਿਆ, ਅਗਰ ਉੱਥੇ ਕੋਈ ਪ੍ਰਾਈਮ ਮਿਨਿਸਟਰ ਆਇਆ ਤਾਂ ਸਭ ਤੋਂ ਮੋਹਰੀ ਕਤਾਰ 'ਚ ਪੰਜਾਬੀ ਸੀ, ਸੈਲਫੀਆਂ ਕਰਾਉਣ ਵਾਲੇ ਬਾਜਵਾ ਸਾਹਿਬ। ਇਹਨਾਂ ਗੋਰਿਆਂ ਨੂੰ ਵੀ ਅਸੀਂ ਆਦਤ ਪਾ ਦਿੱਤੀ ਹੈ, ਅਸੀਂ ਤਾਂ ਇਹਨਾਂ ਗੋਰਿਆਂ ਨੂੰ ਆਦਤ ਪਾਤੀ। ਇਹ ਗੋਰੇ ਆਮ ਇੱਥੋਂ ਦੇ ਮੈਕਡੋਨਲਡ ਜਿੱਥੋਂ ਅਸੀਂ ਬਰਗਰ ਖਾਂਦੇ ਉੱਥੋਂ ਇਹ ਖਾਂਦੇ, ਜਿਹੜੇ ਟਿਮ ਹਾਰਟਨ ਤੋਂ ਅਸੀਂ ਕਾਫੀ ਪੀਂਦੇ ਉੱਥੋਂ ਇਹ ਪੀਂਦੇ ਆ। ਪਰ ਅੱਜ ਸਾਡਾ ਹਜ਼ੂਮ ਸਭ ਤੋਂ ਜ਼ਿਆਦਾ ਵੱਧ ਇਕੱਠਾ ਹੁੰਦਾ। ਅੱਜ ਫੇਸਬੁੱਕ 'ਤੇ ਸਭ ਤੋਂ ਵੱਧ ਸਾਡੀ ਕਮਿਊਨਿਟੀ ਗੋਰੇ ਐਮਪੀਆਂ ਦੇ ਨਾਲ ਫੋਟੋ ਪਾਉਂਦੀ, ਫਲਾਣੇ ਸਿੰਘ ਐਮਪੀ ਦੇ ਨਾਲ ਫਲਾਣਾ ਸਿੰਘ, ਫਲਾਣੇ ਪ੍ਰਾਈਮ ਮਿਨਿਸਟਰ ਦੇ ਨਾਲ ਫਲਾਣਾ ਸਿੰਘ। ਸਾਡੇ ਖੂਨ 'ਚ ਆ ਇਹ ਫੁਕਰੀ, ਸਾਡੇ ਖੂਨ 'ਚ ਆ। ਜਿੰਨੀ ਦੇਰ ਤੱਕ ਅਸੀਂ ਲੀਡਰਾਂ ਨੂੰ ਇਗਨੋਰ ਨਹੀਂ ਕਰਾਂਗੇ ਕਿ ਭਾਈ ਤੂੰ ਠੀਕ ਹੈ, ਤੂੰ ਲੀਡਰ, ਤੂੰ ਸਾਡਾ ਨੌਕਰ ਹੈ, ਤੈਨੂੰ ਅਸੀਂ ਚੁਣਿਆ, ਤੂੰ ਸਾਡਾ ਕੰਮ ਕਰਨਾ, ਪਰ ਅਸੀਂ ਜਿੰਨੀ ਦੇਰ ਤੱਕ ਵੀਆਈਪੀ ਫੀਲਨ ਅਸੀਂ ਆਪਦੇ ਪਰਿਵਾਰ ਨਾਲ, ਆਪਦੇ ਨਿਆਣਿਆਂ ਦੇ ਨਾਲ, ਆਪਦੀ ਜਨਾਨੀ ਦੇ ਨਾਲ ਖੜਾ ਖੜਾ ਕੇ ਫੋਟੋਆਂ ਕਰਾਉਣੇ ਆ ਫਲਾਣੇ ਸਿੰਘ ਦੇ ਨਾਲ, ਇਹ ਸਾਨੂੰ ਰਿਸਪੈਕਟ ਕਰੋ, ਠੀਕ ਹੈ, ਪਰ ਪਹਾੜ 'ਤੇ ਨਾ ਚੜ੍ਹਾਓ। ਪਹਾੜ 'ਤੇ ਚੜ੍ਹਾਉਣਾ ਬਹੁਤ ਮਾੜੀ ਗੱਲ ਹੈ, ਕਿਉਂਕਿ ਸਿਆਸਤ ਚੀਜ਼ ਹੀ ਇਹੋ ਜਿਹੀ ਹੈਗੀ ਹੈ ਨਾ, ਬੰਦੇ ਨੂੰ ਸਵਾਲ ਕਰੋ। ਸਵਾਲ ਕਰਨ ਦੀ ਬਿਰਤੀ ਦੋਨੇ ਪਾਸੇ ਖਤਮ ਹੈ, ਸਾਡੀ ਕਮਿਊਨਿਟੀ 'ਚ ਇੱਥੇ ਵੀ ਖਤਮ ਹੈ ਅਤੇ ਉੱਥੇ ਵੀ ਖਤਮ ਹੈ। ਜ਼ੋਰ ਇੱਕੋ ਗੱਲ 'ਤੇ ਲੱਗ ਰਿਹਾ, ਮੇਰੀ ਨੇੜਤਾ ਹੋਣੀ ਚਾਹੀਦੀ ਹੈ, ਭਾਵੇਂ ਉਹ ਚਾਪਲੂਸੀ ਕਰਕੇ ਹੋਵੇ ਅਤੇ ਭਾਵੇਂ ਰੁਪਈਆਂ ਦੇ ਸਿਰ 'ਤੇ ਹੋਵੇ। ਜੀ ਸੋਢੀ ਸਾਹਿਬ, ਗੋਰਾ ਐਮਪੀ ਤਾਂ ਬਹੁਤ ਦੂਰ ਦੀ ਗੱਲ ਹੈ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਬਹੁਤ ਨੇਕ ਦਿਲ ਨਾਲ ਸਬਕਾ ਟੀਵੀ ਸਟਾਰਟ ਕੀਤਾ, ਬੜੀ ਸ਼ਿੱਦਤ ਮਿਹਨਤ ਨਾਲ ਇਹ ਸੰਸਥਾ ਸਟਾਰਟ ਕੀਤੀ ਹੈ ਜਿਹੜੀ ਕਿ ਨੋਨ ਕਮਰਸ਼ੀਅਲ ਹੈ। ਗੋਰੇ ਐਮਪੀ ਨੂੰ ਫੋਨ ਕਰੀਏ, ਉਹ ਇੱਕ ਕਾਲ ਦੇ ਉੱਤੇ ਸਾਨੂੰ ਟਾਈਮ ਫਿਕਸ ਕਰ ਦਿੰਦਾ ਕਿ ਹਾਂਜੀ ਅਸੀਂ ਤੁਹਾਡੇ ਪ੍ਰੋਗਰਾਮ 'ਚ ਹਾਜ਼ਰ ਹੋਵਾਂਗੇ। ਜਿਹੜੇ ਆਪਣੀ ਕਮਿਊਨਿਟੀ ਦੇ ਐਮਪੀ ਬਣੇ ਹੋਏ ਆ, ਉਹਨਾਂ ਦਾ ਤਾਂ ਸਿਰ ਹੀ ਇੰਨਾ ਉੱਚਾ, ਨੱਕ ਹੀ ਇੰਨਾ ਉੱਚਾ ਕਿ ਉਹਨਾਂ ਨੂੰ ਕਾਲ ਕਰੋ, ਕਾਲ ਦਾ ਜਵਾਬ ਨਹੀਂ ਦਿੰਦੇ, ਈਮੇਲ ਕਰੋ, ਈਮੇਲ ਰਿਸਪੋਂਡ ਨਹੀਂ ਕਰਦੇ, ਅਤੇ ਉਹਨਾਂ ਨੂੰ ਕਿਸੇ ਦੇ ਥਰੂ ਮੈਸੇਜ ਪਹੁੰਚਾਓ ਕਿ ਸਾਡੇ ਪ੍ਰੋਗਰਾਮ 'ਚ ਪਾਰਟੀਸਪੇਟ ਕਰੋ, ਤਾਂ ਕੋਈ ਆਨਸਰ ਨਹੀਂ ਦਿੰਦੇ। ਸੋ ਉਹ ਕੀਤਾ ਕਿਹਨੇ, ਉਹ ਸਿਰ 'ਚ ਆ, ਉਹ ਧੌਣ 'ਚ ਸਰੀਆ ਕਿਹਨੇ ਵਸਾਇਆ ਬਾਜਵਾ ਸਾਹਿਬ? ਸਾਡੇ ਲੋਕਾਂ ਨੇ, ਔਰ ਸਾਡੇ ਆਪਣੇ ਲੋਕ ਇਹ ਉਹਨਾਂ ਦਾ ਕੀ ਹਾਂ, ਉਹ ਸਬਕਾ ਟੀਵੀ ਹੀ ਇਜ਼ ਡੂਇੰਗ ਗ੍ਰੇਟ ਗੁੱਡ। ਦਿੱਕਤ ਤਾਂ ਫਿਰ ਬਾਜਵਾ ਸਾਹਿਬ ਉੱਤੇ ਆ ਗਈ, ਫਿਰ ਬਹੁਤੇ ਲੋਕ ਹੁਣ ਮੇਰੀ ਗੱਲ ਨਾਲ ਕਹਿ ਲਓ ਕਿ ਗੁੱਸਾ ਵੀ ਕਰਦੇ ਹੋਣਗੇ। ਜੀ, ਅਸੀਂ ਜਦੋਂ ਲੀਡਰ ਨੂੰ ਮਰਗਾਂ ਦੇ ਭੋਗਾਂ ਤੇ ਸੱਦਣ ਵਾਸਤੇ ਰੱਖ ਲਿਆ, ਅਸੀਂ ਵਿਆਹਾਂ ਤੇ ਸੱਦਣ ਵਾਸਤੇ ਰੱਖ ਲਿਆ, ਅਸੀਂ ਮੁੰਡੇ ਦੇ ਜਨਮਦਿਨ ਦੀ ਪਾਰਟੀ ਤੇ ਸੱਦਣ ਵਾਸਤੇ ਰੱਖ ਲਿਆ, ਕੀ ਐਮ ਪੀ ਅਸੀਂ ਇਸ ਕੰਮ ਨੂੰ ਚੁਣਦੇ ਹਾਂ? ਜੀ, ਉੱਥੇ ਵੀ ਅਸੀਂ ਇਹ ਕੰਮ ਕਰਦੇ ਆਏ ਤੇ ਅਸੀਂ ਇੱਥੇ ਵੀ ਇਹ ਕੰਮ ਸ਼ੁਰੂ ਕਰ ਲਿਆ, ਇਹ ਕੰਮ ਸ਼ੁਰੂ ਕਰ ਲਿਆ। ਜੀ, ਫਿਰ ਮਾੜੀ ਗੱਲ ਆ ਨਾ ਬਾਜਵਾ ਸਾਹਿਬ? ਬਹੁਤ ਬਹੁਤ ਮਾੜੀ ਗੱਲ ਆ, ਔਰ ਇਹ ਤੁਹਾਡੀ ਇਸ ਇੰਟਰਵਿਊ ਤੋਂ ਪਰਪਜ਼ ਹੀ ਇਹ ਸੀ ਕਿ ਸਾਡੇ ਲੋਕਾਂ ਨੂੰ ਥੋੜ੍ਹੀ ਸਿੱਖਿਆ ਲੈਣੀ ਚਾਹੀਦੀ ਆ। ਕਿਹਾ ਸੁਣਿਆ ਮਾਫ਼, ਜੇ ਸਾਡੇ ਕੋਲੋਂ ਕੋਈ ਇਸ ਇੰਟਰਵਿਊ 'ਚ ਤਿੱਖੀ ਗੱਲ ਕਹਿ ਗਈ ਹੋਏਗੀ ਤਾਂ ਮੈਂ ਆਪਣੇ ਗੈਸਟ ਵੱਲੋਂ ਵੀ ਤਾਂ ਆਪਣੇ ਵੱਲੋਂ ਵੀ ਹੱਥ ਜੋੜ ਕੇ ਖਿਮਾ ਦਾ ਜਾਚਕ ਹਾਂ, ਲੇਕਿਨ ਇਹ ਗੱਲ ਦਿਲ 'ਚ ਘਰ ਕਰਨ ਵਾਲੀ ਗੱਲ ਹੈ, ਸਾਨੂੰ ਸੋਚਣ ਦੀ ਲੋੜ ਹੈ, ਪੜਚੋਲ ਕਰਨ ਦੀ ਲੋੜ ਹੈ, ਨਹੀਂ ਤਾਂ ਸਾਡਾ ਸਿਸਟਮ ਕਦੀ ਸੁਧਰੇਗਾ ਨਹੀਂ। ਅਸੀਂ ਇੱਥੇ ਵੀ ਆ ਕੇ ਗੰਦ ਪਾ ਦਿੱਤਾ ਹੈ, ਮੈਂ ਕਹਾਂਗਾ ਸਾਹਿਬ, ਮੈਂ ਖੁਦ ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਂ ਮਾਫ਼ੀ ਦੇ ਨਾਲ ਮੈਂ ਇਹ ਗੱਲ ਕਹਿਣਾ ਕਿ ਸਭ ਤੋਂ ਵੱਧ ਕੰਮ ਕਰਨ ਦੀ ਲੋੜ ਹੈ ਤਾਂ ਮੋਰਲ ਵੈਲਿਊਜ਼ ਤੇ, ਮੇਰੀ ਕੋਈ ਕਿਸੇ ਨਾਲ ਮੇਰੀ ਕੋ ਮੈਂ ਤਾਂ ਸਾਰਿਆਂ ਦਾ ਹੀ ਧੰਨਵਾਦ ਕਰਦਾ, ਸਾਨੂੰ ਤਾਂ ਸਾਰੇ ਖੇੜੇ ਮੱਥੇ ਸਵੀਕਾਰ ਕਰਦੇ ਆ, ਪਰ ਤੁਸੀਂ ਸਾਡੀ ਕਦਰ ਵੀ ਤਾਂ ਹੀ ਕਰਦੇ ਹੋ ਨਾ, ਜੇਕਰ ਅਸੀਂ ਸੱਚ ਬੋਲਦੇ ਹਾਂ ਤਾਂ ਸੱਚ ਕੱਲਾ ਅਸੀਂ ਸਿਆਸਤ 'ਚ ਥੋੜਾ ਬੋਲਣਾ, ਸਾਨੂੰ ਸਾਡੇ ਭਾਈਚਾਰੇ ਦੇ ਖਾਮੀਆਂ 'ਚ ਵੀ ਸੱਚ ਬੋਲਣਾ ਪਊਗਾ। ਮੈਂ ਉਮੀਦ ਕਰਦਾ ਕਿ ਸਾਰੇ ਸੁਣਨ ਵਾਲੇ ਵੀ ਬੜੀ ਫਰਾਕਦੜੀ ਦੇ ਨਾਲ ਉਹਨੂੰ ਸਵੀਕਾਰ ਕਰਨਗੇ, ਪਰ ਮੈਂ ਕੱਲ ਫਿਰ ਕਹਿੰਦਾ ਕਿ ਅਸੀਂ ਸਾਰੇ ਉੱਦਾਂ ਦੇ ਨਹੀਂ ਹੈ, ਕੋੜਕੂ ਹੈ, ਇੱਕ ਕੋੜਕੂ ਦਾਲ ਦਾ ਸਵਾਦ ਖਰਾਬ ਕਰਦਾ, ਜਿਹੜਾ ਤੁਹਾਨੂੰ ਕੋੜਕੂ ਲੱਗਦਾ ਨਾ, ਉਹਨੂੰ ਈਰਖਾ ਕਰਨ ਦੀ ਬਜਾਏ, ਉਹਨੂੰ ਟੌਂਟ ਮਾਰਨ ਦੀ ਬਜਾਏ, ਉਹਦੀ ਪਿੱਠ ਪਿੱਛੇ ਗੱਲਾਂ ਕਰਨ ਦੀ ਬਜਾਏ, ਉਹਨੂੰ ਬਿਠਾ ਕੇ ਉਹਨੂੰ ਸਮਝਾਓ, ਭਾਈ ਤੇਰੇ 'ਚ ਆ ਗੱਲਬਾਤ ਆ। ਵੇਖੋ ਬਾਜਵਾ ਸਾਹਿਬ, ਮੇਰੇ 'ਚ ਕੋਈ ਕਮੀ ਆ, ਤੁਸੀਂ ਮੇਰੇ ਕੋਲ ਤਾਂ ਗੱਲ ਨਾ ਕਰੋ ਤੇ 2-3 ਸਾਲ ਲਗਾਤਾਰ ਪਾਸੇ ਆਸੇ ਕਰਦੇ ਫਿਰੋ, ਯਾ ਸੋਢੀ ਆਏ ਆ, ਸੋਢੀ ਆਏ ਆ, ਮੈਨੂੰ ਤੁਸੀਂ ਸੁਧਰਨ ਦਾ ਮੌਕਾ ਨਹੀਂ ਦਿੱਤਾ, ਮੇਰੇ ਕੋਲ ਤੁਸੀਂ ਗੱਲ ਨਹੀਂ ਕੀਤੀ, ਫਿਰ ਮੇਰਾ ਕਸੂਰ ਦੱਸੋ ਕੀ ਆ? ਤੁਸੀਂ ਮੈਨੂੰ ਨਿੰਦੀ ਵੀ ਜਾ ਰਹੇ ਹੋ 3 ਸਾਲ ਤੋਂ ਲਗਾਤਾਰ, ਮੈਨੂੰ ਤਾਂ ਦੱਸੋ ਨਾ, ਤੁਸੀਂ ਮੈਨੂੰ ਇੱਕ ਵਾਰ ਮੌਕਾ ਦਿਓ, ਭਾਈ ਰਮਨਦੀਪ ਤੇਰੇ 'ਚ ਆ ਕਮੀਆਂ ਨੂੰ ਸੁਧਾਰ ਕਰ, ਮੈਂ ਜੇ ਸਾਲ ਬਾਅਦ ਨਾ ਸੁਧਾਰ ਕਰਾਂ, ਮੈਂ ਕਹਿੰਦਾ ਤੁਸੀਂ ਮੈਨੂੰ ਰੱਜ ਕੇ ਭੰਡੋ, ਤੁਸੀਂ ਕੋਈ ਯਾਰ ਨੂੰ ਆਖਿਆ ਸੀ ਪਰ ਬੰਦੇ ਦਾ ਪੁੱਤ ਨਹੀਂ ਬਣਿਆ। ਸਾਡੀ ਇਹ ਦਿੱਕਤ ਹੈ, ਬਾਜਵਾ 'ਚ ਦਿੱਕਤ ਕੀ ਆ ਮੂੰਹ ਤੇ ਨਹੀਂ ਦੱਸਣਾ, ਬਾਜਵਾ ਦੀ ਪਿੱਠ ਪਿੱਛੇ ਮੈਂ ਨਾ ਐ ਚਿੱਠਾ ਵੱਡਾ ਖੜਾ ਕਰ ਦੇਣਾ ਕਿ ਫਲਾਨੀ ਚੀਜ਼ ਆ, ਸਾਡੇ ਨਾਲ ਵੀ ਇਹ ਪ੍ਰੋਬਲਮ ਹੈ, ਅਸੀਂ ਮੂੰਹ ਤੇ ਕਰੋ। ਮੈਂ ਕੋਸ਼ਿਸ਼ ਇਹ ਕੀਤੀ ਹੈ, ਮੈਂ ਫਿਰ ਕਹਿੰਦਾ ਕਿਸੇ ਨੂੰ ਗੱਲ ਬੁਰੀ ਲੱਗੀ ਹੈ, ਕਿਸੇ ਨੂੰ ਦੁੱਖ ਲੱਗਿਆ, ਤੂੰ ਉਹਦੇ ਲਈ ਮੈਂ ਮਾਫ਼ੀ ਮੰਗਦਾ, ਪਰ ਮੇਰੀ ਕੋਸ਼ਿਸ਼ ਸਿਰਫ ਇਹੀ ਹੈ ਅਸੀਂ ਸਵੈ ਪੜਚੋਲ ਕਰੀਏ, ਅਸੀਂ ਆਤਮ ਚਿੰਤਨ ਕਰੀਏ, ਮੋਰਲ ਵੈਲਿਊਜ਼ ਤੇ ਗੱਲ ਕਰੀਏ, ਕਿਰਦਾਰ ਤੇ ਗੱਲ ਕਰੀਏ। ਸਭ ਤੋਂ ਵੱਡੇ ਕਿਰਦਾਰ ਸਾਡੀ ਕਮਿਊਨਿਟੀ ਦੇ ਮੰਨੇ ਜਾਂਦੇ ਆ, ਗੈਰਤਮੰਦੀ ਸਾਡੇ 'ਚ, ਮੋਰਲ ਵੈਲਿਊਜ਼, ਨੈਤਿਕਤਾ ਖਤਮ ਹੋ ਰਹੀ ਹੈ ਜੀਵਨ ਸ਼ੈਲੀ ਦੇ ਅੰਦਰ, ਇਹਦੇ ਤੇ ਸਾਨੂੰ ਮੁੜ ਪੜਚੋਲ ਕਰਨ ਦੀ ਲੋੜ ਆ ਬਾਜਵਾ ਸਾਹਿਬ। ਇਹਨਾਂ ਗੱਲਾਂ ਦੇ ਕਰਕੇ ਸਾਡਾ ਸਿਸਟਮ ਜਿਹੜਾ, ਸਾਡਾ ਮਾਹੌਲ, ਸਾਡਾ ਤਾਣਾ ਬਾਣਾ ਖਰਾਬ ਹੋ ਰਿਹਾ। ਸਭ ਤੋਂ ਵੱਧ ਖਤਮ ਕਰਨ ਦੀ ਲੋੜ ਹੈ ਚਾਪਲੂਸੀ, ਖਤਮ ਕਰਨ ਦੀ ਚਾਪਲੂਸੀ, ਖਤਮ ਸਭ ਤੋਂ ਵੱਧ ਇਸ ਟਾਈਮ ਜਿਹੜੀ ਹੈਗੀ ਆ ਉਹ ਚਾਪਲੂਸੀ ਖਤਮ ਕਰਨ ਦੀ ਲੋੜ ਹੈ।
ਸਭਨਾਂ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ, ਫਿਰ ਦਿਲ ਚ ਤਾਂ ਸਾਡੇ ਮਨ ਮਨ ਕੋੜ ਭਰਿਆ ਗਿਆ ਜੀ। ਫਿਰ ਬਾਬਾ ਨਾਨਕ ਵੀ ਹੈਰਾਨ ਹੁੰਦਾ ਹੋਊਗਾ ਭਾਈ ਕਿ ਤੂੰ ਤਾਂ ਆਹ ਕੀ ਕਰ ਰੱਖਿਆ ਅੰਦਰ ਤਾਂ। ਜ਼ੁਬਾਨ ਤਾਂ ਮੇਰੀ ਬਹੁਤ ਮਿੱਠੀ ਹੈ ਬਾਜਵਾ ਸਾਹਿਬ, ਗੱਲਾਂ ਦਾ ਗੱਤਕਾ ਤਾਂ ਮੈਂ ਬੜਾ ਸ਼ਾਨਦਾਰ ਖੇਡਦਾ, ਫੇਸਬੁੱਕ ਤੇ ਸਟੇਟਸ ਵੀ ਮੈਂ ਬੜੇ ਵਧੀਆ ਪਾਉਣਾ, ਆਪਦੇ ਆਪ ਨੂੰ ਬੜਾ ਸ਼ਾਨਦਾਰ ਬੰਦਾ ਸਾਬਤ ਕਰਦਾ ਵੀ ਮੈਂ ਬੜਾ ਵਧੀਆ ਬੰਦਾ, ਪਰ ਮੇਰੇ ਦਿਲ ਚ ਮੈਲ ਹੈ, ਦਿਲ ਦੀ ਮੈਲ ਕੱਢਣ ਦੀ ਲੋੜ ਹੈ। ਨਿੰਦਿਆ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ, ਸਾਨੂੰ ਸਿਰਫ ਨਿੰਦਿਆ ਹੀ ਨਜ਼ਰ ਆਉਂਦੀ ਹੈ, ਇੱਕ ਹੀ ਵੀ ਪ੍ਰੋਬਲਮ ਹੈ ਬਾਜਵਾ ਸਾਹਿਬ, ਹਰ ਚੀਜ਼ ਚ ਸਾਨੂੰ ਨੁਕਸ ਨਜ਼ਰ ਆਉਂਦਾ। ਕਿਸੇ ਬੰਦੇ ਦੇ ਵਿਆਹ ਤੇ ਗਏ ਹਾਂ, ਜਦੋਂ ਵਿਆਹ ਤੋਂ ਆ ਕੇ ਵਾਪਸੀ ਗੱਡੀ ਚ ਆਉਣੇ ਆ, ਉਸੇ ਵਿਆਹ ਦੀਆਂ ਚੋਰੀਆਂ ਕਰਦੇ ਆਉਣੇ ਆ, ਉੱਥੇ ਆ ਨਹੀਂ ਸੀ, ਉੱਥੇ ਆ ਨਹੀਂ ਸੀ, ਜਦੋਂ ਅਸੀਂ ਉੱਥੇ ਮੁੰਡੇ ਦੇ ਪਿਓ ਨੂੰ ਫਤਿਹ ਬੁਲਾ ਕੇ ਆਏ ਹਾਂ, ਕੁੜੀ ਦੇ ਪਿਓ ਨੂੰ, ਵਾਹ ਜੀ ਵਾਹ, ਬੰਬ ਕੱਢ ਤੇ ਬਾਜਵਾ ਸਾਹਿਬ, ਤੁਸੀਂ ਤਾਂ ਬੜਾ ਸਿਰਾ ਵਿਆਹ ਕੀਤਾ, ਇੰਨੀ ਸੇਵਾ, ਇੰਨੀ ਸੇਵਾ। ਜਦੋਂ ਗੱਡੀ ਚ ਬਹਿ ਗਏ ਸਾਰੇ ਦਾ, ਉੱਥੇ ਜੀ ਆਈਸਕ੍ਰੀਮ ਨੀ ਠੀਕ ਸੀ, ਉੱਥੇ ਸਬਜ਼ੀਆਂ ਨੀ ਠੀਕ ਸੀ, ਉੱਥੇ ਅਖਾੜਾ ਨੀ ਵਧੀਆ ਸੀ, ਉਹਨਾਂ ਦਾ ਟੈਂਟ ਨੀ ਵਧੀਆ ਸੀ, ਫਲਾਣੇ ਦਾ ਸੂਟ ਨੀ, ਉਹ ਯਾਰ ਫਿਰ ਉਹਨੂੰ ਕਹਿ ਆਓ ਨਾ, ਉਹਨੂੰ ਕਿਉਂ ਨੀ ਕਹਿ ਕੇ ਆਉਂਦੇ, ਉਹਨੂੰ ਤਾਂ ਤੁਸੀਂ ਤੂਲ ਤੇ ਚੜਾ ਆਇਓ, ਤੁਸੀਂ ਤਾਂ ਬੰਬ ਕਰਤੀ। ਤੁਹਾਡੀ ਇਸ ਗੱਲ ਤੋਂ ਲਾਸਟ ਸਵਾਲ ਜੀ, ਤੁਹਾਡੀ ਇਸ ਗੱਲ ਤੋਂ ਲਾਸਟ ਸਵਾਲ ਹੈ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਬੜੇ ਹੀ ਸਿੱਧੇ ਸਪਸ਼ਟ ਲਫ਼ਜ਼ਾਂ 'ਚ ਪੁੱਛਾਂ, ਔਰ ਆਪਾਂ ਕੰਸਟਰਕਟਿਵ ਫੀਡਬੈਕ ਦੇਣਾ ਹੋਵੇ। ਨਿਊਜ਼ੀਲੈਂਡ ਸਿੱਖ ਗੇਮਸ ਵਿੱਚ ਤੁਸੀਂ ਆਏ, ਬਹੁਤ ਵੱਡਾ ਫੰਕਸ਼ਨ ਸੀ, ਸਲਾਮ ਹੈ ਸਾਰੇ ਔਰਗਨਾਈਜ਼ਰਸ ਨੂੰ, ਪਹਿਲਾਂ ਆਪਾਂ ਕਈ ਵਾਰੀ ਕਹਿ ਚੁੱਕੇ ਹਾਂ ਕਿ ਬਹੁਤ ਵਧੀਆ ਉਪਰਾਲਾ ਸੀ ਔਰ ਬਹੁਤ ਤਨ ਮਨ ਧਨ ਤੋਂ ਉਹਨਾਂ ਨੇ ਕੋਸ਼ਿਸ਼ ਕੀਤੀ, ਲੇਕਿਨ ਕੋਈ ਵੀ ਫੰਕਸ਼ਨ ਹੋਵੇ ਕੁਛ ਨਾ ਕੁਛ ਦੇਰ ਇਜ਼ ਆਲਵੇਜ਼ ਰੂਮ ਫੋਰ ਇੰਪਰੂਵਮੈਂਟ, ਕੀ ਫੀਡਬੈਕ ਦੇਣਾ ਚਾਹੋਗੇ? ਕਿ ਤੁਹਾਡਾ ਆਪਣਾ ਸਵਾਲ ਵੀ ਸੀ ਇੱਕ, ਉਹਦਾ ਵੀ ਤੁਸੀਂ ਆਪਣੇ ਮੁਤਾਬਕ ਆਂਸਰ ਦਿਓ ਕਿ ਵਾਈ ਸਿੱਖ ਗੇਮਸ, ਉਹਦੇ 'ਚ ਪਾਰਟੀਸਪੇਸ਼ਨ ਜਿਹੜੀ ਆ ਸਾਰੇ ਪਾਸੇ ਕਿਉਂ ਨਾ ਹੋਵੇ, ਕਹਿੰਦੇ ਕਿ ਚੰਗੀ ਚੀਜ਼ ਸਾਰੇ ਪਾਸੇ ਫੈਲਣੀ ਚਾਹੀਦੀ ਆ, ਤੁਹਾਡਾ ਪਰਸਨਲ ਫੀਡਬੈਕ ਓਵਰਆਲ ਸਿੱਖ ਗੇਮਸ ਬਾਰੇ, ਕੰਸਟਰਕਟਿਵ ਫੀਡਬੈਕ ਤੁਸੀਂ ਕੀ ਦੇਣਾ ਚਾਹੋਗੇ? ਪਹਿਲਾਂ ਤਾਂ ਬਾਜਵਾ ਸਾਹਿਬ ਸਮੂਹ ਪ੍ਰਬੰਧਕੀ ਕਮੇਟੀ ਨੂੰ ਮੈਂ ਪੂਰੀ ਪੰਜਾਬੀਅਤ ਨੂੰ ਵਧਾਈ ਦੇਣੀ ਚਾਹੁੰਦਾ ਕਿ ਤੁਸੀਂ ਇਹਨਾਂ ਮੁਲਕਾਂ 'ਚ ਸਮਾਂ ਕੱਢ ਕੇ ਔਰ ਫੰਡਸ ਇਕੱਠੇ ਕਰਕੇ ਇੰਨਾ ਵਧੀਆ ਸ਼ਾਨਦਾਰ ਉਪਰਾਲਾ ਕੀਤਾ। ਤੁਹਾਡੇ 'ਤੇ ਦੋ ਜ਼ਿੰਮੇਵਾਰੀਆਂ ਜੀ, ਤੁਸੀਂ ਪੰਜਾਬ ਦੇ ਕਲਚਰ ਦਾ ਵੀ ਧਿਆਨ ਰੱਖਦੇ ਹੋ ਤੇ ਤੁਸੀਂ ਇੱਥੇ ਵੀ ਧਿਆਨ ਰੱਖਦੇ ਹੋ, ਤੁਸੀਂ ਦੋਵੇਂ ਜ਼ਿੰਮੇਵਾਰੀਆਂ ਬੜੀਆਂ ਬਖੂਬੀ ਔਰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਨਿਭਾ ਰਹੇ ਹੋ। ਪ੍ਰੋਗਰਾਮ ਬਹੁਤ ਸ਼ਾਨਦਾਰ ਸੀ, ਦੇਖੋ ਪਹਿਲੀ ਵਾਰ ਹੋਣ ਦੇ ਨਾਤੇ ਜੇਕਰ ਕੁਝੂਨਤਾਈਆਂ ਸੀ ਵੀ ਤਾਂ ਉਹਨਾਂ ਨੂੰ ਆਪਾਂ ਬੜੇ ਖੁੱਲੇ ਦਿਲ ਨਾਲ ਮਾਫ਼ ਵੀ ਕਰ ਸਕਦੇ ਹਾਂ, ਕਿਉਂਕਿ ਮੈਂ ਸੋਧੀਆ ਦੀਆਂ ਸਿੱਖ ਖੇਡਾਂ ਵੀ ਅਟੈਂਡ ਕੀਤੀਆਂ, ਉਹਨਾਂ ਨੇ ਵੀ ਵਧੀਆ ਪ੍ਰਬੰਧ ਕੀਤੇ ਤੇ ਉਹਨਾਂ ਤੋਂ ਘੱਟ ਨਹੀਂ ਸੀ, ਤੁਹਾਡਾ ਵੀ ਬਹੁਤ ਵਧੀਆ। ਇੱਕ ਚੀਜ਼ ਜਿਹੜੀ ਮੇਰਾ ਗਿਲਾ ਜਿਹੜਾ ਸਾਡੇ ਪੰਜਾਬੀਆਂ ਦੇ ਨਾਲ ਹੈ, ਤੁਸੀਂ ਪਹੁੰਚੇ ਘੱਟ ਹੋ, ਬੇਸ਼ੱਕ ਪਹਿਲੀ ਵਾਰ ਦੇ ਹਿਸਾਬ ਦੇ ਨਾਲ ਸਾਨੂੰ ਇਕੱਠ ਬਹੁਤ ਵੱਡਾ ਲੱਗਦਾ, ਪਰ ਫਿਰ ਵੀ ਅਸੀਂ ਅਜੇ ਬਹੁ ਗਿਣਤੀ ਇੱਥੇ ਲੋਕ ਬੈਠੇ ਹੋਏ ਹਾਂ, ਅਸੀਂ ਉਸ ਪੱਧਰ ਤੇ ਇੱਥੇ ਨਹੀਂ ਪਹੁੰਚੇ ਤੇ ਅਗਲੀ ਵਾਰ ਜਦੋਂ ਖੇਡਾਂ ਹੋਣੀਆਂ ਨੇ ਸਾਡੀ ਗਿਣਤੀ 'ਚ ਇਜ਼ਾਫਾ ਹੋਣਾ ਬਹੁਤ ਲਾਜ਼ਮੀ, ਕਿਉਂਕਿ ਤੁਹਾਡੇ ਕਰਕੇ ਤਾਂ ਹੈ, ਬਿਲਕੁਲ ਤੁਸੀਂ ਤੁਸੀਂ ਬਹੁਤ ਘੱਟ ਗਿਣਤੀ ਇੱਥੇ ਬੈਠੇ ਹੋ, ਤਾਂ ਤੁਹਾਨੂੰ ਆਪਦੇ ਕੰਮਾਂ ਕਾਰਾਂ ਤੋਂ ਵਿਹਲ ਹੋ ਕੇ ਇੱਕ ਅੱਧਾ ਦਿਨ ਸਾਡੇ ਇੱਥੇ ਹਾਜ਼ਰੀ ਜ਼ਰੂਰ ਲਵਾਉਣੀ ਚਾਹੀਦੀ ਹੈ। ਦੂਸਰਾ ਇਕੱਠ ਜਿਹੜਾ ਖਿੰਡਿਆ ਹੋਇਆ ਨਜ਼ਰ ਤਾਂ ਆਇਆ ਬਾਜਵਾ ਸਾਹਿਬ ਕਿ ਗਰਾਊਂਡ ਅੱਡੋ ਅੱਡੀ ਸੀ, ਗੋਲਫ ਦਾ ਗਰਾਊਂਡ ਦੂਰ ਸੀ, ਦੂਸਰਾ ਇਨਡੋਰ ਵੀ ਪ੍ਰੋਗਰਾਮ ਹੋ ਰਹੇ ਸੀ, ਇਸ ਕਰਕੇ ਕਹੋ ਕਿ ਇੱਕੋ ਜਗ੍ਹਾ ਤੇ ਸਾਨੂੰ ਸਾਰੀਆਂ ਚੀਜ਼ਾਂ ਨਹੀਂ ਹੋਈਆਂ। ਦੂਜਾ ਜੋ ਮਾਸਟਰ ਗਰਾਊਂਡ ਹੁੰਦੀ ਹੈ ਨਾ ਬਾਜਵਾ ਸਾਹਿਬ, ਮਾਸਟਰ ਗਰਾਊਂਡ 'ਚ ਹੀ ਲੋਕ ਜ਼ਿਆਦਾਤਰ ਰਹਿੰਦੇ ਆ, ਦੂਸਰੀਆਂ ਖੇਡਾਂ ਨੂੰ ਲੋਕਾਂ ਨੇ ਇੰਟਰਟੇਨ ਨਹੀਂ ਕੀਤਾ, ਇਸ ਕਰਕੇ ਦੂਸਰੇ ਖਿਡਾਰੀ ਜਿਹੜੇ ਆ ਉਹ ਨਿੱਜੀ ਤੌਰ ਤੇ ਉਹਨਾਂ ਨੂੰ ਕਹਿ ਲਓ ਮਲਾਲ ਸੀਗਾ ਕਿ ਭਾਈ ਸਾਡੀ ਖੇਡ ਕੋਈ ਵੇਖਣ ਵਾਸਤੇ ਆਇਆ ਹੀ, ਜਿਵੇਂ ਬਾਸਕਟਬਾਲ ਵਾਲੇ ਅੰਦਰ ਬੈਠੇ ਸੀ, ਗੋਲਫ ਵਾਲੇ ਬੈਠੇ ਸੀ ਜਾਂ ਹੋਰ ਥਾਵਾਂ ਤੇ ਸੀਗੇ, ਵੀ ਮਾਸਟਰ ਗਰਾਊਂਡ 'ਚ ਉਹਦੇ 'ਚ ਮੈਨੂੰ ਨਹੀਂ ਪਤਾ ਹੁਣ ਇੱਥੋਂ ਦੇ ਬਾਰੇ, ਕੋਸ਼ਿਸ਼ ਇਹ ਕੀਤੀ ਜਾਵੇ ਕਿ ਚਾਰ ਪੰਜ ਖੇਡਾਂ ਜਿਹੜੀਆਂ ਨੇ ਉਹ ਪੈਰਲ ਚੱਲਦੀਆਂ ਰਹਿਣ, ਤੇ ਜਦੋਂ ਅਸੀਂ ਕਰਾਊਡ ਨੂੰ ਮੂਵ ਕਰਨਾ ਤਾਂ ਜਾਂ ਦਿਨਾਂ ਦੇ ਵਾਈਜ਼ ਵਧਾ ਲਿਆ ਜਾਵੇ ਕਿ ਭਾਈ ਫਲਾਣੇ ਦਿਨ ਹੁਣ ਆਹ ਹੀ ਪ੍ਰੋਗਰਾਮ ਹੋਣਾ ਤੇ ਉੱਥੇ ਸਾਨੂੰ ਆਉਣ ਦੀ ਲੋੜ ਹੈ, ਸ਼ਾਇਦ ਇਸ ਤਰੀਕੇ ਦੇ ਨਾਲ ਠੀਕ ਹੋ ਸਕਦਾ। ਬਾਕੀ ਬਹੁਤ ਸ਼ਾਨਦਾਰ ਸੀ ਸਿੱਖ ਖੇਡਾਂ ਵਾਲੀ ਗੱਲ, ਮੈਂ ਜੋ ਪ੍ਰਬੰਧਕਾਂ ਨੂੰ ਸਵਾਲ ਕੀਤਾ ਉਹਨਾਂ ਨੇ ਇੱਕੋ ਗੱਲ ਕਹੀ, ਉਹ ਕਹਿੰਦੇ ਕਿ ਅਜੇ ਵੀ ਸਾਡੀ ਕਮਿਊਨਿਟੀ ਦੀ ਉਸ ਪੱਧਰ ਤੇ ਪਛਾਣ ਨਹੀਂ ਬਣ ਸਕੀ ਆ, ਹਾਲਾਂਕਿ ਉਹਦੇ ਅਸੀਂ ਰੂਲ ਰੈਗੂਲੇਸ਼ਨ ਰੱਖੇ ਨੇ ਕਿ ਦੂਸਰੀਆਂ ਕਮਿਊਨਿਟੀ ਦੇ ਲੋਕ ਵੀ ਇਹ 'ਚ ਹਿੱਸਾ ਲੈ ਸਕਦੇ ਆ, ਪਰ ਕਹਿੰਦੇ ਕਿ ਅਸੀਂ ਇਸ ਕਰਕੇ ਸਿੱਖ ਖੇਡਾਂ ਨਾਂ ਰੱਖਿਆ ਕਿ ਸਿੱਖਾਂ ਦੀ ਪਛਾਣ ਉਸ ਪੱਧਰ ਤੇ ਨਹੀਂ ਬਣ ਸਕੀ ਆ ਜਿਸ ਪੱਧਰ ਤੇ ਹਾਲੇ ਬਣਨੀ ਚਾਹੀਦੀ ਸੀ ਬਾਜਵਾ ਸਾਹਿਬ ਜੀ। ਨਹੀਂ ਨਾਮ ਤਾਂ ਠੀਕ ਹੈ, ਪਰ ਤੁਹਾਡੇ ਪਰਸਨਲ ਵਿਊਜ਼ ਕੀ ਆ ਕਿ ਇਹਦੇ 'ਚ ਪਾਰਟੀਸਪੇਸ਼ਨ ਇਕੁਅਲ ਹੋਣੀ ਚਾਹੀਦੀ ਆ ਜਾਂ ਕਿ ਓਪਨ ਹੋਣੀ ਚਾਹੀਦੀ ਆ, ਤੁਹਾਡਾ ਪਰਸਨਲ ਵਿਊ ਕੀ ਹੈ ਇਹਦੇ ਬਾਰੇ? ਦੇਖੋ ਜਿਹੜੀ ਇਕੁਅਲ ਪਾਰਟੀਸ਼ਨ ਹੈਗੀ ਆ ਉਹਦੇ 'ਚ ਹੋਣੀ ਤਾਂ ਚਾਹੀਦੀ ਆ, ਪਰ ਉਹਦਾ ਇੱਕ ਕਾਊਂਟਰ ਆ ਆਪਣੇ ਆਪ 'ਚ, ਜਦੋਂ ਗੁਜਰਾਤੀਆਂ ਨੇ ਆਪਣੀਆਂ ਖੇਡਾਂ ਵੱਖਰੀਆਂ ਰੱਖ ਲਈਆਂ ਜੀ, ਜਦੋਂ ਦੂਸਰੇ ਭਾਈਚਾਰੇ ਦੇ ਲੋਕਾਂ ਨੇ ਆਪਣੀਆਂ ਖੇਡਾਂ ਵੱਖਰੀਆਂ ਰੱਖ ਲਈਆਂ, ਉਹਨਾਂ ਨੇ ਵੀ ਰੂਲ ਐਂਡ ਰੈਗੂਲੇਸ਼ਨ ਉਸੇ ਤਰ੍ਹਾਂ, ਅਸੀਂ ਤਾਂ ਹਜੇ ਇੱਕ ਦੋ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦਿੱਤਾ, ਪਰ ਮੈਨੂੰ ਪਤਾ ਲੱਗਿਆ ਵੀ ਉੱਧਰ ਤਾਂ ਕੋਈ ਜਾ ਹੀ ਨਹੀਂ ਸਕਦਾ, ਤਾਂ ਫਿਰ ਸੁਭਾਵਿਕ ਹੈ ਨਾ ਵਾਈਸ ਵਰਸਾ, ਜੇਕਰ ਉਹਨਾਂ ਨੇ ਇਸ ਤਰੀਕੇ ਦਾ ਮਾਡਲ ਲੈ ਕੇ ਆਉਂਦਾ ਤੇ ਫਿਰ ਇਸੇ ਕਰਕੇ ਸਾਡੇ ਪੰਜਾਬੀਆਂ ਨੂੰ ਵੀ ਉਹੀ ਮਾਡਲ ਲਿਆਉਣਾ ਪਿਆ। ਸਾਡੀ ਵੱਖਰੀ ਪਹਿਚਾਣ ਕਿੱਦਾਂ ਬਣੇਗੀ? ਮੈਂ ਇੱਕ ਸਵਾਲ ਮੇਰਾ ਹੈ ਪੂਰੀ ਸਿੱਖ ਗੇਮਸ ਦੇ ਪ੍ਰਬੰਧਕਾਂ ਨੂੰ ਔਰ ਤੁਹਾਨੂੰ ਵੀ, ਬਾਕੀਆਂ ਨੂੰ ਵੀ ਸੁਝਾਵ ਕੰਸਟਰਕਟਿਵ ਫੀਡਬੈਕ ਵਾਂਗ ਹੈ ਕਿ ਜੇ ਮੰਨ ਲਓ ਮੈਂ
ਉਹ ਜੇਤੂ ਕਰਾਰ ਹੋਇਆ ਉਹ ਆਪਣੇ ਸਰਕਲ 'ਚ ਸਾਰੇ ਪਾਸੇ ਦੱਸੇਗਾ, ਉਹਦਾ ਚੰਗਾ ਪ੍ਰਭਾਵ ਪਏਗਾ ਕਿ ਮਾੜਾ ਪ੍ਰਭਾਵ ਪਏਗਾ? ਬਿਲਕੁਲ ਪ੍ਰਭਾਵ ਬਿਲਕੁਲ ਚੰਗਾ ਪਊਗਾ, ਔਰ ਮੈਂ ਉਮੀਦ ਕਰਦਾ ਬਾਜਵਾ ਸਾਹਿਬ ਤੁਹਾਡੇ ਸੁਝਾਅ ਤੇ ਕਮੇਟੀ ਨੂੰ ਵੀ ਗੌਰ ਕਰਨਾ ਚਾਹੀਦਾ ਔਰ ਉਹ ਕਰਨਗੇ ਜੀ। ਜੀ ਇਹਨਾਂ ਸ਼ਬਦਾਂ ਨਾਲ ਸੋਢੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ। ਔਰ ਇਸ ਦੇ ਨਾਲ ਹੀ ਮੈਂ ਦਿਖਾਉਣਾ ਚਾਹੁੰਦਾ ਕਿ ਇੱਕ ਜਿਹੜਾ ਆਪਾਂ 2019 ਤੋਂ ਸ਼ੁਰੂ ਕੀਤਾ ਹੈ, ਇਹ ਤੁਹਾਡਾ ਅਵਾਰਡ ਮੇਰੇ ਕੋਲ ਅਮਾਨਤ ਹੈ, ਮੈਂ ਤੁਹਾਨੂੰ ਬਾਈ ਪੋਸਟ ਭੇਜਾਂਗਾ। ਔਰ ਇਹ ਬੱਚਿਆਂ ਦੇ ਹੱਥੋਂ ਤੁਹਾਨੂੰ ਦਿਵਾਉਣਾ ਚਾਹੁੰਦਾ ਸੀ ਮੈਂ, ਔਰ ਇਸ ਲਈ ਸਕਰੀਨ 'ਤੇ ਦਿਖਾ ਰਿਹਾ, ਲੇਕਿਨ ਸਰਟੀਫਿਕੇਟ ਔਰ ਤੁਹਾਨੂੰ ਪਹੁੰਚਿਆ, ਔਰ ਇਸ ਲਈ ਤਾਂ ਤੁਹਾਡੀ ਸੁਝਾਅ ਦੇ ਜਿਹੜੇ ਹੈਗੇ ਆ ਉਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਪਾਰਟੀਸਪੇਸ਼ਨ ਜ਼ਮੀਨੀ ਲੈਵਲ ਦੇ ਉੱਤੇ ਬਾਹਰਲੇ NRIs ਨੂੰ ਨਾਲ ਲੈ ਕੇ, ਜਿਹੜੇ ਜਿਸ ਤਰੀਕੇ ਨਾਲ ਵੀ ਮਦਦ ਕਰ ਸਕਦੇ ਉਹਨਾਂ ਨੂੰ ਨਾਲ ਲੈ ਕੇ ਆਪਣੀ ਆਪਣੇ ਆਪਣੇ ਨਿਰਪੱਖ ਹੋ ਕੇ। ਇਹਦੇ 'ਚ ਸਾਡਾ ਮੰਤਵ ਇਹ ਨਹੀਂ ਹੈ ਕਿ ਮੈਂ ਅੱਗੇ ਆ ਜਾਵਾਂ, ਮੇਰੀ ਸੰਸਥਾ ਅੱਗੇ ਆ ਜਾਵੇ, ਇਹਦੇ 'ਚ ਮੰਤਵ ਇਹ ਹੈ ਕਿ ਤੁਹਾਡੇ ਜਿਹੜੇ ਸੁਝਾਅ ਹੈਗੇ ਆ ਉਹਨਾਂ ਨੂੰ ਆਪਾਂ ਧਰਤ ਲੈਵਲ ਦੇ ਉੱਤੇ ਅਪਲਾਈ ਕਿੱਦਾਂ ਕਰੀਏ, ਉਹਦੇ 'ਚ ਇਨੀਸ਼ੀਏਟਿਵ ਕੋਈ ਵੀ ਲਵੇ, ਲੇਕਿਨ ਇੱਕ ਔਰਗਨਾਈਜ਼ਡ ਵੇ ਨਾਲ ਆਪਾਂ ਉਹਨੂੰ ਇੰਪਲੀਮੈਂਟ ਕਿੱਦਾਂ ਕਰ ਸਕਦੇ ਹਾਂ, ਇਹਦੇ ਪਿੱਛੇ ਭਾਵਨਾ ਇਹ ਹੈ। ਇੱਕ ਵਾਰੀ ਫਿਰ ਸਬਕਾ TV ਵੱਲੋਂ, ਸਬਕਾ TV ਦੀ ਸੰਸਥਾ ਕੰਬਾਈਨਡ ਕਮਿਊਨਿਟੀ ਵੋਇਸ ਆਫ ਨਿਊਜ਼ੀਲੈਂਡ, ਜਿਹੜੀ ਕਿ ਅਸੀਂ ਨਵੀਂ ਸੰਸਥਾ ਇੱਥੇ ਇਨਕੋਰਪੋਰੇਟ ਕਰਾਈ ਹੈ ਸੁਸਾਇਟੀਜ਼ ਦੇ ਅੰਡਰ, ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੇਗੀ ਕਿ ਇਹਦਾ ਆਪਾਂ ਪਰਿਵਾਰ ਵਧਾਈਏ, ਔਰ ਤੁਹਾਡੇ ਨਾਲ ਜਿਹੜੀਆਂ ਅੱਜ ਗੱਲਾਂ ਬਾਤਾਂ ਕੀਤੀਆਂ, ਸੁਝਾਅ ਕੀਤੇ ਆ ਸ਼ਹਿਰ, ਉਹਨਾਂ 'ਤੇ ਆਪਾਂ ਪ੍ਰੈਕਟੀਕਲੀ ਅਮਲ ਕਰ ਸਕੀਏ। ਸੋਢੀ ਸਾਹਿਬ ਧੰਨਵਾਦ, ਬਹੁਤ 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 ਧੰਨਵਾਦ ਤੁਹਾਡਾ ਵੀ ਬਾਜਵਾ ਸਾਹਿਬ, ਤੁਸੀਂ ਪੰਜਾਬੀ 'ਚ ਆਪਾਂ ਕਹਿ ਲਈਏ ਕਿ ਪੱਤਰਕਾਰ ਦੀ ਕੋਈ ਪੜਾਸ ਕਢਾਵੇ ਤਾਂ ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਹੋ ਸਕਦਾ, ਤੁਸੀਂ ਗੱਲ ਰੱਖਣ ਦਾ ਮੌਕਾ ਦਿੱਤਾ, ਔਰ ਮੈਂ ਇਸ ਨੂੰ ਪੰਜਾਬੀਆਂ ਦਾ, ਪ੍ਰਵਾਸੀ ਪੰਜਾਬੀਆਂ ਦਾ ਬਹੁਤ ਧੰਨਵਾਦ ਹੈ, ਤੁਹਾਡੀ ਐਪਰੀਸ਼ੀਏਸ਼ਨ ਸਿਰ ਮੱਥੇ ਆ। ਮੈਂ ਇੱਕ ਗੱਲ ਫਿਰ ਕਹਿੰਦਾ ਕਿ ਜੇ ਤੁਹਾਡੇ ਲਈ ਅਸੀਂ ਆਸ ਦੀ ਕਰਨਾ ਤਾਂ ਅਸੀਂ ਵੀ ਤੁਹਾਡੇ ਸਿਰ ਤੇ ਛਾਲਾ ਮਾਰਦੇ ਹਾਂ ਕਿ ਤੁਸੀਂ ਸਾਡੇ ਨਾਲ ਖੜੇ ਹੋ, ਇਸੇ ਤਰ੍ਹਾਂ ਦੱਬ ਕੇ ਸਾਥ ਦਿੰਦੇ ਰਹੋ, ਔਰ ਤੁਹਾਡੀਆਂ ਸਲਾਹਾਂ, ਤੁਹਾਡੇ ਮਸ਼ਵਰੇ ਸਿਰ ਮੱਥੇ ਨੇ, ਜੇਕਰ ਤੁਹਾਨੂੰ ਕੋਈ ਔਗਣ ਕੋਈ ਕਮੀ ਨਜ਼ਰ ਆਉਂਦੀ ਆ ਤਾਂ ਤੁਸੀਂ ਖੁੱਲੇ ਦਿਲ ਦੇ ਨਾਲ ਸਾਨੂੰ ਕੰਸਟ੍ਰਕਟਿਵ ਤਰੀਕੇ 'ਚ ਸੁਝਾਅ ਦੇ ਸਕਦੇ ਹੋ ਫੇਸਬੁੱਕ ਦੇ ਮਾਰਫਤ ਜਾਂ ਫਿਰ ਵਟਸਐਪ ਦੇ ਮਾਰਫਤ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕਿਹਾ ਸੁਣਿਆ ਮਾਫ ਕਰਦਾ ਸਾਹਿਬ ਜੀ। ਇਹਦੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਗਬਾਣੀ ਦੀ ਜਿਹੜੀ ਵਿਊਅਰਸ਼ਿਪ ਹੈ ਉਹ ਭਾਰਤ ਦੀ ਧਰਤੀ 'ਤੇ, ਪੰਜਾਬ ਦੀ ਧਰਤੀ 'ਤੇ 70% ਪਲੱਸ ਹੈ, ਜਿਹੜੇ ਕਿ ਸਾਡੇ ਨੌਜਵਾਨਾਂ ਦੇ ਦਿਲਾਂ ਦੇ ਉੱਤੇ ਇੱਕ ਸਿੱਧੀ ਛਾਪ ਛੱਡ ਸਕਦੀ ਹੈ। ਬਾਕੀ ਚੈਨਲਸ ਦੀ ਵਿਊਅਰਸ਼ਿਪ ਜਿਹੜੀ ਆ ਉਹ ਇੰਨੀ ਨਹੀਂ ਹੈ, ਸ਼ਾਇਦ NRIs ਵਿੱਚ ਜ਼ਿਆਦਾ ਹੋਏਗੀ, ਲੇਕਿਨ ਸਾਨੂੰ ਲੋੜ ਹੈ ਪੰਜਾਬ ਸੁਧਾਰਨ ਦੀ, ਜੇ ਆਪਾਂ ਪੰਜਾਬ ਸੁਧਾਰਨਾ ਚਾਹੁੰਦੇ ਹਾਂ ਤਾਂ ਜਗਬਾਣੀ ਚੈਨਲ ਨੂੰ ਫੋਲੋ ਕਰੋ, ਸਪੈਸ਼ਲੀ ਸੋਢੀ ਸਾਹਿਬ ਦਾ ਜਿਹੜਾ ਲਾਈਵ ਇੰਟਰਵਿਊ ਹੈ ਉਹਨੂੰ ਫੋਲੋ ਕਰੋ, ਅਤੇ ਕੋਸ਼ਿਸ਼ ਕਰੋ ਕਿ ਉਹਨਾਂ 'ਚੋਂ ਕੁਛ ਸਿੱਖਣ ਨੂੰ ਮਿਲਦਾ ਹੈ ਤਾਂ ਉਹਨੂੰ ਫੋਲੋ ਕਰਕੇ ਅਮਲ ਵੀ ਕਰਨ ਦੀ ਕੋਸ਼ਿਸ਼ ਕਰੋ। ਇਹਨਾਂ ਸ਼ਬਦਾਂ ਨਾਲ ਮੈਂ ਪੂਰੇ ਸਰੋਤਿਆਂ ਦਾ, ਪੂਰੇ ਦਰਸ਼ਕਾਂ ਦਾ ਧੰਨਵਾਦ ਕਰਦਾ, ਸੋਢੀ ਸਾਹਿਬ ਦਾ ਧੰਨਵਾਦ ਕਰਦਾ ਕਿ ਆਪਣੇ ਅੰਦਰ ਜਿਹੜੀ ਇਹ ਜੋਤ ਤੁਸੀਂ ਜਗਦੀ ਰੱਖੀ ਹੋਈ ਹੈ, ਇੱਕ ਅੱਗ ਜਲਦੀ ਰੱਖੀ ਹੈ, ਇਹਨੂੰ ਅੱਗ ਨੂੰ ਬੁਝਣ ਨਾ ਦਿਓ, ਅਸੀਂ ਤੁਹਾਡੇ ਨਾਲ ਹਾਂ, ਔਰ ਕੋਸ਼ਿਸ਼ ਕਰਾਂਗੇ ਅਸੀਂ ਤਨ ਮਨ ਧਨ ਦੇ ਨਾਲ ਵੀ ਜਾਂ ਬਾਕੀ ਹੋਰ ਗੱਲਾਂ ਨਾਲ ਵੀ ਆਪਾਂ ਤੁਹਾਨੂੰ ਸਪੋਰਟ ਕਰੀਏ, ਇਕੱਲੀ ਪ੍ਰਸ਼ੰਸਾ ਨਾਲ, ਇਕੱਲੀ ਸੈਲਫੀਆਂ ਨਾਲ ਸਪੋਰਟ ਨਾ ਕਰੀਏ। ਸਲਾਮ ਹੈ ਤੁਹਾਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ।